ਪੰਜਾਬ ਦੇ ਸਟੂਡੈਂਟਸ ਲਈ ਇੰਨੇ ਵਧੀਆ ਮੌਕੇ ਆ ਰਹੇ ਨੇ ਤੇ ਹੁਣ ਤੁਹਾਨੂੰ ਵੀ ਪਤਾ ਜੇ ਤੁਸੀਂ ਹਜੇ ਪਲੱਸ ਟੂ ਪਾਸ ਆਊਟ ਹੋ ਤੇ ਨਾਲ ਦੀ ਨਾਲ ਤੁਹਾਨੂੰ ਮਿਲ ਜੇ ਸਰਕਾਰੀ ਨੌਕਰੀ। ਹੁਣ ਸੋਚ ਕੇ ਦੇਖੋ, ਪਲੱਸ ਟੂ ਪਾਸ ਆਊਟ ਤੇ ਸਰਕਾਰੀ ਨੌਕਰੀ ਲੱਗੇ ਹੋਏ ਆ, ਨਜ਼ਾਰੇ ਨਜ਼ਾਰੇ ਆ। ਅਗਲੀ ਪੰਜਾਬ ਪੁਲਿਸ ਦੀ ਵਰਦੀ ਪਾ ਰੱਖੀ ਹੈ, ਪੰਜਾਬ ਪੁਲਿਸ ਸਟਾਈਲ ਵੀ ਮਾਰਦੀ ਹੋਏ, ਹਨਾ। ਤਾਂ ਅੱਜ ਕੱਲ੍ਹ ਦੇ ਜਿਹੜੇ ਆਪਣੇ ਸਟੂਡੈਂਟ ਨੇ ਸਟਾਈਲ ਵੀ ਮਾਰਦੇ ਆ। ਤਾਂ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਕੋਂਸਟੇਬਲ ਦੀ ਜਿਹੜੀ ਉਡੀਕ ਕਰ ਰਹੇ ਹੋ ਤੁਸੀਂ, ਉਹ ਓਬਵੀਅਸ ਦੀ ਗੱਲ ਹੈ, ਆਣੀ ਤਾਂ ਹੈ ਹੀ 100% ਉਹਨਾਂ ਨੇ ਅਨਾਊਂਸ ਵੀ ਕਰਤੀ ਆਲਰੇਡੀ। ਤੇ ਤੁਸੀਂ ਕਹੋਗੇ ਜੇ ਪੇਪਰ ਭਰਨਾ ਸਟਾਰਟ ਨਹੀਂ ਹੋਇਆ ਤਾਂ ਉਹ ਸਟਾਰਟ ਹੋ ਜੇ, ਨਹੀਂ ਜੇ ਅੱਜ ਆਪਾਂ ਉਸ ਚੀਜ਼ ਦੀ ਵੇਟ ਕਰਾਂਗੇ, ਉਸ ਚੀਜ਼ ਨੂੰ ਉਡੀਕਾਂਗੇ ਜੀ ਪੇਪਰ ਭਰੀਣਾ ਸਟਾਰਟ ਹੋਊਗਾ ਫਿਰ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ, ਤਾਂ ਆਪਾਂ ਉਸ ਟਾਈਮ ਤੇ ਬਹੁਤ ਗਲਤ ਆ। ਇਹਦਾ ਮਤਲਬ ਉਦੋਂ ਤੱਕ ਜਿਹੜੇ ਸਟੂਡੈਂਟ ਤਿਆਰੀ ਕਰ ਚੁੱਕੇ ਹੋਣਗੇ ਸਾਰੇ ਦੇ ਸਾਰੇ, ਉਹ ਤਾਂ ਆਪਣੇ ਤੋਂ ਪਹਿਲਾਂ ਹੀ ਅੱਗੇ ਲੰਘੇ ਆ, ਫਿਰ ਆਪਾਂ ਉਦੋਂ ਸ਼ੁਰੂ ਕਰਾਂਗੇ ਪੜ੍ਹਨਾ, ਆਪਾਂ ਗਲਤ ਆ ਉੱਥੇ। ਜੇ ਤੁਹਾਨੂੰ ਵੀ ਪਤਾ ਜੇ ਤੁਸੀਂ ਪਲੱਸ ਟੂ ਪਾਸ ਆਊਟ ਹੋ, ਹੁਣ ਤਾਂ ਪਲੱਸ ਟੂ ਵਾਲਿਆਂ ਵਾਸਤੇ ਤਾਂ ਬਹੁਤ ਵਧੀਆ ਮੁੱਕਿਆ, ਆਪਾਂ ਤਾਂ ਜੁੜੇ ਹੁੰਦੇ ਆ ਸਟੱਡੀ ਨਾਲ ਤੇ ਸਿਲੇਬਸ ਵੀ ਉਨੇ ਕੁ ਲੈਵਲ ਦਾ ਹੀ ਆਉਂਦਾ ਹੈ, ਆਪਾਂ ਤਾਂ ਪੜ੍ਹਾਈ ਲਿਖਾਈ ਨਾਲ ਕਿਤਾਬਾਂ ਨਾਲ ਸਾਰੇ ਜੁੜੇ ਹੋਏ ਹਾਂ ਹਜੇ ਤੱਕ। ਗ੍ਰੈਜੂਏਸ਼ਨ ਤੋਂ ਬਾਅਦ ਬੰਦਾ ਟੁੱਟ ਜਾਂਦਾ ਥੋੜ੍ਹਾ ਜਿਹਾ, ਆਪਣੇ ਕੋਲ ਤਾਂ ਹਜੇ ਬਹੁਤ ਵੱਡਾ ਮੌਕਾ ਹੈ। ਤਾਂ ਉਹਦੇ ਲਈ ਅਰੋੜਾ ਕਲਾਸਿਸ ਬਠਿੰਡਾ ਵੱਲੋਂ ਬੈਚ ਸਟਾਰਟ ਹੋ ਚੁੱਕਿਆ, ਸਪੈਸ਼ਲ ਕੋਂਸਟੇਬਲ ਬੈਚ। ਤਾਂ ਸਪੈਸ਼ਲ ਕੋਂਸਟੇਬਲ ਬੈਚ, ਹੁਣ ਤੁਸੀਂ ਕਹੋਗੇ ਸਰ ਕੱਲਾ ਉਹਦੇ 'ਚ ਕੋਂਸਟੇਬਲ ਦਾ ਸਿਲੇਬਸ ਹੋਊਗਾ ਨਾ, ਸਾਨੂੰ ਬਾਹਲਾ ਸਾਰਾ ਜ਼ਿਆਦਾ ਤਾਂ ਨਹੀਂ ਕਰਵਾ ਦਿੱਤਾ, ਫਾਲਤੂ ਤਾਂ ਨਹੀਂ ਕਰਵਾਉਣਾ। ਤੁਹਾਨੂੰ ਕੋਂਸਟੇਬਲ ਦੇ ਪੇਪਰ ਦੇ ਵਿੱਚ ਜਿੰਨਾ ਆਉਣਾ, ਉਹਦੇ ਵਾਸਤੇ ਵੱਖਰਾ ਇੱਕ ਸਟ੍ਰੈਟੈਜਿਕ ਪਲਾਨ, ਇੱਕ ਵਧੀਆ ਫੋਕਸ ਕੀਤਾ ਹੋਇਆ ਪਲਾਨ ਤੁਹਾਡੇ ਲਈ ਲੈ ਕੇ ਆ ਰਿਹਾ ਰੋੜਾ ਕਲਾਸ ਬਠਿੰਡਾ। ਤਾਂ ਬੈਚ ਸਟਾਰਟ ਹੋ ਚੁੱਕਿਆ ਤੇ ਉਹਦੇ ਵਿੱਚ ਜਿਹੜਾ ਮੇਕੋ ਪੋਰਸ਼ਨ ਜਿਹੜਾ ਰਹੇਗਾ ਉਹ ਰਹੇਗਾ GK GS। GK ਦੇ ਜਿਹੜੇ ਤੁਹਾਨੂੰ ਸਬਜੈਕਟ ਦੱਸਦਾ ਉਹਦੇ 'ਚ ਪੋਲਿਟੀ ਹੋਗੀ, ਪੰਜਾਬ GK ਹੋਗੀ ਤੇ ਕਰੰਟ ਅਫੇਅਰ ਤੇ ਸਟੈਟਿਕ ਤੇ ਸਾਇੰਸ ਐਂਡ ਟੈਕਨੋਲੋਜੀ, ਇਹ 4-5 ਪੋਰਸ਼ਨ ਤੁਹਾਡੇ ਕੋਲ ਹੈ। ਤੇ ਉਹਦੇ ਵਿੱਚ ਜਿਹੜਾ ਆਪਣੇ ਕੋਲ GK GS ਦਾ ਪੋਰਸ਼ਨ ਜਿਹੜਾ ਸਟੂਡੈਂਟ ਨੂੰ ਸਭ ਤੋਂ ਔਖਾ ਲੱਗਦਾ, ਕਹਿੰਦੇ ਵੀ ਸਾਨੂੰ ਆਹ ਵਾਲਾ ਹਿਸਟਰੀ ਯਾਦ ਨਹੀਂ ਹੁੰਦੀ, ਸਾਲ ਨਹੀਂ ਯਾਦ ਹੁੰਦੇ ਹਿਸਟਰੀ ਦੇ ਵਿੱਚ, ਪੰਜਾਬ ਦੇ ਹਿਸਟਰੀ ਦੇ ਵਿੱਚ ਪੰਜਾਬ ਦਾ ਮੈਪ ਨਹੀਂ ਪਤਾ ਲੱਗਦਾ, ਉਹ ਸਾਰੇ ਦਾ ਸਾਰਾ ਅੱਜ ਆਪਾਂ ਕਰਾਂਗੇ। ਤਾਂ ਮਿਲਦੇ ਹਾਂ ਆਪਾਂ ਕਲਾਸ ਦੇ ਵਿੱਚ।
ਨਜ਼ਾਰੇ ਆ ਕੇ ਗੁਜ਼ਾਰੇ, ਜਾਂ ਤਾਂ ਨਜ਼ਾਰੇ ਹੋਣਗੇ ਜਾਂ ਗੁਜ਼ਾਰੇ ਹੋਣਗੇ। ਨਜ਼ਾਰੇ ਇਕੱਲੇ ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ। ਅੱਗੇ ਆ ਨਹੀਂ ਚੱਲਦਾ, ਚਲੋ। ਸੋ ਕੌਂਸਟੇਬਲ ਵਾਸਤੇ ਸਾਰੇ ਜਣੇ ਫੋਕਸ ਕਰ ਰਹੇ ਆ ਪ੍ਰੋਪਰ, ਸਿਲੇਬਸ ਪਤਾ ਕੌਂਸਟੇਬਲ ਦਾ? ਨਹੀਂ ਪਤਾ, ਬਿਲਕੁਲ ਹੀ ਨਹੀਂ ਪਤਾ। ਚਲੋ ਮੈਂ ਕੀ ਪੜ੍ਹਾਉਣਾ? ਹਿਸਟਰੀ, ਜੀ ਕੇ। ਤਾਂ ਜੀ ਕੇ ਦੇ ਵਿੱਚ ਉਹਨਾਂ ਨੇ ਸਾਫ ਸਾਫ ਕੁਛ ਚੀਜ਼ਾਂ ਲਿਖੀਆਂ, ਤੁਹਾਨੂੰ ਮੈਂ ਦੱਸਦਾ। ਪਹਿਲੀ ਤਾਂ ਆਏਗੀ ਆਪਣੀ ਪੋਲਿਟੀ ਸਾਰੀ ਦੀ ਸਾਰੀ, ਫਿਰ ਆਏਗੀ ਉਹਦੇ ਬਾਅਦ ਨਾ ਵਰਡਿੰਗ ਲਿਖਿਆ। ਪਹਿਲਾਂ ਕਨਫਿਊਜ਼ਨ ਹੁੰਦੀ ਹੈ, ਸਿਲੇਬਸ ਸਮਝ ਲੈਣਾ। ਉੱਥੇ ਲਿਖੀ ਹੋਈ ਆ ਹਿਸਟਰੀ, ਜੋਗ੍ਰਾਫੀ, ਪੋਲਿਟੀ, ਇਕੋਨਮੀ ਆਫ ਪੰਜਾਬ। ਇਹਦਾ ਮਤਲਬ ਦੇਸੀ ਭਾਸ਼ਾ ਵਿੱਚ ਆਪਣੀ ਸਾਰੀ ਪੰਜਾਬ ਜੀ ਕੇ, ਪੰਜਾਬ ਜੀ ਕੇ। ਤੀਜਾ ਲਿਖਿਆ ਹੋਇਆ ਬੇਸਿਕਸ ਆਫ ਸਾਇੰਸ ਐਂਡ ਟੈਕਨੋਲੋਜੀ, ਅਤੇ ਚੌਥਾ ਆਪਣੇ ਕੋਲ ਲਿਖਿਆ ਹੋਇਆ ਕਰੰਟ ਅਫੇਅਰਸ। ਅਤੇ ਸਭ ਤੋਂ ਐਂਡ 'ਤੇ ਜਿਹਦੇ ਉੱਪਰ ਤੁਸੀਂ ਫੋਕਸ ਕਰਨਾ, ਬਾਅਦ ਧਿਆਨ ਦੇਵਾਂਗੇ ਆਪਾਂ ਠੰਡੇ ਦਿਮਾਗ ਨਾਲ, ਉਹ ਦੇਵਾਂਗੇ ਕਿਹਦੇ 'ਤੇ? ਕਰੰਟ ਅਫੇਅਰ 'ਤੇ। ਪਹਿਲਾਂ ਨਹੀਂ ਜਾਣਾ, ਕਿਹਨੇ ਲਾਸਟ ਵਾਲਾ ਪੇਪਰ ਦਿੱਤਾ ਸੀ ਕੌਂਸਟੇਬਲ ਵਾਲਾ ਪਿਛਲੇ ਸਾਲ ਵਾਲਾ? ਠੀਕ ਹੈ, ਕਰੰਟ ਅਫੇਅਰ 'ਚ ਜੈ ਮਾਤਾ ਦੀ ਹੋਈ ਹੋਣੀ ਥੋੜ੍ਹੀ ਬਹੁਤ, ਹਾਂ ਨਾ ਜਮਾਈ, ਕਿਉਂਕਿ ਸਾਰੇ ਸਟੂਡੈਂਟਸ ਦਾ ਧਿਆਨ ਇੱਕੋ ਜਗ੍ਹਾ 'ਤੇ ਹੋ ਗਿਆ ਵੀ ਕਰੰਟ ਅਫੇਅਰ ਪੜ੍ਹ ਲਈਏ। ਪੜ੍ਹੇ ਸੀ ਫਿਰ 2017-18-19 ਵਾਲੇ? ਹੈ ਮਤਲਬ ਪੜ੍ਹ, ਉਦੋਂ ਕੋਸ਼ਿਸ਼ ਕੀਤੀ ਵੀ ਪੜ੍ਹ ਲਈਏ, ਪੇਪਰਾਂ 'ਚ ਆ ਰਿਹਾ ਤਾਂ ਪੜ੍ਹੇ ਸੀਗੇ, ਕੀ ਖੱਟ ਲਿਆ ਫਿਰ? ਪਤਾ ਕੀ ਆ, ਆਪਾਂ ਸਟ੍ਰੈਟਜੀ ਨਹੀਂ ਫੋਲੋ ਕਰਦੇ। ਮੈਂ ਉਦੋਂ ਆਹੀ ਸਟੂਡੈਂਟਸ ਨੂੰ ਕਿਹਾ, ਮੈਂ ਕਿਹਾ ਜਦੋਂ ਜਿਹੜੀ ਚੀਜ਼ ਤੁਹਾਨੂੰ ਪਤਾ ਵੀ ਮੈਨੂੰ ਵੀ ਨਹੀਂ ਆਉਂਦੀ ਤਾਂ ਕਿਸੇ ਨੂੰ ਨਹੀਂ ਆਉਂਦੀ ਹੋਣੀ, ਪਤਾ ਹੀ ਹੈ ਨਾ। ਜੇ 2017 ਦਾ ਆ ਰਿਹਾ, ਕੱਲ੍ਹ ਨੂੰ 2016 ਦਾ ਆਊਗਾ, ਪਰਸੋਂ 2015 ਦਾ ਆਊਗਾ, ਪਤਾ ਹੀ ਨਹੀਂ। ਆਪਾਂ ਆਪਦੇ ਸਬਜੈਕਟ ਛੱਡਦੇ, ਜਿਹੜੇ ਮੈਥ, ਰੀਜਨਿੰਗ, ਕੰਪਿਊਟਰ, ਪੰਜਾਬੀ ਸੀ, ਆਪਾਂ ਉੱਧਰ ਹੋ ਗਏ 100%। ਪਹਿਲਾਂ ਆਪਾਂ ਨਾ ਹਲਕਾ ਜਿਹਾ ਸਮਝਦੇ ਹਾਂ ਵੀ ਤੁਸੀਂ ਅੱਜ ਇੱਕ ਨਵਾਂ ਸਫ਼ਰ ਸਟਾਰਟ ਕਰਨ ਜਾ ਰਹੇ ਹੋ, ਆਪਣੀ ਕੱਲ੍ਹ ਨੂੰ ਸਟ੍ਰੈਟਜੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕੱਲ੍ਹ ਨੂੰ ਆਪਾਂ ਪੇਪਰ ਕਲੀਅਰ ਕਰਨਾ ਹੈ ਕੌਂਸਟੇਬਲ ਦਾ, ਉਹ ਕਿੱਦਾਂ ਦਾ ਹੋਣਾ ਚਾਹੀਦਾ? ਪਹਿਲਾਂ ਤਾਂ ਦਿਮਾਗ 'ਚੋਂ ਇੱਕ ਚੀਜ਼ ਨਿਕਾਲਣਾ, ਤੁਸੀਂ ਮੋਸਟਲੀ ਪਲੱਸ ਟੂ ਜੇ ਪਾਸ ਆਊਟ ਹੈਗੇ ਹੋ ਤਾਂ, ਇਹ ਆਪਣੇ ਦਿਮਾਗ 'ਚ ਹੁੰਦਾ ਵੀ ਸ਼ਾਇਦ ਸ਼ਾਂਤੀ ਗੈਸ ਪੇਪਰ ਮਿਲਦੇ ਹੁੰਦੇ ਆ, ਹੈ ਨਾ, ਸ਼ਾਂਤੀ ਗੈਸ ਪੇਪਰ ਮਿਲਦੇ ਹੁੰਦੇ ਆ। ਉਹ ਸ਼ਾਂਤੀ ਗੈਸ ਪੇਪਰ ਜਿਹੜੇ ਆ ਆਪਾਂ ਨੂੰ ਦੱਸ ਦਿੰਦੇ ਪੇਪਰਾਂ ਦੇ ਵਿੱਚ ਕੀ ਆ ਸਕਦਾ। ਤਾਂ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਸ਼ਾਂਤੀ ਗੈਸ ਪੇਪਰ ਨਹੀਂ ਚੱਲਦੇ, ਇੱਥੇ ਸ਼ਾਂਤੀ ਗੈਸ ਪੇਪਰ ਐਗਜ਼ਾਮੀਨਰ ਦੇਖਦਾ ਹੀ ਨਹੀਂ ਵੀ ਇਹ ਚੀਜ਼ ਹੁੰਦੀ ਹੈ। ਤਾਂ ਇੱਥੇ ਕੀ ਚੱਲਦਾ ਹੈ, ਇੱਥੇ ਕੁਛ ਪਤਾ ਨਹੀਂ ਹੈ ਕੀ ਆਏਗਾ, ਕੁਝ ਨਹੀਂ ਪਤਾ। ਇਹ ਇੱਕ ਤਰ੍ਹਾਂ ਦਾ ਸੱਟਾ ਹੈ, ਸਿੰਪਲ ਜੀ ਗੱਲ ਹੈ। ਬਟ ਤੁਸੀਂ ਇਹ ਕਦੇ ਨਹੀਂ ਸੋਚਣਾ ਵੀ ਜੋ ਸਿਲੇਬਸ ਵਿੱਚ ਉਹਨਾਂ ਨੇ ਲਿਖਤਾ ਐਜ਼ ਇਟ ਇਜ਼ ਡਿਟੋ ਆਏਗਾ, ਨਾ, ਕਦੇ ਵੀ ਨਹੀਂ ਸੋਚ ਸਕਦੇ ਵੀ ਜੋ ਸਿਲੇਬਸ ਵਿੱਚ ਲਿਖਤਾ। ਇੱਥੇ ਕੁਛ ਨਹੀਂ ਪਤਾ ਵੀ ਸਿਲੇਬਸ ਦੇ ਵਿੱਚ ਲਿਖਿਆ ਕੀ ਹੋਇਆ ਅਤੇ ਪੇਪਰ ਦੇ ਵਿੱਚ ਕੀ ਆ ਰਿਹਾ। ਲਾਸਟ ਟਾਈਮ ਵੀ ਇੱਦਾਂ ਦੀ ਹੋਇਆ ਸੀ, ਕੌਂਸਟੇਬਲ ਦੇ ਮੈਥ ਦੇ ਸਿਲੇਬਸ ਦੇ ਵਿੱਚ ਅਲੱਗ ਲਿਖਿਆ ਹੋਇਆ ਸੀ, ਆਇਆ ਅਲੱਗ ਸੀ, ਅਲੱਗ ਹੀ ਆਇਆ ਸੀ, ਨਵੇਂ ਟੋਪਿਕ ਐਡ ਆਨ ਹੋ ਗਏ ਸੀ। ਤਾਂ ਆਪਾਂ ਇਹ ਸੋਚ ਕੇ ਬਿਲਕੁਲ ਨਹੀਂ ਚੱਲਣਾ, ਤੁਸੀਂ ਇਹ ਸੋਚ ਕੇ ਚੱਲਣਾ ਸਾਨੂੰ ਸਿਲੇਬਸ ਹੀ ਨਹੀਂ ਪਤਾ, ਐਕਚੁਅਲ ਦੇ ਵਿੱਚ ਨਹੀਂ ਪਤਾ। ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਉਹ ਤੁਹਾਨੂੰ ਮੈਂ ਦੱਸੂੰਗਾ ਪੜ੍ਹਨ ਦੀ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਤਾਂ ਉਹ ਸੋਚ ਲੈਂਦੇ ਵੀ ਇਹ ਸਿਲੇਬਸ 'ਚ ਆ ਲਿਖਿਆ ਵੀ ਇੰਨਾ ਕੁ ਪੜ੍ਹ ਕੇ ਚੱਲ ਜਾਈਏ, ਅਤੇ ਕਦੇ ਵੀ ਇਹ ਵੀ ਤੁਹਾਨੂੰ ਪਤਾ ਵੀ ਆਪਣੇ 100 ਦੇ ਵਿੱਚੋਂ 100 ਮੈਰਿਟ ਨਹੀਂ ਜਾਂਦੀ, ਨਹੀਂ ਜਾਂਦੀ ਨਾ, ਜਾਂਦੀ ਗੇ ਵੀ 100 ਨੰਬਰ ਦਾ ਪੇਪਰ ਹੈ ਜੀ, 100 ਨੰਬਰ ਹੀ ਮੈਰਿਟ ਗਿਆ, ਜਿਹੜਾ ਹੁੰਦਾ 100 ਵਾਲਾ ਉਹ ਲੱਗਿਆ ਹੋਊਗਾ। ਕਿੰਨੀ ਕੁ ਜਾਂਦੀ ਹੈ, 80, 85, 75, 75 ਤੋਂ 85 ਵਾਲੇ ਸਰੋੜੇ ਲਾ ਦਿੰਦੇ ਹਾਂ, ਮਤਲਬ ਅਪਰੋਕਸੀਮੇਟ 70, 75, 80, 85 ਵੱਜ ਜਾਂਦੀ ਹੈ। ਤਾਂ ਉਹ 15-20 ਨੰਬਰ ਜਿਹੜੇ ਉੱਡਦੇ ਉਹ ਪਤਾ ਕਾਹਦੇ ਉੱਡਦੇ ਆ, ਉਹ ਇਹ ਜਿਹੀਆਂ ਚੀਜ਼ਾਂ ਕਰਕੇ ਉੱਡਦੇ, ਉਹ ਨਾ ਤੁਹਾਨੂੰ ਆਉਂਦਾ ਹੁੰਦਾ, ਉਹ ਨਾ ਦੂਜੇ ਸਟੂਡੈਂਟ ਨੂੰ ਆਉਂਦਾ ਹੁੰਦਾ। ਉਹਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਉੱਥੇ ਐਗਜ਼ਾਮੀਨਰ ਨੇ ਅੜਾਉਣਾ ਹੀ ਅੜਾਉਣਾ। ਤਾਂ ਇਹ ਤਾਂ ਦਿਮਾਗ ਦੇ ਵਿੱਚੋਂ ਨਿਕਾਲ ਦੇਣਾ ਵੀ ਜੋ ਅਸੀਂ ਪੜ੍ਹ ਲਿਆ
ਉਹੀ ਸਾਰਾ ਕੁਛ ਹੈ, ਉਹੀ ਪੇਪਰ 'ਚ ਆਉਂਦਾ ਹੁੰਦਾ। ਕੰਪੀਟੀਟਿਵ ਪੇਪਰ 'ਚ, ਕਿਸੇ ਪੇਪਰ 'ਚ ਨਹੀਂ ਆਉਂਦਾ। ਤੁਸੀਂ ਇੱਥੇ ਆ ਪੰਜਾਬ ਪਟਵਾਰੀ ਦਾ ਪੇਪਰ ਦੇ ਲਓ, ਐਕਸਾਈਜ਼ ਇੰਸਪੈਕਟਰ ਦਾ ਦੇ ਲਓ, ਕਲਰਕ ਦਾ ਪੇਪਰ ਦੇ ਲਓ, ਕਾਨੂੰਗੋ ਦਾ ਦੇ ਲਓ, PCS ਦੇ ਲਓ, UPSC ਦੇ ਲਓ, ਕਦੇ ਵੀ 100% ਪੜ੍ਹੇ 'ਚ ਨਹੀਂ ਆਉਂਦਾ ਹੁੰਦਾ। ਜਿਸ ਦਿਨ ਆਉਣ ਲੱਗ ਗਿਆ, ਜਿਸ ਦਿਨ ਕਿਸੇ ਨੇ ਕਹਿਤਾ ਵੀ 100 ਦਾ 100 ਆਹੀ ਸਿਲੇਬਸ ਹੈ ਬਸ ਇਹਦੇ 'ਚੋਂ ਆ ਜਾਏਗਾ, ਉਹ ਦਿਨ ਦਾ ਫਿਰ 100 'ਚੋਂ 100 ਸਾਰੇ ਲੈ ਲੈਣਗੇ, ਜਾਂ ਸਾਰੇ ਰੱਟੇ ਮਾਰ ਲੈਣਗੇ ਵੀ ਹਾਂ ਕੋਈ ਗੱਲ ਨਹੀਂ, ਆ ਰੱਟੇ ਹੀ ਮਾਰ ਲੈਂਦੇ ਹਾਂ, ਕਿੱਡੀ ਕੀ ਗੱਲ ਹੈ। ਤਾਂ ਪਹਿਲਾਂ ਆਪਣੇ ਦਿਮਾਗ 'ਚ ਇਹ ਬਿਠਾਓ ਵੀ ਆਪਾਂ +2 ਜਾਂ ਲੈਵਲ ਦਾ ਜਿਹੜਾ ਪੇਪਰ ਦੇਣ ਜਾ ਰਹੇ ਹਾਂ, ਉਹ ਪੇਪਰ 'ਚੋਂ ਅਸੀਂ ਜ਼ਿਆਦਾ ਨਹੀਂ 85% ਦਾ ਟਾਰਗੇਟ, 100% ਇਹਦਾ, 85% ਦਾ 100% ਦਾ ਅਸੀਂ ਕਰਨਾ ਹੀ ਕਰਨਾ, ਇਹਦਾ 100% ਆਉਣਾ ਹੀ ਚਾਹੀਦਾ। ਅਤੇ ਇਹ ਸਾਡੇ ਕੋਲ ਲਿਖਿਆ ਹੋਣਾ ਚਾਹੀਦਾ ਕਾਪੀਆਂ 'ਤੇ ਵੀ, ਅਤੇ ਇਹ ਸਾਨੂੰ ਰਟਿਆ ਹੋਣਾ ਚਾਹੀਦਾ, ਅਤੇ ਇਹੀ ਪੇਪਰ 'ਚ ਆਊਗਾ, ਇੰਨਾ ਹੀ ਆਊਗਾ, ਗਰੰਟੀ ਹੈ। ਸ਼ਾਇਦ 90 ਵੀ ਆ ਜਾਏ, ਇਹ ਵੀ ਕੋਈ ਮਿਨੀਮਮ ਇੰਨਾ ਕਹਿ ਰਿਹਾ, ਸ਼ਾਇਦ 95 ਵੀ ਆ ਜਾਏ, ਇਹ ਵੀ ਕੋਈ ਪਤਾ ਨਹੀਂ ਹੈ। ਹੁਣ ਸਮਝਣਾ ਸਟ੍ਰੈਟਜੀ ਕੀ ਹੋਣੀ ਚਾਹੀਦੀ ਆ, ਆਪਾਂ ਕੀ ਕਰਦੇ ਹਾਂ, ਆਪਾਂ ਕਰਦੇ ਹਾਂ ਜੀ, ਕਈ ਸਟੂਡੈਂਟ ਦਾ ਇਹ ਕਰਦੇ, ਚਲੋ ਤੁਹਾਡੇ ਸਾਹਮਣੇ ਸਬਜੈਕਟ ਲਿਖ ਰਿਹਾ, ਮੈਨੂੰ ਦੱਸਿਆ ਜੇ ਕਿਹੜਾ ਕਿਹੜਾ ਸਟੂਡੈਂਟ ਇਹਦਾ ਹੈਗਾ ਜਿਹਦਾ ਮੈਥ ਬਹੁਤ ਵੀਕ ਹੈ, ਹੈਂਡ ਰੇਸ ਕਰੋ, ਸ਼ਰਮ ਨਹੀਂ ਕਰਨੀ, ਸਿੱਖਣ ਆਏ ਹਾਂ, ਜਿਹਦਾ ਮੈਥ ਵੀਕ ਹੈ, ਲੈ ਜਿਵੇਂ ਇਹ ਪੁੱਛ ਲੈਂਦਾ ਚੰਗਾ ਸੀ ਵੀ ਜਿਹਦਾ ਨਹੀਂ ਹੈਗਾ, ਹੈ ਨਾ, 7-8 ਦਾ ਨਹੀਂ ਹੈਗਾ ਸੀ, ਬਾਕੀ ਸਾਰਾ। ਕਿਹੜਾ ਕਿਹੜਾ ਜਿਹਦੀ ਅੰਗਰੇਜ਼ੀ ਵੀਕ ਹੈ, ਅੰਗਰੇਜ਼ੀ ਪੀਣੀ ਨਹੀਂ ਪੜ੍ਹਨੀ, ਉਹ ਵੀ ਉਹਨੇ ਹੀ ਹੈ, ਹੈ ਨਾ। ਅੱਛਾ ਕੌਣ ਕੌਣ ਇਹ ਜਿਹਾ ਵੀ ਜਿਹੜਾ ਕਹਿੰਦਾ ਯਾਰ ਕੰਪਿਊਟਰ ਔਖਾ, ਹੈਂਡ ਰੇਸ ਕਰਨਾ, ਸਿਰਫ 7-8 ਜਣੇ। ਕੌਣ ਕੌਣ ਕਹਿੰਦਾ ਜੀ ਪੰਜਾਬੀ ਔਖੀ ਹੈ ਜੀ, ਕੋਈ ਨਹੀਂ ਕਹਿੰਦਾ। ਕੌਣ ਕੌਣ ਕਹਿੰਦਾ GK ਔਖੀ ਹੈ, ਕੌਣ ਕੌਣ ਕਹਿੰਦਾ GK ਔਖੀ ਹੈ, ਹੈਂਡ ਰੇਸ ਕਰੋ ਯਾਰ, ਸ਼ਰਮ ਥੋੜ੍ਹੀ ਕਰਨੀ ਆ, ਤੁਹਾਨੂੰ ਦੱਸਾਂ ਪੜ੍ਹਾਂ ਕਿਵੇਂ ਆ। 12-13 ਜਣੇ ਕੌਣ ਕੌਣ ਕਹਿ ਰਹੇ ਜੀ ਆਪਣੇ ਕੋਲ ਰੀਜ਼ਨਿੰਗ ਔਖੀ ਹੁੰਦੀ ਹੈ, ਚਲੋ ਕਈਆਂ ਦਾ ਹਜੇ ਪਤਾ ਹੀ ਨਹੀਂ ਹੁੰਦਾ ਰੀਜ਼ਨਿੰਗ ਹੁੰਦੀ ਕੀ ਹੈ, ਰੀਜ਼ਨਿੰਗ ਔਖੀ ਹੁੰਦੀ ਹੈ, 6-7 ਜਣੇ। ਹੁਣ ਤੁਸੀਂ ਆਪਦਾ ਹਾਲ ਆਪਣੇ ਆਪ ਦੇਖਿਆ, ਮੈਂ ਨਹੀਂ ਤੁਹਾਨੂੰ ਕਿਹਾ, ਤੁਸੀਂ ਜਦੋਂ ਮੈਂ 2 ਸਵੇਡੋ ਵੱਖਰੇ ਪਹਿਲਾਂ ਹੀ ਲਿਖਿਆ, ਮੈਂ ਵੀ ਤੁਹਾਡੀ ਆਪਣੇ ਆਹ ਵਾਲੇ ਫੇਸ 'ਚੋਂ ਨਿਕਲ ਕੇ ਆਇਆ, ਮੈਂ ਵੀ 7 ਪੇਪਰ ਆਪਦੇ ਕਲੀਅਰ ਕੀਤੇ ਗਵਰਮੈਂਟ ਜੋਬ ਦੇ, ਮੈਂ ਵੀ 1.5-2 ਮਹੀਨੇ ਪਹਿਲਾਂ ਮੈਂ ਜੋਬ ਹਜੇ ਵੀ ਛੱਡੀ ਹੈ, ਮੈਂ ਅਸੈਪਟ ਨਹੀਂ ਕੀਤੀ, ਮੈਨੂੰ ਪਤਾ ਸਟੂਡੈਂਟ ਕਿੱਥੇ ਅੜੇਗਾ, ਮੈਂ ਪਹਿਲਾਂ ਹੀ ਅੱਡ ਕਰਤੇ। ਤੁਸੀਂ 80% ਜਨਤਾ ਨੇ ਮੈਥ ਇੰਗਲਿਸ਼ ਕਿਹਾ ਵੀ ਅਸੀਂ ਵੀਕ ਹਾਂ, ਅਤੇ ਸਿਰਫ 10-15% ਜਨਤਾ ਨੇ ਕਿਹਾ ਵੀ ਅਸੀਂ ਇੱਧਰੋਂ ਵੀਕ ਹਾਂ, ਅਤੇ ਇਹ ਸਭ ਤੋਂ ਵੱਡੀ ਤੁਹਾਡੀ ਕਮੀ ਹੈ। ਤੁਹਾਨੂੰ ਦੱਸਾਂ ਹੁਣ ਜਿਹਨੇ ਪੰਜਾਬੀ ਪੁੱਛੀ ਸੀ ਨਾ, ਕਿਸੇ ਨੇ ਹੱਥ ਖੜਾ ਨਹੀਂ ਕੀਤਾ। ਹੁਣ ਤੁਹਾਨੂੰ ਪੰਜਾਬੀ ਦਾ ਮੈਂ ਟੈਸਟ ਦਿਵਾਉਣਾ ਅੱਜ ਹੀ, ਤੁਹਾਡੇ 10 'ਚੋਂ 8 ਨੰਬਰ ਆਉਣਗੇ, ਤੁਸੀਂ ਖੁਸ਼ ਹੋ ਗਏ, 10 'ਚੋਂ 8 ਤਾਂ ਆ ਗਏ, ਬਸ ਉਹ 2 ਨੰਬਰ ਹੀ ਆਪਾਂ ਨੂੰ ਡੁਬਾਉਂਦੇ ਨੇ। ਆਪਾਂ ਆਹ ਵਾਲੇ ਸਬਜੈਕਟਾਂ ਦੇ ਵਿੱਚੋਂ, ਆਹ ਜਿਹੜੇ ਸਬਜੈਕਟ ਨੇ, ਇਹਨਾਂ ਦੇ ਵਿੱਚੋਂ 100% ਨੰਬਰ ਲੈਣੇ ਆ, ਆਪਣਾ ਟਾਰਗੇਟ ਪਹਿਲਾਂ ਇਹ ਹੋਣਾ ਚਾਹੀਦਾ, ਸਿੱਧੀ ਜੀ ਗੱਲ ਹੈ, ਸਿੰਕਲ ਟਾਰਗੇਟ ਹੋਣਾ ਚਾਹੀਦਾ ਵੀ ਆਹ ਸਬਜੈਕਟ ਇਹੋ ਜਿਹੇ ਨੇ ਜਿਹਦੀ ਇੱਕ ਬਾਉਂਡਰੀ ਹੈ, ਇੱਕ ਲਿਮਿਟ ਹੈ, ਜਿਹਦਾ ਇੱਕ ਸਿਲੇਬਸ ਹੈ ਵੀ ਇੰਨਾ ਪੜ੍ਹ ਲਾਂਗੇ ਇਹਦੇ ਵਿੱਚੋਂ ਹੀ ਆ ਜਾਊਗਾ, ਹੈ ਆਰਾਮ ਨਾਲ। ਕੰਪਿਊਟਰ ਕਿੰਨੇ ਕੁ ਤੁਹਾਡੇ ਤਾਂ 3-4 ਟੋਪਿਕ ਨੇ ਸਾਰੇ, ਉਹ 3-4 ਟੋਪਿਕਾਂ ਨੂੰ ਤੁਸੀਂ, ਮੈਂ ਕਹਿੰਦਾ, ਤਸੱਲੀ ਕਰਾ ਦਿਓ ਪੜ੍ਹ ਪੜ੍ਹ ਕੇ, ਉਹਦੇ MCQ ਲਾ ਲਾ ਕੇ ਤਸੱਲੀ ਕਰਾ ਦਿਓ, ਉਹਦੇ ਤੋਂ ਬਾਹਰ ਕੁਛ ਬਣਨਾ ਹੀ ਨਹੀਂ, ਇਹਦਾ ਮਤਲਬ 5 ਨੰਬਰ ਪੱਕੇ ਹੋ ਗਏ ਕੰਪਿਊਟਰ ਦੇ। ਉਵੇਂ ਪੰਜਾਬੀ ਕਿੱਡੀ ਗਿਆ, ਰੀਜ਼ਨਿੰਗ ਵੀ ਔਖੀ ਨਹੀਂ ਹੈਗੀ, ਠੀਕ ਹੈ, ਰੀਜ਼ਨਿੰਗ 1-2 ਨੰਬਰ ਇੱਧਰ ਉੱਧਰ ਹੋ ਜਾਂਦੀ ਹੈ, ਮਾਰ ਪੈਂਦੀ ਹੈ GK 'ਚ, GK 'ਚ ਆਪਣੇ ਕੋਲ ਪੋਲੀਟੀ ਅਤੇ ਪੰਜਾਬ GK ਆਪਾਂ ਫੱਟੇ ਚੱਕ ਦਿਆਂਗੇ, ਬਾਕੀ ਰਹਿ ਗਏ ਕਰੰਟ ਅਫੇਅਰ, ਇਹਨੂੰ ਆਪਾਂ ਬਾਅਦ 'ਚ ਦੇਖਾਂਗੇ। ਜਿਹੜੀ ਚੀਜ਼ ਦੇ ਪੱਕੇ ਹੋ ਸਕਦੇ ਨੰਬਰ ਉਹ ਤਾਂ ਵੇਖੀਏ ਨਾ, ਪਹਿਲਾਂ ਇੱਥੋਂ ਤਾਂ ਪੱਕੇ ਕਰੀਏ। ਜੇ ਮੰਨ ਲਓ 15 ਨੰਬਰ ਦੀ ਪੋਲੀਟੀ ਪੰਜਾਬ GK ਆਉਂਦੀ ਹੈ, ਕਿ ਸਾਨੂੰ 15-15 ਆਉਂਦੇ ਆ, ਆਪਾਂ ਹੋ ਗਏ ਕਰੰਟ ਅਫੇਅਰ ਵਾਲੀ ਸਾਈਡ, ਪਿਛਲੀ ਵਾਲੀ ਸਾਈਡ, ਜੇ ਪੋਲੀਟੀ ਪੰਜਾਬ GK ਨੰਬਰ ਕੱਟੇ ਜਾਣ ਤਾਂ ਕੋਈ ਦਿੱਕਤ ਨਹੀਂ, ਕਿਉਂ ਇੱਧਰ ਤਾਂ ਪਤਾ ਸੀ ਨਾ ਇੰਨਾ ਕੁ ਸਿਲੇਬਸ ਹੈ, ਇੱਧਰ ਤਾਂ ਪਤਾ ਨਾ ਵੀ 22 ਸੰਵਿਧਾਨ 'ਚ ਚੈਪਟਰ ਹੈਗੇ ਆ, ਇੰਨਾ ਕੁ ਪੰਜਾਬ GK ਹੈਗੀ ਆ, ਪੰਜਾਬ ਦੇ ਗੁਰੂਜ਼ ਪੜ੍ਹਨੇ ਆ, ਬੰਦਾ ਸਿੰਘ ਬਹਾਦਰ ਪੜ੍ਹਨਾ, ਇੱਧਰ ਤਾਂ ਪਤਾ, ਇੱਧਰ ਪਤਾ ਹੀ ਨਹੀਂ ਕੀ ਪੜ੍ਹਨਾ। ਤਾਂ ਪਹਿਲਾਂ ਫੋਕਸ ਆਪਣਾ ਉਹ ਚੀਜ਼ਾਂ 'ਤੇ ਹੋਣਾ ਚਾਹੀਦਾ, ਹਮੇਸ਼ਾ ਪੇਪਰ ਕਲੀਅਰ ਕਰਨ ਵਾਸਤੇ, ਜਿਹਦੀ ਲਿਮਿਟ ਹੁੰਦੀ ਹੈ, ਜਿਹਦੀ ਬਾਉਂਡਰੀ ਹੁੰਦੀ ਹੈ, ਇਹ ਸਬਜੈਕਟ ਆਪਣੇ ਪੈਕ ਕਰਕੇ ਰੱਖਾਂਗੇ। ਪਹਿਲਾ ਸਬਜੈਕਟ ਖਤਮ ਹੋ ਗਿਆ ਜੀ,
ਆਹ ਵਾਲਾ ਇਹਦੇ ਐਮਸੀਕਿਊਜ਼ ਵੀ ਲਾ ਤੇ, ਆਹ ਪੈਕ ਕਰਕੇ ਹੋ ਗਿਆ, ਪੱਕਾ ਹੋ ਗਿਆ, ਇਹਨੂੰ ਦੁਬਾਰਾ ਨਹੀਂ ਵੇਖਣਾ, ਆਹ ਦੂਜਾ ਜੀ ਪੱਕਾ ਹੋ ਗਿਆ, ਤੀਜਾ ਹੋ ਗਿਆ, ਪੱਕਾ ਹੋ ਗਿਆ, ਮਾਰ ਪੈਂਦੀ ਹੈ ਇੱਥੋਂ ਦੀ। ਹੁਣ ਦੇਖਣਾ ਤੁਹਾਡੀ ਸਟ੍ਰੈਟਜੀ ਕੀ ਰਹਿਣੀ ਚਾਹੀਦੀ ਹੈ। ਪਹਿਲਾ ਸਟ੍ਰੈਟਜੀ ਦਾ ਮੇਨ ਫੋਕਸ ਤੁਹਾਡੇ ਕੋਲ ਇਹ ਰਹਿਣਾ ਚਾਹੀਦਾ ਹੈ, ਤੁਸੀਂ ਰੈਗੂਲਰ ਕਲਾਸਿਸ ਲਗਾ ਰਹੇ ਹੋ, ਰੈਗੂਲਰ ਕਲਾਸ ਲਗਾਉਣੀ ਜ਼ਰੂਰੀ ਹੈ। ਆਫਲਾਈਨ ਵਾਲੇ ਤੁਸੀਂ ਇੱਥੇ ਸਪੈਸ਼ਲ ਆਇਓ, ਜੇ ਤੁਸੀਂ ਬਹੁਤ ਜ਼ਿਆਦਾ ਦੂਰੋਂ ਅਪਡਾਊਨ ਕਰਦੇ ਹੋ ਤਾਂ ਮੈਂ ਤੁਹਾਨੂੰ ਇਹ ਪ੍ਰੈਫਰੈਂਸ ਦੇਊਂਗਾ ਵੀ ਤਿੰਨ ਕੁ ਮਹੀਨੇ ਵਾਸਤੇ ਅਪਡਾਊਨ ਕਰਨਾ ਬੰਦ ਕਰੋ। ਜੇ ਜ਼ਿਆਦਾ ਡਿਸਟੈਂਸ ਬਹੁਤ ਜ਼ਿਆਦਾ, ਜੇ ਹਾਂ 25-30 ਕਿਲੋਮੀਟਰ ਦੇ ਏਰੀਆ ਵਿੱਚ ਹੈ, ਫਿਰ ਠੀਕ ਹੈ, ਕੋਈ ਗੱਲ ਨਹੀਂ। ਅਤੇ ਜੇ ਘਰੇ ਸਰਦਾ ਹੈ, ਮੈਂ ਕਹੂੰਗਾ ਤੁਸੀਂ ਇੱਥੇ ਬਠਿੰਡੇ ਦੇ ਵਿੱਚ ਰਹੋ। ਪਹਿਲਾਂ ਰੈਗੂਲੈਰਿਟੀ ਜ਼ਰੂਰੀ ਹੈ। ਹਾਂ ਉਹ ਯਾਰ ਉਹ ਨਹੀਂ ਉਹ ਆਪਣਾ ਟੈਸਟ ਵਾਲਾ ਨਹੀਂ ਕਰ, ਗੱਲ ਸੁਣੋ ਗੱਲ ਸੁਣੋ, ਨਹੀਂ ਨਹੀਂ ਕਰਨਾ, ਸੁਣੋ ਐਕਚੁਅਲੀ ਕੀ ਹੈ, ਤੁਹਾਡੀ ਹੋਣੀ ਚਾਹੀਦੀ ਹੈ। ਮੰਨ ਲਓ ਹੁਣ ਤੁਹਾਡੀ ਕਲਾਸ ਨਹੀਂ ਲੱਗੀ, ਤੁਹਾਨੂੰ ਸ਼ਾਇਦ ਪਤਾ ਹੋਏਗਾ, ਤੁਹਾਨੂੰ ਅੱਜ ਜਿਹੜਾ ਬੈਚ ਸਟਾਰਟ ਕੀਤਾ, ਇੱਥੇ ਫੈਸਿਲਿਟੀ ਮਿਲੇਗੀ ਤੁਹਾਨੂੰ, ਸਾਰਾ ਕੁਛ ਤੁਹਾਨੂੰ ਫੋਨ 'ਤੇ ਵੀ ਮਿਲੇਗਾ, ਸਭ ਕੁਛ ਮਿਲੇਗਾ। ਜਿਹੜੀ ਆਹ ਕੈਮਰਾ ਲੱਗਿਆ ਸਾਹਮਣੇ, ਰਿਕਾਰਡਿੰਗ ਹੋ ਰਹੀ ਹੈ, ਇਹ ਵੀਡੀਓ ਤੁਹਾਨੂੰ ਐਜ਼ ਇਟ ਇਜ਼ ਡਿਟੋ ਤੁਹਾਡੇ ਫੋਨ 'ਤੇ ਮਿਲ ਜੂਗੀ। ਬਟ ਉਹਨੂੰ ਤੁਸੀਂ ਬਿਲਕੁਲ ਐਂਡ ਵਾਲਾ ਰਿਜ਼ਲਟ ਸਮਝਣਾ, ਵੀ ਇਹ ਯਾਰ ਸਾਡੇ ਕੰਮ ਦੀ ਨਹੀਂ ਹੈਗੀ, ਉਦੋਂ ਕੰਮ ਆਊਗੀ ਜਿੱਦੇ ਕਦੇ ਮੈਂ ਕਲਾਸ ਮਿਸ ਕਰਤੀ ਤਾਂ, ਬਾਏ ਚਾਂਸ ਮੈਨੂੰ ਕਿੱਧਰ ਜਾਣਾ ਪੈ ਗਿਆ ਐਮਰਜੈਂਸੀ ਦੇ ਵਿੱਚ, ਬਾਏ ਚਾਂਸ ਮੈਂ ਬਿਮਾਰ ਹੋ ਗਿਆ, ਐਮਰਜੈਂਸੀ ਕੋਟੇ ਵਿੱਚ ਰੱਖਿਆ ਜੇ। ਇਹ ਨਾ ਹੋਵੇ ਵੀ ਹਾਂ 4 ਦਿਨ ਬਾਅਦ ਕੋਈ ਗੱਲ ਨਹੀਂ, ਕਲਾਸ ਤਾਂ ਮਿਲਦੀ ਪਈ ਹੈ, ਵੀ ਮੈਂ ਅੱਜ ਛੁੱਟੀ ਮਾਰ ਲੈਣਾ, ਘੁੰਮਿਆ ਨਾ, ਕੋਫੀ ਪੀਣਾ ਕਿਸੇ ਨਾਲ, ਹੈ ਨਾ, ਉਹ ਕੰਮ ਨਹੀਂ ਕਰਨਾ। ਤਾਂ ਉਹਨੂੰ ਰੈਗੂਲਰ ਰੱਖਣਾ ਹੀ ਰੱਖਣਾ। ਦੂਜੀ ਗੱਲ, ਜੋ ਕਲਾਸ ਹੋ ਗਈ ਉਹ ਕਲਾਸ ਦੇ ਵਿੱਚ ਜੋ ਵੀ ਹੋਮਵਰਕ ਮਿਲਿਆ ਤੁਹਾਨੂੰ, ਵੀ ਮੈਥ ਚੱਲ ਰਿਹਾ, ਮੈਥ ਦੀ ਇੱਕ ਸ਼ੀਟ ਮਿਲੀ ਹੈ, ਉਹ ਤੁਹਾਡਾ ਡੇਲੀ ਸੋਲ ਹੋਣਾ ਚਾਹੀਦਾ ਹੈ, ਡੇਲੀ। ਪਲੱਸ ਜੋ ਬਾਕੀ ਸਬਜੈਕਟ ਆ, ਮੰਨ ਲਓ ਹੁਣ ਤੁਸੀਂ GK ਸਟਾਰਟ ਕੀਤੀ ਹੈ, ਤਾਂ ਉਹ GK ਦੀ ਰਿਵੀਜ਼ਨ ਡੇਲੀ ਹੋਣੀ ਚਾਹੀਦੀ ਹੈ। ਸ਼ਾਮ ਨੂੰ ਘਰ ਜਾ ਕੇ GK ਦੇਖੋ, ਕਿਹਨੂੰ ਇੱਦਾਂ ਲੱਗਦਾ ਵੀ ਯਾਦ ਨਹੀਂ ਹੁੰਦੀ ਸਹੀ ਹੈਂਡਰੇਸ ਕਰਨਾ, ਕੋਈ ਹੈ ਜਾ ਵਧੂ ਹੈ ਨਾ, ਕੱਲ ਸ਼ਰਮ, ਮੈਂ ਕਹਿ ਰਿਹਾ ਮੇਰੀ ਕਲਾਸ ਪੁੱਛੂਗਾ, ਸ਼ਰਮ ਨਹੀਂ ਕਰਨੀ ਕਿਸੇ ਨੇ, ਅੱਧੀ ਕਲਾਸ ਹੈ, ਮਤਲਬ ਅੱਧੀ ਕਲਾਸ ਇਹ ਕਹਿੰਦੀ ਵੀ GK ਯਾਦ ਨਹੀਂ ਹੁੰਦੀ, ਉਹ ਮੇਰੀ ਗਰੰਟੀ ਹੈ, ਮੈਂ ਜਿੱਦੇ ਜਦੋਂ ਜਿਸ ਪੁਆਇੰਟ 'ਤੇ ਜਿਸ ਮਿੰਟ 'ਤੇ ਕਲਾਸ ਤੋਂ ਬਾਹਰ ਜਾਊਂਗਾ, ਮੈਂ ਪਹਿਲਾਂ ਯਾਦ ਕਰਾ ਕੇ ਬਾਹਰ ਨਿਕਲੂੰਗਾ, ਉਹ ਮੇਰੀ ਗਰੰਟੀ। ਤੁਹਾਨੂੰ 2-3 ਦਿਨ 'ਚ ਪਤਾ ਲੱਗ ਜਾਊਗਾ ਵੀ ਕਲਾਸ 'ਚ ਸਾਰੀ GK ਯਾਦ ਹੁੰਦੀ ਕਿ ਨਹੀਂ ਹੁੰਦੀ, ਉਹ ਮੇਰੀ ਗਰੰਟੀ ਹੈ। ਹੁਣ ਇੱਥੇ ਦੇਖਣਾ, ਰਿਵੀਜ਼ਨ ਡੇਲੀ, ਕਲਾਸ ਲੱਗੀ, ਹੋਮਵਰਕ ਹੋ ਗਿਆ ਡੇਲੀ ਕਰ ਲਿਆ, ਰਿਵੀਜ਼ਨ ਹੋ ਗਈ ਡੇਲੀ ਕਰ ਲਈ। ਸੋ ਸਭ ਤੋਂ ਪਹਿਲਾਂ ਆਪਣਾ ਕੰਮ ਇਹੀ ਹੈ, ਹੋਰ ਕੁਛ ਨਹੀਂ। ਪਹਿਲਾਂ ਜੋ ਕਲਾਸ 'ਚ ਪੜ੍ਹਾਇਆ ਜਾ ਰਿਹਾ, ਇਹਨੂੰ ਪੱਕਾ ਕਰਨ ਦਾ ਮਤਲਬ ਕੀ ਹੈ ਵੀ ਅੱਜ ਪੜ੍ਹ ਲਿਆ ਅਤੇ ਘਰ ਜਾ ਕੇ ਪੜ੍ਹ ਲਿਆ। ਬਟ ਹੁੰਦਾ ਕੀ ਹੈ, ਕਈ ਸਟੂਡੈਂਟਸ ਦਾ IQ ਲੈਵਲ ਇੰਨਾ ਵਧੀਆ, ਉਹ ਪਹਿਲੀ ਵਾਰੀ ਸੁਣਨਗੇ ਯਾਦ ਕਰ ਲੈਣਗੇ, ਕਈਆਂ ਦਾ ਇਹ ਜਿਹਾ ਵੀ ਘਰ ਜਾ ਕੇ ਦੁਬਾਰਾ ਪੜ੍ਹਨਗੇ, 3 ਵਾਰ ਪੜ੍ਹਨਗੇ, 4 ਵਾਰ, ਕਈਆਂ ਦਾ ਇਹ ਜਿਹਾ ਹੁੰਦਾ 20-25 ਦਿਨ ਬਾਅਦ ਭੁੱਲ ਜਾਂਦੇ ਆ ਯਾਰ, ਸਾਰਿਆਂ ਦਾ ਸਾਰੇ ਮਿਕਸ ਹੋਵੋਗੇ ਤੁਸੀਂ ਅਜੇ, ਠੀਕ ਹੈ। ਤੁਸੀਂ ਪਹਿਲਾਂ ਆਪਣਾ ਇੱਕ ਤਰੀਕਾ ਪਹਿਚਾਨਣਾ, ਮੈਂ ਦੇਸੀ ਭਾਸ਼ਾ ਵਿੱਚ ਤੁਹਾਨੂੰ ਕਹਿ ਰਿਹਾ, ਸਹੀ ਤੁਸੀਂ ਆਪਦਾ ਇੱਕ ਤਰੀਕਾ ਪਹਿਚਾਨਣਾ, ਤੁਸੀਂ ਆਪਣੇ ਆਪ ਨੂੰ ਪਹਿਚਾਨੋ, ਪੜ੍ਹਨਾ ਕਿੱਦਾਂ, ਯਾਦ ਕਿੱਦਾਂ ਕਰਨਾ। ਹਰ ਸਟੂਡੈਂਟ ਦਾ IQ ਲੈਵਲ ਮੈਂ ਕਹਿ ਰਿਹਾ ਅਲੱਗ ਹੈ, ਕਿਸੇ ਪਰਸਨ ਨੂੰ ਸਿੱਧਾ ਸਿੱਧਾ ਸੁਣ ਕੇ ਯਾਦ ਹੋ ਜਾਂਦਾ ਵੀ ਹਾਂਜੀ ਮੈਂ ਲੈਕਚਰ ਲਾ ਲਿਆ ਜੀ ਯਾਦ ਹੋ ਗਿਆ, ਬਸ ਬਹੁਤ ਹੈ। ਕਿਸੇ ਸਟੂਡੈਂਟ ਨੂੰ ਹੁੰਦਾ ਮੈਂ ਲੈਕਚਰ ਲਾਉਣ ਤੋਂ ਬਾਅਦ ਨਾ ਉਹਨੂੰ ਮੈਂ ਨੋਟਸ ਬਣਾ ਲਾਂ ਸੋਹਣੇ ਸੋਹਣੇ, ਅਤੇ ਉਸ ਤਰੀਕੇ ਨਾਲ ਯਾਦ ਹੁੰਦਾ ਹੈ। ਕਿਸੇ ਨੂੰ ਯਾਦ ਹੁੰਦਾ ਵੀ ਮੇਰੇ ਕੋਲ ਨੋਟਸ ਤਾਂ ਬਣੇ ਹੋਏ, ਮੈਂ ਸੁਣਾ ਦਿਆਂ ਕਿਸੇ ਨੂੰ, ਮੈਨੂੰ ਸੁਣਾ ਕੇ ਯਾਦ ਹੋ ਜਾਊਗਾ। ਕਿਸੇ ਨੂੰ ਹੁੰਦਾ ਮੈਂ ਕਿਸੇ ਨੂੰ ਸਮਝਾ ਦਿਆਂ ਵੀ ਮੈਂ ਤਾਂ ਕੁਛ ਕੀਤਾ, ਮੈਂ ਤੈਨੂੰ ਸਮਝਾਊਂਗਾ, ਯਾਦ ਹੋ ਜਾਏਗਾ। ਸਭ ਤੋਂ ਪਹਿਲਾਂ ਆਪਣਾ ਤਰੀਕਾ ਪਹਿਚਾਨੋ ਆ, ਜਿੱਦਾਂ ਤੁਸੀਂ ਆਪਣਾ ਤਰੀਕਾ ਪਹਿਚਾਣ ਲਿਆ ਨਾ ਵੀ ਮੈਨੂੰ ਕਿਸ ਤਰੀਕੇ ਨਾਲ ਯਾਦ ਹੁੰਦਾ, ਉਸ ਦਿਨ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕੇਗੀ ਯਾਦ ਕਰਨ ਤੋਂ, ਮੈਂ ਗਰੰਟੀ ਨਾਲ ਕਹਿੰਦਾ। ਤੁਸੀਂ ਅਪਣਾ ਕੇ ਦੇਖ ਲਿਆ ਜਿਹੋ ਮਰਜ਼ੀ ਤਰੀਕਾ, ਜਿਹੜੇ 3-4 ਮੈਂ ਦੱਸਿਆ, ਜਿਹੜਾ ਤਰੀਕਾ ਤੁਹਾਨੂੰ ਸੂਟੇਬਲ ਲੱਗਿਆ ਉਹਨੂੰ ਫੋਲੋ ਕਰਿਓ। ਹੁਣ ਜਦੋਂ ਤੁਸੀਂ ਆਹ ਫੋਲੋ ਕਰ ਲਿਆ ਤਾਂ ਆਹ ਰਿਵੀਜ਼ਨ ਤੁਸੀਂ ਆਹੀ ਤਰੀਕੇ ਨਾਲ ਕਰਨੀ ਹੈ, ਆਪਦੇ ਤਰੀਕੇ ਨਾਲ ਰਿਵੀਜ਼ਨ ਹੋ ਗਈ।
ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਛੱਡ ਦਿੰਦੇ ਹਾਂ ਜੀ, ਆਪਾਂ ਭੁੱਲ ਜਾਂਦੇ ਹਾਂ ਵੀ 20 ਦਿਨ ਬਾਅਦ ਆਪਣੀ ਮੈਥ ਦਾ ਟੋਪਿਕ ਲੰਘ ਗਏ, 20 ਦਿਨ ਹੋ ਕੇ ਲੰਘੇ ਨੂੰ, 20 ਦਿਨ ਪਹਿਲਾਂ ਜਿਹੜਾ ਟੋਪਿਕ ਕੀਤਾ ਸੀ ਨਾ ਯਾਦ ਹੀ ਨਹੀਂ ਯਾਰ, ਪਰਸੈਂਟੇਜ ਕਿਵੇਂ ਸੋਲਵ ਕਰਨਾ, ਟਾਈਮ ਐਂਡ ਵਰਕ ਕਿੱਦਾਂ ਸੋਲਵ ਕਰਨਾ। ਤੁਸੀਂ ਇਹ ਤਾਂ ਹੁਣ ਤੁਹਾਡੀ ਡੇਲੀ ਰਿਵੀਜ਼ਨ ਹੈ, ਤੁਸੀਂ ਨਾਲ ਦੀ ਨਾਲ ਆਪਣੀ ਕਰੋਗੇ ਵੀਕਲੀ ਰਿਵੀਜ਼ਨ। ਵੀਕਲੀ ਕਾਹਦੀ ਕਾਹਦੀ ਹੋਣੀ ਚਾਹੀਦੀ ਹੈ, ਦੇਖੋ ਤੁਹਾਡਾ ਜੀਕੇ ਚੱਲ ਰਹੀ ਹੈ, ਮੰਨ ਲਓ ਕੰਪਿਊਟਰ ਹੋ ਗਿਆ, ਪੰਜਾਬੀ ਹੋ ਗਈ, ਇਹਨਾਂ ਦੀ ਤੁਹਾਡੀ ਘੱਟੋ ਘੱਟ ਹਰ ਹਫ਼ਤੇ ਜਿੰਨਾ ਪੜ੍ਹ ਲਿਆ ਸਾਰੇ ਕਾਪੀ ਦੁਬਾਰਾ ਚੱਕ ਲਓ। ਮੰਨ ਲਓ ਪੋਲੀਟੀ ਦੀ ਆਪਾਂ ਅੱਧੀ ਕਾਪੀ ਭਰ ਲਈ, ਹਰ ਹਫ਼ਤੇ ਪੜ੍ਹਨੀ ਉਹਨੂੰ, ਹਰ ਐਤਵਾਰ ਪੜ੍ਹਨੀ ਪੜ੍ਹਨੀ ਹੈ। ਰੋਜ਼ ਤਾਂ 10-15 ਮਿੰਟ ਲਗਾਉਣ ਦਾ ਟਾਈਮ ਦਊਂਗਾ ਤੁਹਾਨੂੰ ਮੈਂ, ਜੀਕੇ ਦਾ ਹੋਮਵਰਕ ਨਹੀਂ ਦਿੰਦਾ ਜ਼ਿਆਦਾ, 10-15 ਮਿੰਟ ਘਰੇ ਹੋਮਵਰਕ ਮਿਲੂਗਾ ਬਸ, ਉਹ ਵੀ ਕਿਹੜਾ ਜਿਹੜਾ ਕਾਪੀ 'ਤੇ ਲਿਖਾਇਆ ਸਮਝਾਇਆ ਉਹੀ ਯਾਦ ਕਰਨਾ, ਹੋਰ ਕੁਛ ਨਹੀਂ ਕਰਨਾ। ਫਿਰ ਉਹਦੇ ਤੋਂ ਬਾਅਦ ਜਿਹੜਾ ਹੋ ਗਿਆ ਮੈਥ ਅਤੇ ਰੀਜ਼ਨਿੰਗ ਵਰਗਾ ਸਬਜੈਕਟ, ਮੈਥ ਰੀਜ਼ਨਿੰਗ ਵਰਗਾ ਸਬਜੈਕਟ, ਜਾਂ ਜੀ ਇੰਗਲਿਸ਼ ਔਖੀ ਲੱਗਦੀ ਹੈ, ਇੰਗਲਿਸ਼ ਔਖੀ ਲੱਗਦੀ ਹੈ, ਇਹਨੂੰ ਤੁਸੀਂ 15 ਦਿਨ ਜਾਂ ਫਿਰ ਮੰਥਲੀ ਰਿਵੀਜ਼ਨ 'ਤੇ ਰੱਖੋਗੇ ਨਾ, ਜੇ ਤੁਸੀਂ ਪੇਪਰ ਕਰਿਆ ਕਰਨਾ ਚਾਹੁੰਦੇ ਹੋ। ਆਪਣੇ ਵਰਗੇ ਸਟੂਡੈਂਟ ਕਰਦੇ ਆ, ਅੱਜ ਪੜ੍ਹ ਲਿਆ, ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਸਿਲੇਬਸ ਹੋ ਗਿਆ ਖਤਮ ਜੀ, ਚਲੋ ਘਰੇ ਚੱਲੀਏ ਬਸ, ਉਹਦੇ ਬਾਅਦ ਆਪਾਂ ਕਾਪੀ ਨੂੰ ਹੱਥ ਲਾਇਆ ਨਹੀਂ, ਪੇਪਰ ਕਿਵੇਂ ਕਲੀਅਰ ਹੋ ਜੂਗਾ। ਫਿਰ 3-3.5 ਮਹੀਨਿਆਂ ਬਾਅਦ ਫਿਰ ਜਾਗ ਆਉਂਦੀ ਵੀ ਕੋਚਿੰਗ ਦੁਬਾਰਾ ਹੀ ਲੈ ਲਈਏ ਯਾਰ, ਪਹਿਲੀ ਵਾਰ ਪੱਲੇ ਨਹੀਂ ਬਾਈ, ਪਹਿਲੀ ਵਾਰ ਕਿਸੇ ਦੇ ਪੱਲੇ ਨਹੀਂ ਪੈਂਦੀ ਹੁੰਦੀ, ਇਹ ਉਦੋਂ ਪੱਲੇ ਪੈਂਦੀ ਹੈ ਜਦੋਂ ਉਹਨੂੰ ਆਪਾਂ 2-3 ਵਾਰ ਪੜ੍ਹ ਲੈਂਦੇ ਹਾਂ। ਮੈਂ ਨਹੀਂ ਕਹੂੰਗਾ ਵੀ 3 ਮਹੀਨੇ ਬਾਅਦ 3 ਮਹੀਨੇ ਪੜ੍ਹਨਾ, ਨਾ, ਤੁਸੀਂ ਜੇ ਮੰਨ ਲਓ ਅੱਜ ਟੋਪਿਕ ਸਟਾਰਟ ਕੀਤਾ ਮੈਥ ਦਾ, 15 ਦਿਨ ਬਾਅਦ ਚੱਕ ਕੇ ਉਹਨੂੰ ਦੁਬਾਰਾ ਕਰ ਦਿਓ ਉਹੀ ਟੋਪਿਕ ਨੂੰ, ਤੁਹਾਡੀ ਕੋਚਿੰਗ ਦੇ ਚਲਦੇ ਚਲਦੇ ਦੌਰਾਨ ਹੀ ਤੁਹਾਡੀ ਰਿਵੀਜ਼ਨ ਹੋ ਜਾਏਗੀ ਨਾਲ ਦੀ ਨਾਲ ਆਰਾਮ ਨਾਲ। ਮੰਨ ਲਓ ਕੋਚਿੰਗ ਹਜੇ ਚੱਲ ਰਹੀ ਹੈ, ਹੁਣੇ ਰਿਵੀਜ਼ਨ ਸਟਾਰਟ ਹੋ ਜਾਏਗੀ, 3 ਮਹੀਨੇ ਬਾਅਦ ਸਿਲੇਬਸ ਖਤਮ ਹੋਊਗਾ, ਉਹਨੇ ਨੂੰ ਸਾਰੇ ਸਬਜੈਕਟ ਤੁਹਾਡੇ ਰਿਵਾਈਜ਼ ਵੀ ਹੋਏ ਪਏ ਹੋਣਗੇ। ਉਹ ਕਿੱਦਾਂ, ਆਪਾਂ ਹਫ਼ਤੇ 'ਚ 1 ਸਬਜੈਕਟ ਚੱਕਣਾ ਵਾ, ਜੀਕੇ ਹਫ਼ਤੇ ਬਾਅਦ ਸਾਰੀ ਪੜ੍ਹ ਜਾਂਗੇ। ਜੇ ਮੰਨ ਲਓ 50 ਪੇਜ ਦੇ ਜੀਕੇ ਭਰੀ ਗਈ, 100 ਪੇਜਾਂ ਦੀ ਭਰੀ ਗਈ, ਉਹ 100 ਪੇਜ ਪੜ੍ਹਨ ਲੱਗਿਆ ਤੁਹਾਨੂੰ ਇਸ ਹਫ਼ਤੇ ਵੱਧ ਤੋਂ ਵੱਧ 3 ਘੰਟੇ ਲੱਗਣਗੇ, ਅਗਲੀ ਵਾਰੀ ਆਪਣੇ ਆਪ 2.5 ਘੰਟੇ ਲੱਗਣਗੇ ਅਗਲੇ ਹਫ਼ਤੇ, ਉਹਦੇ ਤੋਂ ਅਗਲੇ ਹਫ਼ਤੇ 2 ਤੇ ਆ ਜਾਓਗੇ, ਹੌਲੀ ਹੌਲੀ ਕਰਦੇ 3 ਮਹੀਨੇ ਦੇ ਐਂਡ 'ਤੇ ਜੇ ਤੁਸੀਂ ਹਰ ਹਫ਼ਤੇ ਰਿਵਾਈਜ਼ ਕਰਦੇ ਰਹੋ ਨਾ, 1.5 ਘੰਟਾ ਲੱਗੂਗਾ ਤੁਹਾਨੂੰ, ਸਿਰਫ ਉਹੀ ਕਾਪੀ ਹੋਏਗੀ, ਉਹੀ ਨੋਟਸ ਹੋਣਗੇ, ਉਹੀ ਤੁਹਾਡੇ ਹੱਥਾਂ ਨਾਲ ਲਿਖਿਆ ਹੋਇਆ ਡਾਟਾ ਹੋਏਗਾ, ਪਹਿਲਾ ਪੇਜ ਚੱਕ ਆ ਵੀ ਆਉਂਦਾ, ਆ ਵੀ ਆਉਂਦਾ, ਆ ਵੀ ਆਉਂਦਾ, ਆ ਵੀ ਆਉਂਦਾ, ਇੱਦਾਂ ਹੀ ਹੋਊਗਾ ਐਂਡ ਦੇ ਆਉਂਦੇ ਆਉਂਦੇ। ਤਾਂ ਨਾਲ ਦੀ ਨਾਲ ਪਹਿਲਾਂ ਡੇਲੀ ਰਿਵੀਜ਼ਨ ਕਰਨੀ ਹੈ, ਦੂਜਾ ਮੰਥਲੀ ਅਤੇ ਵੀਕਲੀ ਰਿਵੀਜ਼ਨ ਕਰਨੀ ਹੈ, ਤੀਜਾ ਤੁਹਾਡਾ ਕੀ ਫੋਕਸ ਹੋਣਾ ਚਾਹੀਦਾ ਹੈ, ਤੀਜਾ ਹੋਣਾ ਚਾਹੀਦਾ ਐਮ ਸੀ ਕਿਊਜ਼, ਮਲਟੀਪਲ ਚੋਇਸ ਕੁਸ਼ਚਨ ਆਪਣੇ ਪ੍ਰੈਕਟਿਸ ਕਰਨੀ ਹੈ। ਲਾਈਕ ਹੁਣ ਮੰਨ ਲਓ ਆਪਾਂ ਪੋਲੀਟੀ ਪੜ੍ਹ ਰਹੇ ਹਾਂ, ਪੋਲੀਟੀ ਵਿੱਚ ਰਾਸ਼ਟਰਪਤੀ ਟੋਪਿਕ ਪੜ੍ਹ ਲਿਆ, ਉਹ ਰਾਸ਼ਟਰਪਤੀ ਦਾ ਤੁਹਾਨੂੰ ਮੈਂ ਟੈਸਟ ਦੇਊਂਗਾ, ਤੁਹਾਨੂੰ ਲੱਗਦਾ ਮੇਰੇ ਕੋਲ ਕਿਤਾਬ ਹੈਗੀ ਹੈ ਉਹਦੇ ਵਿੱਚ ਰਾਸ਼ਟਰਪਤੀ ਦੇ ਕੁਸ਼ਚਨ ਪਏ ਹੈ, ਲਾ ਦਿਓ, ਕੋਈ ਦਿੱਕਤ ਨਹੀਂ। ਐਮ ਸੀ ਕਿਊਜ਼ ਪ੍ਰੈਕਟਿਸ, ਤੁਹਾਨੂੰ ਜਿੰਨਾ ਥਿਊਰੀ ਪੜ੍ਹ ਕੇ ਸਮਝ ਆਉਂਦੀ ਹੈ ਨਾ, ਉਹ ਇੱਕ ਵਾਰੀ ਥਿਊਰੀ ਪੜ੍ਹ ਲਓ, ਉਹਦੇ ਤੋਂ ਡਬਲ ਤੁਹਾਨੂੰ ਫਾਇਦਾ ਮਿਲੇਗਾ ਐਮ ਸੀ ਕਿਊਜ਼ ਨਾਲ। ਇੱਕ ਤਾਂ ਤੁਹਾਨੂੰ ਪਤਾ ਲੱਗ ਜੂਗਾ ਕੁਸ਼ਚਨ ਕਿੱਦਾਂ ਬਣਦੇ ਆ, ਇੱਕ ਹਮੇਸ਼ਾ ਹਮੇਸ਼ਾ ਜੇ 100 ਕੁਸ਼ਚਨ ਤੁਸੀਂ ਨਵੇਂ ਲਾਏ ਨਾ, ਸੋਚੋ ਕੋਈ 4-5 ਕੁਸ਼ਚਨ ਜਾਂ 2 ਕੁਸ਼ਚਨ ਇਹੋ ਜਿਹੇ ਹੋਣਗੇ ਹੋਣਗੇ ਜਿਹੜੇ ਤੁਹਾਡੇ ਨੋਟਸ ਵਿੱਚ ਐਡ ਸ਼ਾਇਦ ਨਾ ਹੋਣ, ਕਿਉਂਕਿ ਮੈਂ ਕਹਿ ਰਿਹਾ ਜੀਕੇ ਸਾਰੇ ਸਬਜੈਕਟ ਇੱਕ ਸਮੁੰਦਰ ਹੈ, ਕੋਈ ਲੈਵਲ ਖਤਮ ਹੋਣ ਵਾਲਾ ਹੈ ਨਹੀਂ ਇਹਨਾਂ ਦਾ। ਜਦੋਂ ਤੁਹਾਨੂੰ ਕੋਈ ਨਵਾਂ ਪੁਆਇੰਟ ਮਿਲੇ, ਇਹ ਐਮ ਸੀ ਕਿਊ ਪ੍ਰੈਕਟਿਸ ਲਾਉਂਦੇ ਲਾਉਂਦੇ ਉਹ ਵਾਲੀਆਂ ਨਵੀਆਂ ਚੀਜ਼ਾਂ ਨੂੰ ਆਪਣੀ ਕਾਪੀ ਵਿੱਚ ਐਡ ਕਰਦੇ ਰਹੋ, ਕਾਪੀ 'ਚ ਐਡ ਕਰਦੇ ਰਹੋ। ਫਿਰ ਜਦੋਂ ਤੁਹਾਡਾ ਟੋਪਿਕ ਹੋ ਗਿਆ, ਮੰਨ ਲਓ ਪ੍ਰੈਜ਼ੀਡੈਂਟ ਦਾ ਟੋਪਿਕ ਪੜ੍ਹ ਲਏ ਸੀ, ਕੰਪਿਊਟਰ ਦਾ ਮਾਈਕ੍ਰੋਸੋਫਟ ਵਰਡ ਪੜ੍ਹ ਲਏ ਸੀ, ਜਾਂ ਪੰਜਾਬੀ ਦਾ ਨਾਂਵ ਪੜ੍ਹ ਲਏ ਸੀ, ਆਹ ਟੋਪਿਕ ਆਪਾਂ ਪੜ੍ਹ ਲਿਆ, ਟੋਪਿਕ ਤੋਂ ਬਾਅਦ ਐਮ ਸੀ ਕਿਊ ਲਾ ਲਏ, ਫਿਰ ਤੁਸੀਂ ਜਦੋਂ ਪੋਲੀਟੀ ਖਤਮ ਹੋ ਗਈ, ਕੰਪਿਊਟਰ ਖਤਮ ਹੋ ਗਿਆ, ਪ੍ਰੀਵੀਅਸ ਈਅਰ ਕੁਸ਼ਚਨ ਲਾ ਦਿਓ, ਪਿਛਲੇ ਸਾਲਾਂ 'ਚ ਆਏ ਹੋਏ ਪ੍ਰਸ਼ਨ ਲਾ ਦਿਓ, ਪਤਾ ਲੱਗ ਜੂਗਾ ਜਿਹੜਾ ਅਸੀਂ ਸਬਜੈਕਟ ਜਿਸ ਤਰੀਕੇ ਨਾਲ ਕੀਤਾ ਕਿ ਅਜੇ ਕੁਸ਼ਚਨ ਹੀ ਪੇਪਰਾਂ 'ਚ ਆਉਂਦੇ ਆ। ਜੇ ਤੁਸੀਂ ਆਹ ਵੀ ਲਾ ਗਏ ਫਿਰ ਤੁਹਾਨੂੰ ਕੋਈ ਰੋਕੇਗਾ ਨਹੀਂ, ਰੋਕ ਹੀ ਨਹੀਂ ਸਕਦਾ ਵੀ ਤੁਹਾਡਾ ਪੇਪਰ ਕਲੀਅਰ ਨਾ ਹੋਵੇ, ਆਰਾਮ ਨਾਲ, ਕਿਉਂਕਿ ਆਪਣੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪ੍ਰੈਕਟਿਸ। ਉਹ ਪ੍ਰੈਕਟਿਸ ਅੱਧੇ ਸਟੂਡੈਂਟ ਕਰਨਗੇ ਤੁਹਾਡੇ ਵਿੱਚੋਂ, ਮੈਂ ਦੱਸਦਾ ਤੁਹਾਡੇ 'ਚ, ਤੁਸੀਂ ਦੇਖ ਖੁਦ ਦੇਖ ਲਿਆ ਜੀ, ਅੱਧੇ ਵੀ ਕਰ ਜਾਂਦਾ ਔਖਾ ਹੈ ਵੀ ਘਰੇ ਜਾ ਕੇ ਡੇਲੀ ਰਿਵੀਜ਼ਨ ਪਲੱਸ ਵੀਕਲੀ ਅਤੇ ਮੰਥਲੀ ਰਿਵੀਜ਼ਨ, ਫਿਰ ਉਹਦੇ ਤੋਂ ਬਾਅਦ ਹਰ ਟੋਪਿਕ ਦੇ ਐਮ ਸੀ ਕਿਊਜ਼ ਅਤੇ ਪ੍ਰੀਵੀਅਸ ਈਅਰ ਕੁਸ਼ਚਨ ਬਾਅਦ 'ਚ ਸਬਜੈਕਟ ਦੇ ਪੂਰੇ। ਜੇ ਇਹ ਤੁਸੀਂ 4 ਚੀਜ਼ਾਂ ਕਰਗੇ, ਹੁਣ ਦੇਖ ਲਓ 1, 2, 3 ਅਤੇ 4 ਜਗ੍ਹਾ 'ਤੇ ਆਪਣੀ ਰਿਵੀਜ਼ਨ ਹੋ ਗਈ,
ਚਾਰ ਜਗ੍ਹਾ ਤੇ ਪ੍ਰੈਕਟਿਸ ਹੋ ਗਈ ਆਪਣੀ, ਸਮਝੇ ਆਪਾਂ ਇੱਕ ਵਾਰੀ ਆ ਉਸ ਕਲਾਸ ਵਿੱਚ, ਤੇ ਜਦੋਂ ਆਪਾਂ ਚਾਰ ਵਾਰੀ ਕਰ ਲਈ ਫਿਰ ਪੇਪਰ ਕਿਉਂ ਨਾ ਕਰੈਕ ਹੋਊਗਾ। ਤੇ ਉਹ ਵਾਲੇ ਸਬਜੈਕਟ ਜਿੱਥੋਂ ਦੀ ਨੰਬਰ ਫੁੱਲ ਬੜਾ ਫੁੱਲ ਲਿੱਤੇ ਜਾ ਸਕਦੇ ਹੈ, ਇੱਥੋਂ ਤਾਂ ਸੋਚ ਕੇ ਚੱਲੋ ਇਹ ਤਾਂ ਸਾਡੇ ਵਾਸਤੇ ਖਜ਼ਾਨਾ ਹੈ, ਇਹਨੂੰ ਤਾਂ ਭੁੱਲ ਹੀ ਨਹੀਂ ਸਕਦੇ ਅਸੀਂ, ਇਹਦਾ ਖਜ਼ਾਨਾ ਹੈ। ਇਹਦਾ 10 ਚੋਂ 10 ਜੇ ਮੈਂ ਲੈ ਰਿਹਾ ਨਾ ਤਾਂ ਮੈਂ ਫਾਇਦੇ 'ਚ ਹਾਂ, ਜੇ ਮੈਂ 10 ਚੋਂ 9 ਵੀ ਲੈ ਗਿਆ ਨਾ ਤਾਂ ਸਾਹਮਣੇ ਵਾਲਾ ਸਟੂਡੈਂਟ ਦਾ ਕੰਪਿਊਟਰ ਜਿਹੜਾ ਚੰਗੀ ਤਿਆਰੀ ਕਰਕੇ ਬੈਠਾ ਉਹ ਇੱਕ ਨੰਬਰ ਮੇਰੇ ਤੋਂ ਅੱਗੇ ਲੰਘ ਗਿਆ, ਉਹ 10 ਚੋਂ 9 ਨਹੀਂ ਉਹ 10 ਚੋਂ 10 ਲੈ ਕੇ ਜਾਊਗਾ। ਅਤੇ ਜੇ ਆਪਾਂ ਇੱਥੋਂ ਫੁੱਲ ਬੜਾ ਫੁੱਲ ਲੈ ਰਹੇ ਹਾਂ ਨਾ ਤਾਂ ਆਪਾਂ ਨੂੰ ਫਾਇਦਾ ਹੈ, ਜੇ ਇੱਧਰੋਂ ਫਿਰ ਮਾਰ ਵੀ ਪੈਂਦੀ ਆ ਹਲਕੀ ਫੁਲਕੀ ਉੱਤੇ ਥੱਲੇ ਹੁੰਦਾ ਵੀ ਹੈ, ਇੱਧਰੋਂ ਦੀ ਮਾਰ ਤੁਹਾਨੂੰ ਮੈਂ ਦੱਸਦੀ ਕਿਵੇਂ ਕਵਰ ਕਰਨੀ ਹੈ, ਇਹ ਵੀ ਆਪਾਂ ਖਾਣੀ ਨਹੀਂ ਹੈ ਮਾਰ, ਉਹ ਕਿਵੇਂ ਕਵਰ ਕਰਨੀ ਹੈ ਡੇਲੀ ਪਲੱਸ ਮੈਥ ਰੀਜ਼ਨਿੰਗ ਦੀ, ਤੁਸੀਂ 15 ਦਿਨ ਬਾਅਦ ਜਾਂ ਮਹੀਨੇ ਬਾਅਦ ਇੱਕ ਟੋਪਿਕ ਪੁਰਾਣਾ ਚੱਕੋ ਜਿਹੜਾ ਸਭ ਤੋਂ ਪਹਿਲਾਂ ਹੋਇਆ ਸੀ, ਫਿਰ ਉਹੀ ਟੋਪਿਕ ਦੇ MCQs ਅਤੇ ਪ੍ਰੀਵੀਅਸ ਈਅਰ ਕੁਐਸਚਨ ਲਾਓ, ਆਪਣੀ ਕਹਾਣੀ ਖਤਮ। ਇਹ ਸਟ੍ਰੈਟਜੀ ਫੋਲੋ ਕਰੋਗੇ ਤਾਂ ਫਾਇਦਾ ਹੈ, ਅਦਰਵਾਈਜ਼ ਇਕੱਲੀਆਂ ਕਲਾਸਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਕਲਾਸਾਂ ਘਰ ਬਹਿ ਕੇ ਵੀ ਲਾ ਲਾਂਗੇ ਆਪਾਂ, ਵੀ ਸੁਣਨੀ ਹੈ ਕਲਾਸ ਲਾ ਲਾਂਗੇ ਕੋਈ ਗੱਲ ਨਹੀਂ, ਜੇ ਪ੍ਰੈਕਟਿਸ ਕਰੋਗੇ ਤਾਂ ਫਾਇਦਾ ਹੈ। ਕਰ ਲਓਗੇ ਪ੍ਰੈਕਟਿਸ ਸਾਰੇ? ਪੱਕੀ ਗੱਲ ਹੈ, ਚਲੋ ਓਕੇ। ਸੋ GK ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਸੀ ਆਪਣੇ ਕੋਲ ਸਿਰਫ ਆਹੀ ਹੈ, ਪੋਲਿਟੀ ਹੈ, ਪੰਜਾਬ GK ਹੈ, ਸਾਇੰਸ ਐਂਡ ਟੈਕਨੋਲੋਜੀ ਦਾ ਬੇਸਿਕ ਹੈ ਅਤੇ ਕਰੰਟ ਅਫੇਅਰ ਆ, ਚਾਰ ਚੀਜ਼ਾਂ ਨੇ। ਅਤੇ ਪੋਲਿਟੀ ਅਤੇ ਪੰਜਾਬ GK ਜਿਹੜੀਆਂ 2 ਪੋਰਸ਼ਨ ਆਪਣੇ ਕੋਲ ਹੈਗੇ ਨੇ ਆਪਾਂ ਪੜ੍ਹਾਂਗੇ। ਅਤੇ ਅੱਜ ਆਪਾਂ ਪਹਿਲਾ ਟੋਪਿਕ ਬਿਲਕੁਲ ਬੇਸ ਰੱਖਣ ਜਾ ਰਹੇ ਹਾਂ, ਆਧਾਰ ਕਰਨ ਜਾ ਰਿਹਾ ਹੁੰਦਾ, ਉਹ ਆਪਣੇ ਕੋਲ ਹੋਏਗਾ ਆਪਣੀ ਇੰਡੀਅਨ ਪੋਲਿਟੀ। ਕਿਹੜਾ ਕਿਹੜਾ ਸਟੂਡੈਂਟ ਇਹੋ ਜਿਹਾ ਹੈਗਾ ਜਿਹੜਾ ਉਰਦੂ ਮੀਡੀਅਮ ਦੇ ਵਿੱਚ ਕਰਨਾ ਪਸੰਦ ਕਰੇਗਾ? ਹੈ ਸਰ ਆ ਕੀ ਹੈ ਨਾ, ਪੰਜਾਬੀ ਮੀਡੀਅਮ ਵਾਲਾ ਕਿਹੜਾ ਕਿਹੜਾ ਪਿਓਰ ਪੰਜਾਬੀ ਮੀਡੀਅਮ ਵਾਲਾ? ਉਹ ਸਾਰੀ ਹੈ ਯਾਰ। ਚਲੋ ਇੱਕ ਸੋਹਣੀ ਜਿਹੀ ਸਲਾਹ ਦੇ ਦੇਣਾ, ਅੱਛਾ ਜਦੋਂ ਪੇਪਰ ਅਟੈਂਪਟ ਕਰੋਗੇ ਪੰਜਾਬੀ 'ਚ ਕਰਕੇ ਆਓਗੇ? ਫਿਰ ਪੇਪਰ ਅਟੈਂਪਟ ਪੰਜਾਬੀ 'ਚ ਕਰਕੇ ਆਓਗੇ? ਅੱਛਾ ਇੰਗਲਿਸ਼ ਜਿਹੜੀ ਆਉਣੀ ਹੈ ਕਿੰਨੇ ਨੰਬਰ ਦੀ ਆਉਣੀ ਤੁਹਾਨੂੰ? 10 ਨੰਬਰ ਦੀ। ਅਤੇ ਜੇ ਉੱਥੇ ਮਾਰ ਪੈ ਗਈ ਫਿਰ? ਜੇ ਪਹਿਲਾਂ ਹੀ ਸੋਚ ਰੱਖਿਆ ਕਰਨੀ ਨਹੀਂ, ਆਹੀ ਸਭ ਤੋਂ ਵੱਡੀ ਤਾਂ ਕਮੀ ਹੈ। ਅੱਛਾ ਆਹ ਕੀ ਆ? ਚੇਅਰ ਇੰਗਲਿਸ਼ ਇੰਗਲਿਸ਼ ਹੈ ਨਾ, ਆਉਂਦੀ ਹੈ ਮਤਲਬ ਫਿਰ ਤਾਂ ਆਉਂਦੀ ਹੈ। ਉਹ ਕੀ ਪਿਆ? ਟੇਬਲ, ਮੇਜ ਨਹੀਂ ਹੈਗਾ ਉਹ, ਹੈ ਨਾ, ਸਿੱਖੀ ਹੋਈ ਹੈ ਨਾ ਫਿਰ, ਤਾਂ ਉਹ ਚੀਜ਼ਾਂ ਆਉਂਦੀਆਂ ਨਾ, ਯਾਦ ਹੋ ਜਾਂਦੀਆਂ ਚੀਜ਼ਾਂ ਤੁਹਾਨੂੰ। ਮੈਂ ਅਗਰ ਕਹਾਂ ਵੀ ਆਪਣੇ ਇਹਨੂੰ ਬੋਲਦੇ ਨੇ ਪੋਡੀਅਮ, ਮੈਨੂੰ ਪਤਾ ਤਾਂ ਹੀ ਬੋਲਿਆ ਮੈਂ, ਇਹਨੂੰ ਕੀ ਬੋਲਦੇ ਆ? ਪੋਡੀਅਮ। ਕੱਲ੍ਹ ਵੀ ਪੋਡੀਅਮ ਹੀ ਰਹੂਗਾ ਨਾ, ਪਰਸੋਂ ਵੀ ਪੋਡੀਅਮ ਹੀ ਰਹੂਗਾ, ਪੱਕਾ। ਡਾਈਸ ਸੁਣਿਆ ਹੋਏਗਾ, ਡਾਈਸ ਕਹਿੰਦੇ ਸੀ ਇਹਨੂੰ, ਹੈ ਨਾ, ਡਾਈਸ ਨਹੀਂ ਉਹ ਪੋਡੀਅਮ ਹੁੰਦਾ, ਸਹੀ ਸਹੀ ਹੈ, ਠੀਕ ਹੈ। ਅੱਛਾ ਇਹਨੂੰ ਪੋਡੀਅਮ ਬੋਲਦੇ, ਆਪਾਂ ਕੋਈ ਔਖੀ ਚੀਜ਼ ਤਾਂ ਨਹੀਂ ਹੈਗੀ ਯਾਦ ਕਰਨੀ, ਆਪਾਂ ਪੰਜਾਬ ਜਿਹੜੀ ਆਪਣੀ GK ਹੋਏਗੀ ਨਾ ਆਪਾਂ ਐਵੇਂ ਕਰਾਂਗੇ, ਬਾਇਲਿੰਗੁਅਲ, ਇੱਕ ਪਾਸੇ ਮੈਂ ਲਿਖਾਂਗਾ ਰਾਸ਼ਟਰਪਤੀ, ਇੱਕ ਪਾਸੇ ਲਿਖਾਂਗਾ ਪ੍ਰੈਜੀਡੈਂਟ। ਸਾਰਿਆਂ ਨੇ ਕੀ ਕਰਨਾ, ਆਪਦੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ ਆਪਣੀ, ਚੱਲੇਗੀ ਇੱਥੇ। ਜੇ ਕਿਸੇ ਨੂੰ ਹਿੰਦੀ ਮੀਡੀਅਮ ਵੀ ਚਾਹੀਦਾ ਉਹ ਵੀ ਦੇ ਦੂੰਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਸਾਰਿਆਂ ਨੇ ਕਾਪੀ 'ਤੇ ਦੋਨੋਂ ਸ਼ਬਦ ਲਿਖਣੇ ਆ, ਕੋਈ ਪ੍ਰੈਜੀਡੈਂਟ ਨੂੰ ਰਾਸ਼ਟਰਪਤੀ ਕਹਿਣਾ ਕੋਈ ਔਖਾ ਨਹੀਂ ਹੈਗਾ, ਕੋਨਸਟੀਟਿਊਸ਼ਨ ਹੈ, ਕੋਨਸਟੀਟਿਊਸ਼ਨ ਬੋਲਣਾ ਕੋਈ ਔਖਾ ਨਹੀਂ ਹੈਗਾ, ਸੰਵਿਧਾਨ ਆਪਾਂ ਕਹਿ ਦਿੰਦੇ ਹੁੰਦੇ ਹਾਂ। ਉਪ ਰਾਸ਼ਟਰਪਤੀ ਜਾਂ ਵਾਈਸ ਪ੍ਰੈਜੀਡੈਂਟ ਬਣ ਜਾਏਗਾ, ਗਵਰਨਰ ਹੈ ਤਾਂ ਗਵਰਨਰ ਆ ਗਿਆ, ਰਾਜਪਾਲ ਆ ਗਿਆ, ਮਤਲਬ ਉਹ ਚੀਜ਼ਾਂ ਜਿਹੜੀਆਂ ਆਪਾਂ ਅੱਜ ਤੱਕ ਇਗਨੋਰ ਕਰ ਰਹੇ ਸੀ ਵੀ ਅੰਗਰੇਜ਼ੀ ਨਹੀਂ ਸਿੱਖਣੀ, ਸਿਰਫ ਪੀਣੀ ਹੈ ਸ਼ਾਮ ਨੂੰ, ਤਾਂ ਆਪਾਂ ਹੁਣ ਸਿੱਖਾਂਗੇ ਵੀ, ਠੀਕ ਹੈ, ਹੁਣ ਆਪਾਂ ਸਿੱਖਾਂਗੇ। ਅਤੇ ਇੰਗਲਿਸ਼ ਵਾਲੇ ਜਿਹੜੇ ਤੁਹਾਡੇ ਮਾਟਰ ਜੀ ਰਹਿਣਗੇ ਉਹ ਵੀ ਪਿਓਰ ਪੰਜਾਬੀ ਦੇ ਵਿੱਚ ਪੜ੍ਹਾਉਣਗੇ ਤੁਹਾਨੂੰ ਅੰਗਰੇਜ਼ੀ, ਪਿਓਰ ਪੰਜਾਬੀ 'ਚ, ਵੀ ਇਹ ਜੀ ਪੰਜਾਬੀ ਦੇ ਵਿੱਚ ਵੀ ਜਿਹੜੀ ਤਾਂ ਆਪਾਂ ਸੋਚਦੇ ਵੀ ਯਾਰ ਇੰਗਲਿਸ਼ ਕਰਨੀ ਔਖੀ ਆ, ਉਹ ਸੌਖੀ ਲੱਗਣੀ ਸਟਾਰਟ ਹੋ ਜਾਏਗੀ ਆਪਣੇ ਆਪ। ਤਾਂ ਆਪਦੇ ਆਪ ਨੂੰ ਇੰਪਰੂਵ ਕਰਨਾ ਆਪਣੇ ਹੱਥਾਂ ਦੇ ਵਿੱਚ ਰਹਿਣਾ ਚਾਹੀਦਾ ਤੁਹਾਡੇ, ਕੋਈ ਆ ਕੇ ਇੰਪਰੂਵ ਨਹੀਂ ਕਰਵਾ ਸਕਦਾ ਤੁਹਾਨੂੰ ਵੀ ਹਾਂ ਯਾਰ ਆਹ ਕਰ ਲੈ, ਇੱਦਾਂ ਹੱਥ ਪਕੜ ਕੇ ਕਰਾ ਲਿਆ। ਉਹ ਸਕੂਲਾਂ ਵਾਲਾ ਕੰਮ ਸੀ, ਮੈਡਮ ਪਹਿਲਾਂ ਛੋਟੇ ਹੁੰਦੇ ਹੱਥ ਨਾਲ ਲਿਖਾ ਦਿੰਦੇ ਸੀ ਵੀ ਠੀਕ ਹੈ, ਡਿਕਟੇਸ਼ਨ ਲਿਖਵਾਤੀ, ਆਹ ਕਰਵਾਤਾ, ਆਹ ਕਰਵਾਤਾ, ਹੁਣ ਨਹੀਂ ਹੋਣਾ, ਹੁਣ ਆਪਾਂ ਨੂੰ ਹੀ ਕਰਨਾ ਪੈਣਾ। ਅਤੇ ਔਖਾ ਨਹੀਂ ਹੈਗਾ, ਕੋਈ ਹੁਣੇ ਭੱਜ ਕੇ ਆਪਾਂ ਕੋਲੋਂ ਦੀ ਭੱਜ ਗਏ, ਨੰਬਰ ਬੋਲ ਕੇ ਜਾਊਗਾ ਨਾ 6837 4453 ਲੈ ਆਹ ਦੱਸ ਸਰ, ਕੱਲ੍ਹ ਤੱਕ ਯਾਦ ਰਹੂਗਾ, ਅੱਧੇ ਨੰਬਰ ਤਾਂ ਅਜੇ ਤੁਹਾਡੇ ਕੋਲ ਸੇਵ ਨਹੀਂ ਹੈਗੇ, ਯਾਦ ਨੇ ਕਦੇ ਪੱਪੂ ਪਲੰਬਰ ਲਿਖ ਦਿੰਦੇ ਨਾ, ਪੱਪੂ ਪਲੰਬਰ। ਚਲੋ
ਇੰਡੀਅਨ ਪੋਲਿਟੀ ਰਾਜ ਵਿਵਸਥਾ ਤਾਂ ਪੇਪਰ ਦਾ ਮੈਂ ਪਤਾ ਕਿਉਂ ਕਹਿ ਰਿਹਾ ਯਾਰ, ਮੈਨੂੰ ਕੋਈ ਨਹੀਂ ਹੈ, ਮੈਂ ਤੁਹਾਨੂੰ ਅੰਗਰੇਜ਼ੀ ਸਿਖਾਉਣ ਨਹੀਂ ਆਇਆ, ਮੈਂ ਤੁਹਾਨੂੰ ਤਾਂ ਕਹਿ ਰਿਹਾ ਜਦੋਂ ਪੇਪਰ ਦੇਣ ਜਾਂਦੇ ਹੋ ਨਾ ਤੁਸੀਂ ਪੇਪਰ ਦੇ ਪਹਿਲੇ ਪੇਜ ਤੇ, ਜਦੋਂ ਆਨਲਾਈਨ ਪੇਪਰ ਹੋਊਗਾ ਪਹਿਲੀ ਸ਼ੀਟ ਤੇ ਸਾਹਮਣੇ ਪਤਾ ਕੀ ਲਿਖਿਆ ਹੋਏਗਾ, ਇੱਕ ਪੁਆਇੰਟ ਇਹਦਾ ਲਿਖਿਆ ਹੋਏਗਾ ਵੀ ਅਗਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕੁਝ ਗਲਤੀ ਲਿਖਦੀ ਹੈ ਜਾਂ ਬਦਲਿਆ ਹੋਇਆ ਲਿਖਦਾ ਤਾਂ ਇੰਗਲਿਸ਼ ਵਾਲੀ ਮੰਨੀ ਜਾਊਗੀ। ਜੇ ਮੰਨ ਲਓ ਤੁਸੀਂ ਕੁਐਸਚਨ ਸੋਲਵ ਕਰ ਰਹੇ ਹੋ, ਉੱਥੇ ਉੱਤੇ ਲਿਖਿਆ ਆ ਗਿਆ, ਕੁਐਸਚਨ ਇਹ ਲਿਖਿਆ ਆ ਗਿਆ ਵੀ ਇੱਕ ਦੁਕਾਨਦਾਰ ਕਿਸੇ ਚੀਜ਼ ਨੂੰ 10% ਪ੍ਰੋਫਿਟ ਤੇ ਵੇਚਦਾ, ਕਿਤੇ ਗਲਤੀ ਨਾਲ ਥੱਲੇ ਪੰਜਾਬੀ 'ਚ ਉਹਨਾਂ ਨੇ 0 ਪਾਣੀ ਭੁੱਲ ਗਏ, 1% ਲਿਖਤਾ, ਤੁਸੀਂ 1% ਆਨਸਰ ਲਾਇਆਓਗੇ, ਚੈਲੰਜ ਨਹੀਂ ਕਰ ਸਕਦੇ ਤੁਸੀਂ ਉਸ ਚੀਜ਼ ਨੂੰ ਕੱਲ੍ਹ ਨੂੰ, ਕਿਉਂਕਿ ਉਹਨੇ ਪਹਿਲਾਂ ਹੀ ਕਿਹਾ ਵੀ ਇੰਗਲਿਸ਼ ਅਤੇ ਪੰਜਾਬੀ 'ਚੋਂ ਮੰਨੀ ਕਿਹੜੀ ਜਾਊਗੀ, ਇੰਗਲਿਸ਼ ਮੰਨੀ ਜਾਏਗੀ। ਸੋ ਸਾਰੇ ਜਣੇ ਆਪਦੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਸਟਾਰਟਿੰਗ ਤੋਂ ਹੀ ਕਰਾਂਗੇ, ਆਪਾਂ ਕਰ ਲਾਂਗੇ ਇੰਨਾ, ਮੈਨੂੰ ਪਤਾ ਆਰਾਮ ਨਾਲ ਤੁਸੀਂ ਬੋਲੋਗੇ, ਬਾਅਦ 'ਚ ਕੋਨਸਟੀਟਿਊਸ਼ਨ ਹੀ ਬੋਲੋਗੇ, ਸੰਵਿਧਾਨ ਬੋਲੋਗੇ, ਸੰਵਿਧਾਨ ਛੱਡ ਦੋਗੇ ਹੌਲੀ ਹੌਲੀ ਕਰਕੇ, ਅਤੇ ਆਪਾਂ ਕੋਨਸਟੀਟਿਊਸ਼ਨ ਦੀ ਆ ਜਾਂਗੇ। ਸੋ ਇੰਡੀਅਨ ਪੋਲਿਟੀ ਕੀ ਹੁੰਦੀ, ਚਲੋ ਹਾਂਜੀ ਮੈਂ ਅੱਛਾ ਇੱਕ ਦੋ ਗੱਲਾਂ ਦੱਸਦਾ, ਇੱਕ ਤਾਂ ਆਪਾਂ ਕਲਾਸ 'ਚ ਸ਼ਕਤੀਮਾਨ ਨਹੀਂ ਬਣਨਾ, ਆਹ ਵਾਲਾ ਵੀ ਨਾਲ ਨਾਲ ਲਿਖੀਏ, ਕੋਈ ਲੋੜ ਨਹੀਂ, ਆਪਾਂ ਆਰਾਮ ਨਾਲ ਟਾਈਮ ਮਿਲੇਗਾ, ਪਹਿਲਾਂ ਸਮਝਾਊਂਗਾ ਫਿਰ ਲਿਖ ਲਿਆ, ਜੇ ਖੁੱਲ੍ਹਾ ਟਾਈਮ ਹੈ ਕੋਈ ਦਿੱਕਤ ਨਹੀਂ, ਮਤਲਬ ਤੁਸੀਂ ਤਾਂ ਸ਼ਕਤੀਮਾਨ ਕੀ ਬਣੋ, ਕੁੜੀਆਂ ਗੰਗਾਧਰ ਦੇ ਨਾਲ ਹੁੰਦੇ ਗੀਤਾ ਵਿਸ਼ਵਾਸ, ਹੈ ਨਾ, ਉਹ ਨਹੀਂ ਬਣਨਾ। ਹੁਣ ਦੂਜੀ ਗੱਲ ਹੋਰ, ਕਲਾਸ 'ਚ ਸ਼ਰਮ ਨਹੀਂ ਕਰਨੀ ਕੋਈ ਪੁਆਇੰਟ ਪੁੱਛਣ ਲੱਗੇ, ਆਪਾਂ ਸਿੱਖਣ ਆਏ ਹਾਂ, ਸਮਝਣ ਆਏ ਹਾਂ, ਕੋਈ ਇਹ ਨਹੀਂ ਕਹੇਗਾ ਵੀ ਹਾਂ ਯਾਰ ਮੈਂ ਪੁੱਛਾਂ ਯਾਰ ਮੈਨੂੰ ਡਰ ਲੱਗੀ ਜਾਂਦਾ, ਕਿਵੇਂ ਪੁੱਛਾਂ, ਕਿਵੇਂ ਆਵਾਜ਼ ਮਾਰਾਂ, ਵੀ ਸਰ ਨੇ ਇੰਗਲਿਸ਼ 'ਚ ਲਿਖਤਾ, ਮੈਂ ਪੰਜਾਬੀ ਵਿੱਚ ਕਹਿਣ ਤੋਂ ਪੁੱਛਣ ਤੋਂ ਡਰੀ ਜਾਂਦਾ, ਕਰਨ ਕੀ ਆਇਓ, ਪੜ੍ਹਨ ਆਏ ਆ ਨਾ, ਪੈਸੇ ਦੇਵਾਂਗੇ, ਟਾਈਮ ਇਨਵੈਸਟ ਕਰਾਂਗੇ, ਹਰ ਚੀਜ਼ ਇੱਥੇ ਕਲੀਅਰ ਕਰਕੇ ਜਾਣੀ, ਮੈਨੂੰ ਬਾਹਰ ਨਹੀਂ ਜਾਣ ਦੇਣਾ ਜਦੋਂ ਤੱਕ ਪੁਆਇੰਟ ਡਾਊਟ ਕਲੀਅਰ ਨਾ ਹੋਣ ਤੁਹਾਡੇ, ਰੋਜ਼ ਡਾਊਟ ਪੁੱਛਣਾ, ਕੋਈ ਨਾ ਵੀ ਨਵੀਂ ਚੀਜ਼ ਪੁੱਛੋ ਵੀ ਹਾਂ ਸਰ ਆਹ ਸਾਨੂੰ ਦੱਸੋ, ਜੇ ਜਿਹਨੂੰ ਲੱਗਦਾ ਵੀ ਮੈਨੂੰ ਸ਼ਰਮ ਆਉਂਦੀ ਹੈ, ਮੈਂ ਤਾਂ ਇਹ ਸਟਾਰਟਿੰਗ ਤੋਂ ਸਟੂਡੈਂਟ ਰਿਹਾ, ਪਿੱਛੇ ਬੈਠਾ ਰਹਿੰਦਾ ਸੀ ਓਲੀ ਜੀ ਸਕੂਲ ਦੀ, ਮੈਨੂੰ ਮੈਂ ਮੈਡਮ ਵੇਖ ਲੈਂਦੀ ਸੀ, ਮੈਂ ਲੁੱਕ ਜਾਂਦਾ ਸੀ, ਹੈ ਨਾ, ਉਹ ਲਾਲ ਰੰਗ ਦੀ ਚੁੰਨੀ ਲੈਣ ਆਪਦੇ ਨਾਲ, ਠੀਕ ਹੈ, ਐਂ ਉੱਤੇ ਰੱਖ ਕੇ ਥੱਲੇ ਮੂੰਹ ਕਰਕੇ ਬੋਲਿਆ, ਸਰ ਜੀ ਆਹ ਦੱਸਿਆ ਜੇ, ਜੇ ਫਿਰ ਵੀ ਲੱਗੇ ਵੀ ਹਾਂ ਨਹੀਂ ਯਾਰ ਨਹੀਂ ਪੁੱਛਿਆ ਜਾਂਦਾ ਕਲਾਸ 'ਚ, ਕਲਾਸ ਤੋਂ ਬਾਅਦ ਆ ਕੇ ਪੁੱਛ ਲਿਆ ਕਰੋ, ਜਾਣ ਲੱਗਿਆ ਰੋਕ ਲਿਆ ਕਰੋ 2 ਮਿੰਟ ਵੀ ਹਾਂ ਸਰ ਆਹ ਦੱਸ ਕੇ ਜਾਇਆ ਜੀ, ਪਰ ਡਾਊਟ ਨਾਲ ਦੀ ਨਾਲ ਸਾਰਿਆਂ ਨੇ ਕਲੀਅਰ ਕਰਨਾ ਹੀ ਕਰਨਾ ਹੈ। ਹੁਣ ਅੱਛਾ ਪੋਲਿਟੀ ਕੀ ਹੁੰਦੀ ਹੈ, ਸ਼ਰਮ ਨਹੀਂ ਕਰਨੀ ਕਲਾਸ 'ਚ, ਮੇਰੀ ਗੱਲ ਕਲਾਸ 'ਚ ਖੁੱਲ੍ਹ ਕੇ ਰਹਿਣਾ, ਬੋਲਣਾ ਬੋਲੋ, ਪੋਲਿਟੀ ਪਤਾ ਕਿਸੇ ਨੂੰ ਕੀ ਹੁੰਦੀ ਹੈ, ਰਾਜਨੀਤੀ, ਚਲੋ ਰਾਜਨੀਤੀ, ਗੂਗਲ ਟਰਾਂਸਲੇਟਰ, ਗੂਗਲ ਨੇ ਟਰਾਂਸਲੇਟ ਕਰਤਾ ਰਾਜਨੀਤੀ, ਹੁਣ ਮਨ ਦੱਸ ਦਿਓ ਹੁੰਦੀ ਕੀ ਹੈ, ਹਾਂਜੀ ਜਿਹੜੀ ਸਰਕਾਰ ਬਣਾਉਂਦੀ ਜਿਹੜੀ, ਠੀਕ ਹੈ, ਹੋਰ ਆਪਣੇ ਤੇ ਰਾਜ ਬੋਲੋ ਬੋਲੋ ਬੋਲੋ, ਸ਼ਰਮ ਕਾਹਦੀ ਕਰ, ਗਵਰਨਮੈਂਟ, ਸਰਕਾਰ ਰਾਜ ਨੂੰ ਚਲਾਉਂਦੀ, ਰਾਜ ਕੌਣ ਕਰਦਾ ਆਪਣੇ ਤੇ, ਸਰਕਾਰ, ਚਲੋ ਇੱਥੋਂ ਆਇਆ, ਕਹਿੰਦੇ ਰਾਜ ਨੂੰ ਚਲਾਉਣ ਵਾਸਤੇ ਜਿਹੜੀ ਨੀਤੀ ਬਣਾਈ ਜਾਂਦੀ ਹੈ, ਰਾਜ ਕੀਤਾ ਜਾਂਦਾ ਕਿਹਦੇ ਦੁਆਰਾ, ਸਰਕਾਰ ਦੁਆਰਾ, ਤਾਂ ਆਪਣੇ ਉੱਪਰ ਰਾਜ ਕੀਤਾ ਜਾਂਦਾ, ਰਾਜ ਨੂੰ ਪੰਜਾਬੀ ਨੂੰ ਰਾਜ ਦੀ ਇੰਗਲਿਸ਼ ਕੀ ਹੋਏਗੀ, ਰੂਲ ਕਰਨਾ, ਰੂਲ ਕੀਤਾ ਜਾਏਗਾ ਕਿਹਦੇ ਦੁਆਰਾ, ਸਰਕਾਰ, ਰੂਲ ਬਾਏ ਸਰਕਾਰ ਨੂੰ ਇੰਗਲਿਸ਼ 'ਚ ਕੀ ਬੋਲਾਂਗੇ ਆਪਾਂ, ਗਵਰਨਮੈਂਟ, ਦੇਖੋ ਸਿੰਪਲ ਹੈ, ਆਪਾਂ ਨੂੰ ਆਉਂਦਾ ਸਭ ਆਉਂਦਾ, ਸੋ ਰੂਲ ਹੁੰਦਾ ਰਾਜ, ਰੂਲ ਬਾਏ ਗਵਰਨਮੈਂਟ, ਗਵਰਨਮੈਂਟ ਦੁਆਰਾ ਸਰਕਾਰ ਆਪਣੇ ਉੱਪਰ, ਆਪਣੀ ਜਿਹੜੀ ਗਵਰਨਮੈਂਟ ਹੈ ਉਹ ਰਾਜ ਕਰਦੀ ਹੈ, ਲੇਕਿਨ ਉਹ ਰਾਜ ਕਰਨ ਵਾਸਤੇ ਕੋਈ ਨਾ ਕੋਈ ਕਾਨੂੰਨ ਨੂੰ ਤਾਂ ਫੋਲੋ ਕਰਦੀ ਹੋਏਗੀ, ਤਾਂ ਉਹ ਰਾਜ ਕਰਨ ਵਾਸਤੇ ਜੋ ਨੀਤੀਆਂ ਬਣਾਏਗੀ ਉਹ ਨੀਤੀਆਂ ਨੂੰ ਵੀ ਆਪਾਂ ਕੀ ਕਹਿ ਦਾਂਗੇ, ਰਾਜਨੀਤੀ, ਕੀ ਬੋਲ ਦਾਂਗੇ, ਰਾਜਨੀਤੀ। ਅੱਛਾ ਨੀਤੀ ਨੂੰ ਕੀ ਕਹਿੰਦੇ ਆ, ਪੋਲਿਸੀ, ਕੀ ਬੋਲ ਦਿੰਦੇ ਆ, ਪੋਲਿਸੀ। ਸੋ ਜਿਹੜੀਆਂ ਵੀ ਪੋਲਿਸੀ ਸਰਕਾਰ ਬਣਾਏਗੀ ਆਪਣੇ ਉੱਪਰ ਕੀ ਕਰਨ ਵਾਸਤੇ, ਰੂਲ ਕਰਨ ਵਾਸਤੇ, ਰਾਜ ਕਰਨ ਵਾਸਤੇ, ਉਹਨੂੰ ਆਪਾਂ ਕੀ ਕਹਿ ਦਾਂਗੇ, ਪੋਲਿਟੀ, ਰਾਜਨੀਤੀ ਬੋਲ ਦਾਂਗੇ। ਇੰਨੀ ਗੱਲ ਸਮਝ ਆਈ, ਚਲੋ ਸਰਕਾਰ ਕਿਹੜੀ ਚੱਲਦੀ ਆਪਣੇ ਹੁਣ, ਬੀਜੇਪੀ, ਲੀਡਰ ਕੌਣ ਆ ਬੀਜੇਪੀ ਦਾ, ਮੋਦੀ, ਕਿਹੜੇ ਸਾਲ 'ਚ ਬਣਿਆ ਸੀ ਪਹਿਲੀ ਵਾਰੀ ਪ੍ਰਧਾਨ ਮੰਤਰੀ, 2014 ਵਿੱਚ, 2014 ਤੋਂ ਪਹਿਲਾਂ ਕੌਣ ਸੀ, ਮਨਮੋਹਨ ਸਿੰਘ, 2004 ਤੋਂ 2014 ਮਨਮੋਹਨ ਸਿੰਘ, ਉਹਦੇ ਤੋਂ ਪਹਿਲਾਂ ਕੌਣ ਸੀ, ਅਟਲ ਬਿਹਾਰੀ ਵਾਜਪਾਈ, ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਇੰਡੀਆ ਦਾ, ਜਵਾਹਰ ਲਾਲ, ਉਹਨਾਂ ਨੇ ਫਿਰ ਨੀਤੀਆਂ ਕਿੱਥੋਂ ਲਈਆਂ ਆਉਣੀਆਂ ਵੀ ਸਰਕਾਰ ਚਲਾਉਣ ਵਾਸਤੇ,
ਸੰਵਿਧਾਨ ਵਿੱਚੋਂ, ਕਿਤੋਂ ਲਈਆਂ ਨੇ? ਸੋ ਇੱਥੇ ਧਿਆਨ ਦੇਣਾ, ਸਰਕਾਰ ਜੋ ਵੀ ਨੀਤੀਆਂ ਬਣਾਏਗੀ ਉਹ ਨੀਤੀਆਂ ਕਿੱਥੇ ਲਿਖੀਆਂ ਜਾਣਗੀਆਂ? ਉਹਨੂੰ ਮੈਂਸ਼ਨ ਕਰ ਦਿੱਤਾ ਜਾਏਗਾ, ਉਹਨੂੰ ਲਿਖ ਦਿੱਤਾ ਜਾਏਗਾ, ਲਿਖਿਤ ਰੂਪ ਵਿੱਚ ਲਿਆਵਾਂਗੇ ਉਹਨੂੰ। ਕਿੱਥੇ ਲਿਆਵਾਂਗੇ? ਉਹਦੇ ਵਿੱਚ, ਕਿਹਦੇ ਵਿੱਚ? ਸੰਵਿਧਾਨ ਦੇ ਵਿੱਚ। ਉਹ ਲਿਖਿਤ ਰੂਪ ਦੇ ਵਿੱਚ ਪਈਆਂ ਨੇ। ਸੰਵਿਧਾਨ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆਪਾਂ? ਕੋਨਸਟੀਟਿਊਸ਼ਨ। ਕੀ ਬੋਲਦੇ ਆ? ਕੋਨਸਟੀਟਿਊਸ਼ਨ। ਸੋ ਸੰਵਿਧਾਨ ਹੁੰਦਾ ਕੋਨਸਟੀਟਿਊਸ਼ਨ। ਕੋਨਸਟੀਟਿਊਸ਼ਨ ਫਿਰ ਕੀ ਹੋਇਆ? ਇਹ ਇੱਕ ਇਸ ਤਰ੍ਹਾਂ ਦੀ ਕਿਤਾਬ ਹੋਈ ਜਿਹਦੇ ਵਿੱਚ ਰਿਟਨ ਦੇ ਵਿੱਚ ਉਹ ਸਾਰੀਆਂ ਪੋਲਿਸੀਜ਼ ਲਿਖੀਆਂ ਹੋਈਆਂ ਨੇ ਜਿਹੜੀਆਂ ਨੀਤੀਆਂ ਸਰਕਾਰ ਨੂੰ ਆਪਣੇ ਉੱਪਰ ਰਾਜ ਕਰਨ ਵਾਸਤੇ ਹੈਲਪ ਕਰਨਗੀਆਂ। ਆਹੀ ਹੈ ਨਾ, ਤਾਂ ਸਿੰਪਲ ਭਾਸ਼ਾ ਵਿੱਚ ਕਹਾਂ ਮੈਂ, ਇਹ ਇੱਕ ਕਾਨੂੰਨਾਂ ਦੀ ਕਿਤਾਬ ਹੈ ਜਿਹੜੀ ਸਰਕਾਰ ਨੂੰ ਹੈਲਪ ਕਰ ਰਹੀ ਹੈ ਆਪਣੇ ਉੱਪਰ ਰਾਜ ਕਰਨ ਵਾਸਤੇ। ਸੰਵਿਧਾਨ ਦਾ ਮਤਲਬ ਪਤਾ ਲੱਗ ਗਈ ਹੈ, ਪੱਕੀ ਗੱਲ ਹੈ। ਫਿਰ ਇਹਦਾ ਬੋਲਾ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਦੇ ਵਿੱਚੋਂ ਨੀਤੀਆਂ ਚੱਕੀਆਂ ਸੀ, ਕਿ ਮੋਦੀ ਵੀ ਉਹੀ ਨੀਤੀਆਂ ਨੂੰ ਫੋਲੋ ਕਰ ਰਿਹਾ ਨਹੀਂ? ਫਿਰ ਮੋਦੀ ਪ੍ਰਧਾਨ ਮੰਤਰੀ ਕਿਵੇਂ ਹੈ? ਸੰਵਿਧਾਨ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਵੀ ਪ੍ਰਧਾਨ ਮੰਤਰੀ ਆਪਣੇ ਇੰਡੀਆ ਦਾ ਹੈੱਡ ਹੋਏਗਾ, ਲਿਖਿਆ ਹੋਇਆ ਨਾ ਉਹੀ। ਤਾਂ ਫਿਰ ਇਹਦਾ ਮਤਲਬ ਕੁਝ ਨੀਤੀਆਂ ਨੂੰ ਤਾਂ ਫੋਲੋ ਕਰ ਰਿਹਾ ਪ੍ਰਧਾਨ ਮੰਤਰੀ ਜਿਹੜੀਆਂ ਸੰਵਿਧਾਨ ਵਿੱਚ ਲਿਖੀਆਂ ਹੋਈਆਂ ਸਰਕਾਰ ਚਲਾਉਣ ਵਾਸਤੇ, ਲੇਕਿਨ ਕੁਝ ਨੀਤੀਆਂ ਉਹ ਨਵੀਆਂ ਵੀ ਬਣਾ ਰਹੇ। ਅੱਛਾ, ਸੰਵਿਧਾਨ ਕਿਹੜੇ ਸਾਲ ਦੇ ਵਿੱਚ ਲਾਗੂ ਹੋਇਆ ਸੀ? 1950, 26 ਜਨਵਰੀ 1950। ਤੇ ਉਹ 1950 ਨੂੰ ਸੰਵਿਧਾਨ ਲਾਗੂ ਹੋਇਆ, ਹੁਣ ਕਿੰਨੇ ਸਾਲ ਹੋ ਗਏ ਲਾਗੂ ਹੋਏ ਨੂੰ? 74 ਸਾਲ ਹੋ ਗਏ। ਕਿੰਨੇ ਹੋ ਗਏ? 74। ਉਹ 74 ਸਾਲਾਂ ਦੇ ਵਿੱਚ ਕੀ ਪੁਰਾਣੀਆਂ ਨੀਤੀਆਂ ਚੱਲਦੀਆਂ ਵੀ ਆ ਸਾਰੀਆਂ? ਨਹੀਂ ਨਾ। ਤਾਂ ਇਹਦਾ ਮਤਲਬ ਜਿਹੜਾ ਆਪਣੇ ਇੰਡੀਆ ਦਾ ਸੰਵਿਧਾਨ ਹੁੰਦਾ, ਜਿਹੜਾ ਕੋਨਸਟੀਟਿਊਸ਼ਨ ਹੁੰਦਾ, ਉਹ ਸੰਵਿਧਾਨ ਵਿੱਚ ਬਦਲਾਵ ਕੀਤਾ ਜਾ ਸਕਦਾ? ਫਿਰ ਲਿਖਿਆ ਕਹਿ ਸਕਦਾ ਨਾ ਵੀ ਕੋਨਸਟੀਟਿਊਸ਼ਨ ਨੂੰ ਮੈਂ ਚੇਂਜ ਵੀ ਕਰ ਸਕਦਾ। ਫਿਰ ਜਦੋਂ ਮੈਂ ਇਹ ਲਿਖ ਰਿਹਾ ਵੀ ਆਪਾਂ ਆਪਣੇ ਕੋਨਸਟੀਟਿਊਸ਼ਨ ਦੇ ਵਿੱਚ ਬਦਲਾਵ ਲੈ ਕੇ ਆ ਸਕਦੇ ਹਾਂ, ਚੇਂਜ ਲੈ ਕੇ ਆ ਸਕਦੇ ਹਾਂ, ਤਾਂ ਉਹ ਵਾਲੇ ਚੇਂਜ ਨੂੰ ਆਪਾਂ ਸੰਵਿਧਾਨ ਦੀ ਭਾਸ਼ਾ ਦੇ ਵਿੱਚ ਇੱਥੇ ਕੀ ਲਿਖਾਂਗੇ? ਅਮੈਂਡਮੈਂਟ। ਕੀ ਲਿਖਾਂਗੇ ਜੀ? ਅਮੈਂਡਮੈਂਟ। ਪੰਜਾਬੀ 'ਚ ਬੋਲ ਦਿੰਦੇ ਹਾਂ ਸ਼ੋਧ ਕਰਨੇ। ਤਾਂ ਸ਼ੋਧ ਕਰਨ ਦਾ ਬਦਲਾਵ ਲੈ ਕੇ ਆਉਣਾ, ਲਾਈਕ ਤੁਸੀਂ ਭਾਵੇਂ ਆਪਦੀ ਜ਼ਿੰਦਗੀ ਵਿੱਚ ਵੀ ਕੁਛ ਬਦਲਾਵ ਲੈ ਕੇ ਆਉਂਦੇ, ਉਹਨੂੰ ਵੀ ਕਹੋਗੇ ਸ਼ੋਧ ਕਰਤੀ ਯਾਰ ਮੈਂ ਆਪਦੇ ਕਾਨੂੰਨਾਂ ਦੇ ਵਿੱਚ। ਤਾਂ ਸ਼ੋਧ ਕਰਨਾ ਹੁੰਦਾ ਚੇਂਜ ਕਰਨਾ। ਤਾਂ ਸੰਵਿਧਾਨ ਵਿੱਚ ਆਪਾਂ ਜਦੋਂ ਵੀ ਚੇਂਜ ਕਰਾਂਗੇ ਆਪਾਂ ਕੀ ਬੋਲਾਂਗੇ? ਕੀ ਹੋਇਆ ਜੀ ਸੰਵਿਧਾਨ 'ਚ? ਅਮੈਂਡਮੈਂਟ ਹੋਈ ਹੈ, ਸ਼ੋਧ ਹੋਇਆ। 74 ਸਾਲਾਂ ਦੇ ਵਿੱਚ ਕਦੇ ਸ਼ੋਧ ਹੋਈ? ਬਹੁਤ ਹੋਈ ਆ, ਵਾਧੂ ਕਿੰਨੀਆਂ? 15-20 ਹਜ਼ਾਰ ਹੋ ਗਈਆਂ। ਚਲੋ, ਟੋਟਲ ਅਮੈਂਡਮੈਂਟ ਕਿੰਨੀਆਂ ਹੋ ਗਈਆਂ? ਟੋਟਲ ਅੱਜ ਤੱਕ 74 ਸਾਲਾਂ ਦੇ ਵਿੱਚ ਅਮੈਂਡਮੈਂਟ ਕਿੰਨੀਆਂ ਹੋਈਆਂ ਨੇ? 106। ਦੇਖੋ ਇੰਗਲਿਸ਼ ਸੌਖੀ ਹੈ, ਟੋਟਲ ਨੂੰ ਕੀ ਬੋਲਦੇ ਹਾਂ ਆਪਾਂ? ਕੁੱਲ ਬੋਲ ਦਿੰਦੇ ਹਾਂ, ਹੈ ਨਾ? ਟੋਟਲ ਕੀ ਹੁੰਦਾ? ਕੁੱਲ। ਦੈਨ ਉਹਦੇ ਤੋਂ ਬਾਅਦ ਆਪਣੇ ਕੋਲ ਸ਼ੋਧਾਂ ਕਿੰਨੀਆਂ ਹੋ ਗਈਆਂ, ਹੈ ਨਾ? ਸੋ ਟੋਟਲ ਸ਼ੋਧਾਂ ਕਿੰਨੀਆਂ ਹੋ ਗਈਆਂ ਆਪਣੇ ਕੋਲ? 106। ਕਿੰਨੀਆਂ ਹੋ ਗਈਆਂ? 106। ਅੱਛਾ, 106 ਨੰਬਰ ਸ਼ੋਧ ਕਾਹਦੀ ਹੋਈ ਪਤਾ ਕਿਸੇ ਨੂੰ? ਹੁਣੇ ਹੁਣੇ ਤਾਜ਼ੀ ਤਾਜ਼ੀ ਹੋਈ ਸੀ, ਕਿਸੇ ਨੂੰ ਪਤਾ ਹੋਈ? ਫਿਰ ਮੈਂ ਲਿਖਵਾ ਵੀ ਦੇਣਾ, 106 ਨੰਬਰ ਅਮੈਂਡਮੈਂਟ, 106ਵੀਂ ਸ਼ੋਧ ਕਾਹਦੀ ਹੋਈ ਹੈ, ਕਿਸੇ ਨੂੰ ਵੀ ਪਤਾ ਹੋਏ? ਵੂਮੈਨ ਰਿਜ਼ਰਵੇਸ਼ਨ। ਜਿਵੇਂ ਪਹਿਲਾਂ ਦਿਲਜੀਤ ਨੇ ਆਪਦੇ ਬੁਲਟ ਦੇ ਪਿੱਛੇ ਲਿਖਿਆ ਸੀ, ਸੋਹਣੀਆਂ ਕੁੜੀਆਂ ਨੂੰ ਝੂਟੇ ਫ੍ਰੀ ਲਿਖਿਆ ਸੀ, ਉਵੇਂ ਹੀ ਅੱਜ ਕੱਲ੍ਹ ਪੰਜਾਬ ਸਰਕਾਰ ਨੇ ਵੀ ਕੀਤਾ ਹੋਇਆ, ਸਾਰੀਆਂ ਦੀਆਂ ਸਾਰੀਆਂ ਜਨਾਨੀਆਂ ਕੁੜੀਆਂ ਨੂੰ ਝੂਟੇ ਫ੍ਰੀ ਕੀਤਾ ਹੋਇਆ ਨਾ। ਉਵੇਂ ਹੀ ਵੂਮੈਨ ਰਿਜ਼ਰਵੇਸ਼ਨ ਕੋਟਾ ਵੀ ਆ ਗਿਆ, ਵੀ ਹਰੇਕ ਸਟੇਟ ਦੀ ਵਿਧਾਨ ਸਭਾ ਜਿਹਦੇ ਵਿੱਚ MLA ਬੈਠਦੇ ਹੈ ਅਤੇ ਲੋਕ ਸਭਾ ਜਿਹਦੇ ਵਿੱਚ MP ਬੈਠਦੇ ਹੈ, ਉਹਦੇ ਵਿੱਚ ਵੂਮੈਨ ਰਿਜ਼ਰਵੇਸ਼ਨ ਕੋਟਾ ਵੀ ਆਊਗਾ ਹੁਣ। ਤਾਂ ਵੂਮੈਨ ਰਿਜ਼ਰਵੇਸ਼ਨ ਕੋਟਾ ਕਿੰਨਾ ਹੈ ਟੋਟਲ ਸੀਟਾਂ ਦਾ? 1/3 ਸੀਟਾਂ, 1/3 ਤੀਸਰਾ ਹਿੱਸਾ ਸੀਟਾਂ ਕਿੱਥੇ ਵਿੱਚ? ਵਿਧਾਨ ਸਭਾ ਦੇ ਵਿੱਚ ਅਤੇ ਲੋਕ ਸਭਾ ਦੇ ਵਿੱਚ। ਸੋ ਲੋਕ ਸਭਾ ਅਤੇ ਵਿਧਾਨ ਸਭਾ ਦੇ ਵਿੱਚ 1/3 ਹੁਣ ਕੌਣ ਹੋਣਗੇ? ਵੂਮੈਨਸ ਹੋਣਗੀਆਂ। ਤੀਸਰਾ ਹਿੱਸਾ ਕਹਿੰਦਾ ਹੋਏਗਾ ਵੂਮੈਨਸ ਦਾ।
ਪਹਿਲਾਂ ਸੋਚੋ ਜੀ, ਜਦੋਂ ਮੁੰਡੇ ਮੁੰਡੇ ਜ਼ਿਆਦਾ ਹੁੰਦੇ ਸੀ ਉਦੋਂ ਕੁਰਸੀਆਂ ਤੱਕ ਚੱਲ ਜਾਂਦੀਆਂ ਸੀ, ਕਿੰਨੀ ਲੜਾਈ ਹੁੰਦੀ ਸੀ, ਅਤੇ ਹੁਣ ਵੂਮੈਨਸ ਆਉਣਗੀਆਂ, ਹੁਣ ਕੀ ਹੋਏਗਾ, ਕੀ ਹੋਏਗਾ ਸੋਚੋ ਦੱਸਣਾ। ਚਲੋ, ਵੂਮੈਨ ਰਿਜ਼ਰਵੇਸ਼ਨ ਕਿੰਨਾ ਹੋ ਗਿਆ, ਇੱਕ ਤਿਹਾਈ ਹੋ ਗਿਆ। ਇਹਦਾ ਮਤਲਬ ਹੁਣ ਜਦੋਂ ਵੀ ਪੰਜਾਬ ਦੇ ਵਿੱਚ MLA ਦੇ ਇਲੈਕਸ਼ਨ ਹੋਣਗੇ ਅਗਲੇ 2027 ਦੇ ਵਿੱਚ, ਉਹਦੇ ਵਿੱਚ ਤੀਸਰਾ ਹਿੱਸਾ ਵੂਮੈਨਸ ਆਉਣਗੀਆਂ। ਦੂਜੇ ਪਾਸੇ ਲੋਕ ਸਭਾ ਦੀ ਇਲੈਕਸ਼ਨ ਹੁਣ 2024 ਦੇ ਵਿੱਚ ਹੁਣ ਹੈਗੇ, ਤਾਂ ਉਹਦੇ ਵਿੱਚ ਵੀ 1/3 ਕੋਣ ਆਉਣਗੀਆਂ, ਵੂਮੈਨਸ ਆਉਣਗੀਆਂ। ਸਮਝ ਆ ਗਈ, ਇਹ ਅਮੈਂਡਮੈਂਟ ਹੈ, ਅਤੇ ਜਦੋਂ ਇਹ ਅਮੈਂਡਮੈਂਟ ਹੋਏਗੀ ਤਾਂ ਇਹਦਾ ਮਤਲਬ ਇਹ ਨਵੀਂ ਚੀਜ਼ ਆਪਾਂ ਸੰਵਿਧਾਨ ਦੇ ਵਿੱਚ ਐਡ ਕਰਾਂਗੇ। ਸਮਝ ਗਿਆ ਨੀ ਗੱਲ? ਸੋ ਇੱਕ ਕਾਨੂੰਨੀ ਕਿਤਾਬ ਕਿਹੜੀ ਹੈ ਜਿਹਦੇ ਅਕੋਰਡਿੰਗ ਸਰਕਾਰ ਆਪਣੇ ਉੱਪਰ ਰਾਜ ਕਰਦੀ ਹੈ? ਸੰਵਿਧਾਨ। ਸੰਵਿਧਾਨ ਵਿੱਚ ਚੇਂਜ ਨੂੰ ਆਪਾਂ ਕੀ ਬੋਲਦੇ ਹਾਂ? ਅਮੈਂਡਮੈਂਟ ਬੋਲਦੇ ਹਾਂ। ਅਮੈਂਡਮੈਂਟ ਉਦੋਂ ਕਿੰਨੀਆਂ ਹੋ ਚੁੱਕੀਆਂ? ਅੱਛਾ, ਅਗਰ ਅਮੈਂਡਮੈਂਟ 106 ਹੋ ਚੁੱਕੀਆਂ ਨੇ ਤਾਂ ਸੰਵਿਧਾਨ ਵਿੱਚ ਅਮੈਂਡਮੈਂਟ ਮਤਲਬ ਸ਼ੋਧ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਕੌਣ ਕਰਦਾ ਹੈ? ਪਾਰਲੀਮੈਂਟ। ਇਹ ਕੀ ਆ, ਇਹ ਕਿਹਦੇ ਨਾਲ ਖਾਈਦਾ? ਪਾਰਲੀਮੈਂਟ ਕੀ ਹੁੰਦੀ ਆ, ਹੁੰਦੀ ਕੀ ਹੈ ਪੰਜਾਬੀ ਟਰਾਂਸਲੇਟਰ? ਸੰਸਦ ਕੀ ਹੁੰਦੀ ਆ? ਪਾਰਲੀਮੈਂਟ। ਪਾਰਲੀਮੈਂਟ ਕੀ ਹੁੰਦੀ ਆ? ਸੰਸਦ। ਹਾਂਜੀ, ਜਿਹਦੇ 'ਚ MP ਬੈਠਦੇ ਨੇ, ਬਿਲਕੁਲ। ਅੱਛਾ, ਪਾਰਲੀਮੈਂਟ ਨਾ ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣੀ ਹੋਈ ਹੈ, ਧਿਆਨ ਨਾਲ ਸੁਣਨਾ। ਤਾਂ ਇੱਥੋਂ ਯਾਦ ਕਰ ਲਓ, ਭਾਵੇਂ ਪੀ ਤੋਂ ਆਪਾਂ ਯਾਦ ਕਰ ਲੈਂਦੇ ਹਾਂ ਪ੍ਰੈਜ਼ੀਡੈਂਟ। ਕਿਹਨੂੰ ਯਾਦ ਕਰ ਰਹੇ ਹਾਂ? ਪ੍ਰੈਜ਼ੀਡੈਂਟ ਕੌਣ ਹੁੰਦਾ ਜੀ? ਰਾਸ਼ਟਰਪਤੀ। ਪ੍ਰਧਾਨ ਮੰਤਰੀ ਨਹੀਂ ਹੁੰਦਾ। ਰਾਸ਼ਟਰਪਤੀ ਕੌਣ ਹੈ ਇੰਡੀਆ ਦਾ? ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਵੂਮੈਨ ਪ੍ਰੈਜ਼ੀਡੈਂਟ ਹੈ ਆਪਣੇ ਕੋਲ। ਅਤੇ ਆਪਣੇ ਕੋਲ ਦੂਜੀ, ਇੱਥੋਂ ਯਾਦ ਕਰ ਲਓ, ਆਰ ਤੋਂ ਆਪਣੇ ਕੋਲ ਆ ਜਾਏਗੀ ਰਾਜ ਸਭਾ, ਅਤੇ ਅੱਗੇ ਐਲ ਤੋਂ ਆਪਣੇ ਕੋਲ ਵਰਡ ਹੈਗਾ ਲੋਕ ਸਭਾ। ਸੋ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ, ਅਗਰ ਆਪਾਂ ਤਿੰਨ ਜਣਿਆਂ ਨੂੰ ਮਿਲਾ ਦਿੰਦੇ ਹਾਂ ਤਾਂ ਆਹ ਤਿੰਨ ਜਣਿਆਂ ਨੂੰ ਮਿਲਾ ਕੇ ਆਪਣੇ ਕੋਲ ਕੀ ਬਣ ਜਾਂਦੀ ਹੈ? ਪਾਰਲੀਮੈਂਟ। ਸੋ ਇਹ ਕੁਐਸਚਨ ਬਹੁਤ ਵਾਰੀ ਪੇਪਰ ਦੇ ਵਿੱਚ ਆਉਂਦਾ ਹੈ, ਪਾਰਲੀਮੈਂਟ ਕਿਹਨੂੰ ਕਿਹਨੂੰ ਮਿਲਾ ਕੇ ਬਣੀ ਹੋਈ ਹੈ? ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ। ਸਮਝ ਆ ਗਈ ਨਹੀਂ ਗੱਲ? ਅੱਛਾ, ਤਿੰਨਾਂ ਨੂੰ ਮਿਲਾ ਕੇ ਬਣੀ ਹੈ, ਇਹਦਾ ਮਤਲਬ ਫਿਰ ਇਹ ਤਿੰਨੋਂ ਸ਼ੋਧ ਕਰਨਗੇ, ਅਮੈਂਡਮੈਂਟ ਕਰਨਗੇ, ਇਹੀ ਕਰਨਗੇ ਨਾ ਅਮੈਂਡਮੈਂਟ। ਹੁਣ ਮੈਂ ਕਹਿ ਰਿਹਾ ਸ਼ੋਧ ਕਿੰਨੇ ਦੁਆਰਾ ਕੀਤੀ ਜਾਂਦੀ ਹੈ? ਪਾਰਲੀਮੈਂਟ। ਪਾਰਲੀਮੈਂਟ ਦੇ ਤਿੰਨ ਬੰਦੇ ਹੈਗੇ ਆ, ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ। ਫਿਰ ਕਿਵੇਂ ਕਰਦੇ ਸ਼ੋਧ ਇਹ? ਹੈ ਬਿੱਲ ਕਿਹੜਾ? ਰਾਤੀ ਸੰਡੇ ਸੀ, ਠੇਕੇ 'ਤੇ ਬੈਠੇ ਸੀ ਕਿ ਢਾਬੇ 'ਤੇ ਬੈਠੇ ਸੀ? ਉਹ ਵਾਲਾ ਬਿੱਲ ਹੈ ਨਹੀਂ? ਚਲੋ, ਕਹਿੰਦੇ ਬਿੱਲ ਪਾਸ ਹੋਊਗਾ, ਬਿੱਲ ਪਾਸ ਕੀਤਾ ਜਾਏਗਾ, ਅਮੈਂਡਮੈਂਟ ਕਰਨ ਵਾਸਤੇ ਬਿੱਲ ਪਾਸ ਕੀਤਾ ਜਾਏਗਾ। ਬਿੱਲ ਕੀ ਹੁੰਦਾ? ਕਾਨੂੰਨ। ਉਹ ਕਾਨੂੰਨ, ਬਿੱਲ ਜਦੋਂ ਪਾਸ ਹੋ ਜਾਂਦਾ ਨਾ, ਉਦੋਂ ਬਣਦਾ ਹੈ, ਉਦੋਂ ਐਕਟ ਬਣ ਜਾਂਦਾ ਹੈ, ਉਦੋਂ ਕਾਨੂੰਨ ਬਣਦਾ ਹੈ। ਪਹਿਲਾਂ ਤਾਂ ਬਿੱਲ ਹੈ ਨਾ ਉਹ, ਬਿੱਲ ਜਦੋਂ ਪਾਸ ਹੋ ਜਾਂਦਾ, ਪਾਸ ਹੋਣ ਤੋਂ ਬਾਅਦ ਉਹਨੂੰ ਕਾਨੂੰਨ ਕਹਿੰਦੇ ਆਪਾਂ। ਬਿੱਲ ਕੀ ਹੈ? ਕੱਚਾ ਕਾਨੂੰਨ। ਫਿਰ ਮੰਨ ਲਓ ਲੋਕ ਸਭਾ, ਰਾਜ ਸਭਾ ਦੇ ਵਿੱਚ ਜਿਹੜੇ MP ਬੈਠੇ ਨੇ, ਉਹ ਕਿਸੇ ਦੇ ਬੰਦੇ ਦੇ ਦਿਮਾਗ 'ਚ ਸੋਹਣੀ ਜਿਹੀ ਗੱਲ ਆ ਗਈ ਵੀ ਆਪਾਂ ਯਾਰ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ। ਜਿਵੇਂ GST ਆਇਆ ਸੀ, ਸੁਣਿਆ ਹੈ ਨਾ GST? ਤਾਂ GST ਇੱਕ ਬਿੱਲ ਪਾਸ ਕੀਤਾ ਹੋਣਾ ਨਾ ਪਹਿਲਾਂ ਸੰਸਦ ਨੇ। ਹੁਣ GST ਆਇਆ ਸੀ, ਕਿਸੇ ਨਾ ਕਿਸੇ MP ਦੇ ਦਿਮਾਗ 'ਚ ਆਇਆ ਵੀ ਯਾਰ ਇੱਕ GST ਨਾਮ ਦਾ ਇੱਕ ਨਵਾਂ ਟੈਕਸ ਲੈ ਕੇ ਆਉਂਦੇ ਹਾਂ। ਤਾਂ ਉਹਨੇ ਕੀ ਕੀਤਾ, ਇੱਕ ਕਾਗਜ਼ ਲਿਆ, ਉਹਦੇ ਉੱਤੇ ਹੈਡਿੰਗ ਬਣਾਤੀ ਵੀ GST ਬਿੱਲ ਹੈ, ਆਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋਣੀਆਂ ਚਾਹੀਦੀਆਂ। ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਗਿਆ, ਜੇ ਬੰਦਾ ਲੋਕ ਸਭਾ ਦਾ ਸੀ ਤਾਂ ਲੋਕ ਸਭਾ ਦੇ ਵਿੱਚ, ਅਗਰ ਰਾਜ ਸਭਾ ਦਾ ਸੀ ਰਾਜ ਸਭਾ 'ਚ, ਉੱਥੇ ਗਿਆ, ਉੱਥੋਂ ਦੀ ਪਾਸ ਕਰਵਾਇਆ, ਉਹ ਬਿੱਲ ਰਾਜ ਸਭਾ ਨੇ ਵੀ ਪਾਸ ਕਰਤਾ, ਲੋਕ ਸਭਾ ਨੇ ਵੀ ਕਰਤਾ, ਫਿਰ ਕਿਹਦੇ ਕੋਲ ਭੇਜਾਂਗੇ ਆਪਾਂ? ਰਾਸ਼ਟਰਪਤੀ ਕੋਲ। ਰਾਸ਼ਟਰਪਤੀ ਨੇ ਵੀ ਪਾਸ ਕਰਤਾ। ਜਦੋਂ ਤਿੰਨੋਂ ਜਣੇ ਪਾਸ ਕਰ ਦਿੰਦੇ ਨੇ, ਉਹ ਬਿੱਲ ਕੀ ਬਣ ਜਾਂਦਾ? ਇੱਕ ਕਾਨੂੰਨ, ਐਕਟ ਪਾਸ ਹੋ ਜਾਂਦਾ। ਸਮਝ ਗਏ? ਸੋ ਇਹਦਾ ਮਤਲਬ ਅਮੈਂਡਮੈਂਟ ਕੌਣ ਕਰਦਾ? ਪਾਰਲੀਮੈਂਟ। ਪਾਰਲੀਮੈਂਟ ਕਿਹਨੂੰ ਕਿਹਨੂੰ ਮਿਲਾ ਕੇ ਬਣੀ ਹੋਈ ਹੈ? ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ। ਅੱਛਾ, ਕਿੰਨੀਆਂ ਅਮੈਂਡਮੈਂਟ ਹੋ ਗਈਆਂ? 106ਵੀਂ ਅਮੈਂਡਮੈਂਟ ਕਿਹੜੀ ਆ? ਵੂਮੈਨ ਰਿਜ਼ਰਵੇਸ਼ਨ। ਕਿੰਨਾ ਹਿੱਸਾ ਵੂਮੈਨ ਦਾ ਆ ਗਿਆ? 1/3। ਵਿਧਾਨ ਸਭਾ ਤੇ
ਲੋਕ ਸਭਾ ਦੋਨਾਂ 'ਚ, ਠੀਕ ਹੈ, ਵਿਧਾਨ ਸਭਾ ਦੇ ਵਿੱਚ ਵੀ ਆ ਗਿਆ ਅਤੇ ਲੋਕ ਸਭਾ ਦੋਨਾਂ 'ਚ ਆ ਗਿਆ। ਦੈਨ ਅੱਗੇ ਅਗਰ ਮੈਂ ਗੱਲ ਕਰਦਾ ਇੰਡੀਅਨ ਪੋਲੀਟਿਕਸ ਸਾਰੀ ਦੀ ਸਾਰੀ ਕਿਹਦੇ ਬਿਹਾਫ 'ਤੇ ਚੱਲੇਗੀ, ਇਹਦਾ ਮਤਲਬ ਹੁਣ ਆਪਾਂ ਸੰਵਿਧਾਨ ਦੇ ਕਿਹਦੇ ਬਿਹਾਫ 'ਤੇ ਚੱਲੇਗੀ। ਸੋ ਇੱਥੋਂ ਤਾਂ ਭਾਵੇਂ ਨਾ ਲਿਖੋ, ਹੈਡਿੰਗ ਬਣਾ ਲਓ, ਰਾਜਨੀਤੀ ਕਿਹਦੇ ਬਿਹਾਫ 'ਤੇ ਚੱਲਦੀ ਹੁੰਦੀ ਹੈ, ਸਾਰੀ ਸੰਵਿਧਾਨ ਦੇ ਬਿਹਾਫ 'ਤੇ ਚੱਲਦੀ ਹੈ, ਕੋਨਸਟੀਟਿਊਸ਼ਨ ਦੇ ਬਿਹਾਫ 'ਤੇ। ਲਓ ਖੋਲੋ ਕਾਪੀਆਂ, ਚਲੋ ਲਓ ਜੀ। ਸੋ ਜ਼ਰੂਰੀ ਨਹੀਂ ਹੈ ਇੱਦਾਂ ਡਿਟੋ ਲਿਖਣਾ, ਆਪਦੇ ਹਿਸਾਬ ਨਾਲ ਲਿਖ ਸਕਦੇ ਹੋ ਇੱਥੋਂ ਜੋ ਲਿਖਣਾ ਹੈ। ਇਹ ਤਾਂ ਕੁਛ ਨਹੀਂ ਮੀਨਿੰਗ ਹੀ ਦੱਸਿਆ ਪੋਲਿਟੀ ਹੁੰਦੀ ਕੀ, ਬਸ ਇੱਦਾਂ ਇੱਦਾਂ ਲਿਖ ਲਓ ਇੰਡੀਅਨ ਪੋਲਿਟੀ ਉਹ ਸੰਵਿਧਾਨ ਦੇ ਹਿਸਾਬ ਨਾਲ ਚੱਲੇਗੀ, ਬਸ ਇੰਨਾ ਲਿਖ ਲਓ, ਲਿਖਣਾ ਤਾਂ ਹੈਡਿੰਗ ਬਣਾ ਲਓ। ਹਾਂਜੀ ਔਨਲਾਈਨ ਵੱਲੋਂ ਸਮਝ ਆ ਗਈ, ਔਨਲਾਈਨ ਵੱਲੋਂ ਇਹ ਵਾਲਾ ਜਿਹੜਾ ਤੁਹਾਡੇ ਵੱਲ ਹੁਣ ਬਹਿਸ ਸਟਾਰਟ ਹੋਇਆ, ਇਹ ਕੋਈ ਗੱਲਾਂ ਮਾਰਨ ਵਾਸਤੇ ਨਹੀਂ ਹੈਗਾ। ਹਾਂ ਗੱਲਾਂ ਮਾਰੀ ਜਾਂਦੇ ਨਾ ਅੱਗੇ ਨੇ, ਆਪਸ ਵਿੱਚ ਗੱਲ ਨਹੀਂ ਮਾਰਨੇ, ਪਤੀ ਲੋਕ ਰਾਜ। ਅੱਛਾ ਮਾਂ ਦਾ ਛੱਲਾ ਵੀ ਆਇਆ ਲੈਕਚਰ ਲਾਉਣ ਵਾਸਤੇ ਅਤੇ ਮੰਮੀ ਦੀ ਛੱਲੀ ਨਹੀਂ ਆਈ। ਮਾਂ ਦਾ ਛੱਲਾ ਆ ਗਿਆ, ਪਿਓ ਦਾ ਕੜਾ ਨਹੀਂ ਆਇਆ, ਆਊਗਾ ਵੀ। ਸਰ ਜੀ 42 ਨੰਬਰ ਸ਼ੋਧ ਵਿੱਚ 1976 'ਚ 3 ਵਰਡ ਜੁੜੇ ਗਏ ਨੇ, ਉਹ ਪ੍ਰੀਐਂਬਲ 'ਚ ਆਏਗਾ ਦਮਨ ਜੋਤ, ਅੱਗੇ ਪੜ੍ਹਾਂਗੇ ਆਪਾਂ। ਅਬ ਮੰਨਾ ਬਾਗੜੀ ਕੋਈ ਨਹੀਂ ਸਮਝ ਆਉਣ ਲੱਗ ਰਹੀ, ਵਰਸ਼ਾ ਬਾਗੜੀ ਪੜ੍ਹਨੀ ਹੈ ਤੁਸੀਂ, ਆਪਸ ਗੱਲਾਂ ਮਾਰੀ ਜਾਓਗੇ ਹੈ ਨਾ। ਆ ਲੱਗ ਗਿਆ ਸਮਝ ਆ ਗਿਆ ਪਹਿਲਾ ਪੇਜ ਕੀ ਆ, ਬਸ ਇੰਨਾ ਹੀ ਲਿਖਿਆ ਰਾਜਨੀਤੀ ਕੀ ਹੁੰਦੀ ਹੈ, ਸਰਕਾਰ ਜਦੋਂ ਆਪਣੇ ਉੱਪਰ ਰਾਜ ਕਰਨ ਵਾਸਤੇ ਜੋ ਨੀਤੀਆਂ ਬਣਾਏਗੀ ਉਹਨੂੰ ਰਾਜਨੀਤੀ ਕਹਿ ਦਾਂਗੇ, ਅਤੇ ਉਹ ਸਾਰੀਆਂ ਨੀਤੀਆਂ ਕਿਹਦੇ ਵਿੱਚ ਮੈਂਸ਼ਨ ਕਰੇਗੀ, ਸੰਵਿਧਾਨ ਦੇ ਵਿੱਚ ਮੈਂਸ਼ਨ ਹੋਣਗੀਆਂ। ਤਾਂ ਸੰਵਿਧਾਨ ਲਾਗੂ ਕਦੋਂ ਹੋਇਆ ਲਿਖ ਲਓ, ਬਾਕੀ ਲਿਖ ਲਓ ਇੱਥੇ ਲਿਖਣਾ ਚਾਹੁੰਦੇ ਹੋ ਤਾਂ, ਜਿਹੜਾ ਆਪਣੇ ਇੰਡੀਆ ਦਾ ਸੰਵਿਧਾਨ ਹੈ, ਆਪਣੇ ਇੰਡੀਆ ਦਾ ਕੋਨਸਟੀਟਿਊਸ਼ਨ ਹੈ, ਉਹ ਕਦੋਂ ਲਾਗੂ ਹੋਇਆ, ਉਹ ਹੋਇਆ 26 ਜਨਵਰੀ 1950 ਨੂੰ ਲਾਗੂ, 26 ਜਨਵਰੀ 1950 ਨੂੰ ਲਾਗੂ, ਠੀਕ ਹੈ ਜੀ। ਅੱਛੀ ਗੱਲ ਹੈ ਜੀ, ਠੀਕ ਹੈ ਜੀ ਵਰਸ਼ਾ ਜੀ। ਹਾਂ ਵਰਸ਼ਾ ਜੀ, ਜੋ ਕੋਈ ਫਾਲਤੂ ਕਮੈਂਟ ਕਰਦਾ ਨਾ, ਮੰਨ ਲਓ ਯੂਟਿਊਬ ਦੇ ਉੱਪਰ ਜਾਂ ਕੁਛ ਵੀ ਹੈ, ਤਾਂ ਉਹਨੂੰ ਅਸੀਂ ਬਲੌਕ ਕਰਦੇ ਰਹਿੰਦੇ ਹਾਂ ਕਈ ਵਾਰੀ, ਫੈਨ ਫੋਲੋਇੰਗ ਬੰਦ ਵੀ ਹੋ ਜਾਂਦੀ ਫਿਰ। ਹਾਂਜੀ ਸੱਜਣ ਕੰਬੋਜ ਜੀ, ਸੱਜਣ ਕੰਬੋਜ ਜੀ ਪਹਿਲਾ ਦਿਨ ਹੈ ਜੀ ਕੇ ਦਾ। ਲਓ ਜੀ ਆਹ ਲਿਖ ਲਓ, ਜਦੋਂ ਜਦੋਂ ਸੰਵਿਧਾਨ ਰਹਿ ਤਾਂ ਨਹੀਂ ਗਿਆ ਸੀ ਪਿੱਛੇ ਵਾਲੇ ਪੇਜ ਤੋਂ, ਕਿਸੇ ਦਾ ਹੈਗਾ ਸੀ ਕੋਈ, ਰਹਿ ਗਿਆ ਕਹਿੰਦਾ, ਰਹਿ ਗਿਆ ਸੀ, ਲਿਖ ਲਓ। ਲਓ ਜੀ ਰਹਿਣਾ ਨਹੀਂ ਚਾਹੀਦਾ, ਦੱਸ ਦੇ ਕਰੋ ਸਰ, ਆਪ ਨੋਟ ਕਰਵਾ ਦਿਓ। ਲਾਭ ਸਿੰਘ ਜੀ, ਕਿਹੜਾ ਪੁਆਇੰਟ ਨਹੀਂ ਸਮਝ ਆਇਆ ਪੁੱਛ ਲਿਆ ਜੀ, ਠੀਕ ਹੈ ਜੀ। ਹਾਂਜੀ ਬਿਲਕੁਲ ਸਾਜਨ ਕੰਬੋਜ, ਪੋਲਿਟੀ ਦਾ ਪਹਿਲਾ ਦਿਨ ਅੱਜ, ਸੁਨੀਲ ਕੁਮਾਰ ਜੀ ਦੇਖੋ ਤੁਸੀਂ ਉਹ ਚਲਾ ਦਿਓ ਮਿਡਲ। ਸਰ ਮੈਂ ਐਪ ਪਰਚੇਜ ਨਹੀਂ ਕਰ ਸਕਦੀ ਯੂਟਿਊਬ 'ਤੇ। ਹਾਂ ਸੁਖਪ੍ਰੀਤ ਸਿੰਘ ਜੀ ਦੇਖੋ, ਮੈਂ ਇਹ ਨਹੀਂ ਕਹਿ ਸਕਦਾ, ਫਿਰ ਤੁਹਾਨੂੰ ਸਾਰਾ ਕੁਛ ਡਾਟਾ ਫਿਰ ਯੂਟਿਊਬ 'ਤੇ ਮਿਲ ਜਾਏਗਾ, ਕਿਉਂਕਿ ਕਾਫੀ ਸਾਰੇ ਲੈਕਚਰ ਮੈਂ ਪੋਲਿਟੀ ਫ੍ਰੀ ਵੀ ਕਰਵਾ ਰੱਖੀ ਹੈ ਯੂਟਿਊਬ 'ਤੇ ਇੱਕ ਸੀਰੀਜ਼ ਦੇ ਵਿੱਚ, ਸ਼ਾਇਦ ਉਹਦੇ 4-5 ਲੈਕਚਰ ਐਂਡ ਵਾਲੇ ਮਿਸ ਸੀਗਾ, ਪਰ ਉਹ ਮੈਂ ਉਹ ਨਹੀਂ ਪ੍ਰੋਮਿਸ ਕਰ ਪਾਊਂਗਾ ਵੀ ਸਾਰੇ ਦਾ ਸਾਰਾ ਹੋਏਗਾ। ਐਂਡਰੋਇਡ ਯੂਜ਼ਰਸ ਅਰੋੜਾ ਕਲਾਸਿਸ ਐਪਲੀਕੇਸ਼ਨ ਡਾਊਨਲੋਡ ਕਰੋ, 1 ਲੱਖ ਤੋਂ ਉੱਤੇ ਡਾਊਨਲੋਡ ਹੋ ਚੁੱਕੇ ਨੇ ਪਹਿਲਾਂ ਹੀ। ਅਤੇ ਜੇ ਤੁਸੀਂ ਆਈਫੋਨ ਯੂਜ਼ਰ ਹੋ, ਮਾਈ ਇੰਸਟੀਟਿਊਟ ਐਪਲੀਕੇਸ਼ਨ ਡਾਊਨਲੋਡ ਕਰੋ, ਉੱਥੇ ORG ਕੋਡ ਮੰਗੇਗਾ, ARC ਭਰ ਦਿਓ, ਇੱਥੇ ਨੀਚੇ ਕੋਰਸਿਸ ਜਾ ਕੇ ਉੱਤੇ ਸਰਚ ਕਰੋ ਕੋਰਸੇਬਲ ਦਾ ਸਪੈਸ਼ਲ ਬੈਚ, ਜੇ ਤੁਸੀਂ ਕੋਈ ਹੋਰ ਲੈਣਾ ਚਾਹੁੰਦੇ ਹੋ ਹੋਰ ਬੈਚ, ਫਿਰ ਉੱਥੇ ਜਾ ਕੇ ਨੀਚੇ ਕਲਿੱਕ ਕਰਕੇ ਨਾ ਐਂਡ 'ਤੇ ਜਾ ਜੇ ਹੈਵੀ ਕੂਪਨ ਕੋਡ, ਉੱਥੇ ਹੈਗਾ AC 400, ਉੱਥੇ ਐਡੀਸ਼ਨਲ ਡਿਸਕਾਊਂਟ ਮਿਲ ਜਾਏਗਾ, ਹੁਣੇ ਦੀ ਹੁਣੇ ਡਾਊਨਲੋਡ ਕਰੋ।
ਗੁਰਜੀ ਕਲਾਸ ਮਿਸ ਹੋ ਗਈ ਅਬ ਇਕੱਠਾ ਦੇਖਾ BMS ਸਟੂਡੀਓ ਮਿਊਜ਼ਿਕ ਵਾਲਿਓ ਤੁਹਾਨੂੰ ਇਹੀ ਕਲਾਸ ਯੂਟਿਊਬ 'ਤੇ ਮਿਲ ਜਾਏਗੀ ਅਤੇ ਹਜੇ ਤਾਂ 4-5 ਦਿਨ ਯੂਟਿਊਬ 'ਤੇ ਚੱਲੇਗੀ ਤੁਹਾਡੀ ਕਲਾਸ ਨਾਲ ਨਾਲ ਡੈਮੋਸਟ੍ਰੇਸ਼ਨ ਦੇ ਤੌਰ 'ਤੇ ਲਾਉਂਦੇ ਰਹੋ ਨਹੀਂ ਅੰਕਿਤ ਕੁਮਾਰ ਜੀ ਵਿਧਾਨ ਪਰਿਸ਼ਦ 'ਚ ਵੂਮੈਨ ਰਿਜ਼ਰਵੇਸ਼ਨ ਨਹੀਂ ਆਈ ਇਕੱਲੀ ਰਾਜ ਲੋਕ ਸਭਾ ਅਤੇ ਵਿਧਾਨ ਸਭਾ 'ਚ ਆਈ ਹੈ ਦੋਨੋਂ ਅੱਡ ਅੱਡ ਵਿਧਾਨ ਸਭਾ ਅਤੇ ਲੋਕ ਸਭਾ ਸਿਰਫ ਇਹਨਾਂ ਵਿੱਚ ਆਈ ਹੈ 106 ਨੰਬਰ ਅਮੈਂਡਮੈਂਟ ਜਿਹੜੀ ਆਈ ਹੈ ਇੱਥੇ ਹੀ ਜੀ ਇੱਥੇ ਆਹ ਦੇਖੋ ਲਿਖੀ ਜਾਂਦੇ ਸਾਰੇ ਜਿਹੜੇ ਹਾਂ ਹਾਂ ਮੈਨੂੰ ਪਤਾ ਹੈ ਵਰਸ਼ਾ ਤੁਹਾਡੇ ਜਿੰਨੇ ਕੁ ਮਿੰਟ ਆਈ ਜਾਂਦੇ ਮੈਂ ਤਾਂ ਚੁੱਪ ਹਾਂ ਪੜ੍ਹਨ ਦਾ ਧਿਆਨ ਦੇ ਲਓ ਨਾਲ ਨਾਲ ਨੋਟ ਕਰ ਲਓ ਟਾਈਪ ਕਰੀ ਜਾਂਦੇ ਬੈਠੇ ਹਾਂਜੀ ਅੰਕਿਤ ਕੁਮਾਰ ਦਾ ਕੋਈ ਕਮੈਂਟ ਦੇਖਣਾ ਉੱਪਰ ਟੱਪਿਆ ਸਰ ਵਿਧਾਨ ਪਰਿਸ਼ਦ 'ਚ ਵੂਮੈਨ ਰਿਜ਼ਰ ਹਾਂ ਅੰਕਿਤ ਦੱਸਿਆ ਤਾਂ ਮੈਂ ਹੁਣੇ ਵਿਧਾਨ ਪਰਿਸ਼ਦ 'ਚ ਵੂਮੈਨ ਰਿਜ਼ਰਵੇਸ਼ਨ ਨਹੀਂ ਆਈ ਸਰ ਜਦੋਂ ਲੋਕ ਸਭਾ ਅਤੇ ਰਾਜ ਸਭਾ ਕੋਲ ਹੁੰਦਾ ਹੈ ਉਹਨੂੰ ਐਕਟ ਕਹਿੰਦੇ ਆ ਜੇ ਜਦੋਂ ਪ੍ਰੈਜੀਡੈਂਟ ਸਾਈਨ ਕਰ ਦਿੰਦਾ ਉਦੋਂ ਬਿੱਲ ਮੰਨਿਆ ਜਾਂਦਾ ਹੈ ਨਹੀਂ ਹਰਵਿੰਦਰ ਜੀ ਉਲਟਾ ਕਹਿ ਰਹੇ ਹੋ ਪਹਿਲਾਂ ਬਿੱਲ ਹੁੰਦਾ ਜਦੋਂ ਰਾਸ਼ਟਰਪਤੀ ਸਾਈਨ ਕਰ ਦੂਗਾ ਉਦੋਂ ਐਕਟ ਕਵਾਂਗੇ ਆਹ ਦੇਖਿਓ ਪੰਜਾਬੀ ਜਮਾਤ ਥੱਲੇ ਦਾ ਕਮੈਂਟ ਗਿਆ ਥੱਲੇ ਵੱਡਾ ਸਰ ਅੰਕੂ ਸਰ ਫਾਈਲ ਕਵਾਲੇ ਥੈਂਕ ਯੂ ਜੀ ਹੋ ਗਿਆ ਜੀ ਅਗਲਾ ਲਓ ਜੀ ਅੱਗੇ ਹੁਣ ਆਹ ਲਿਖ ਲਓ ਅਮੈਂਡਮੈਂਟ ਕਰਦਾ ਕੌਣ ਹੈ ਸ਼ੋਧ ਕਰਦੀ ਹੈ ਸੰਸਦ ਅਤੇ ਸੰਸਦ 3 ਜਿਹਨਾਂ ਨੂੰ ਮਿਲਾ ਕੇ ਬਣੀ ਹੈ ਲੋਕ ਸਭਾ ਰਾਜ ਸਭਾ ਅਤੇ ਆਪਣੇ ਕੋਲ ਤੀਜਾ ਕੌਣ ਹੈ ਰਾਸ਼ਟਰਪਤੀ ਯਾਦ ਕਰਵਾਉਣਾ ਵਾਸਤੇ ਦੱਸਿਆ ਵੀ ਪੀ ਤੋਂ ਰਾਸ਼ਟਰਪਤੀ ਯਾਦ ਕਰ ਲਓ ਉਹਨਾਂ ਨੇ ਨਹੀਂ ਦੱਸਿਆ ਸੀ ਸੰਵਿਧਾਨ ਵਾਲਿਆਂ ਨੇ ਦੱਸਿਆ ਵੀ ਐਵੇਂ ਯਾਦ ਕਰਨਾ ਇਹ ਆਪਾਂ ਟ੍ਰਿਕ ਬਣਾ ਰਹੇ ਯਾਦ ਰਹਿਣਾ ਸੀ ਵੀ ਇੱਥੋਂ ਯਾਦ ਕਰ ਲਾਂਗੇ ਪੀ ਤੋਂ ਪ੍ਰੈਜੀਡੈਂਟ ਆ ਗਿਆ ਰਾਸ਼ਟਰਪਤੀ ਆਰ ਤੋਂ ਰਾਜ ਸਭਾ ਅਤੇ ਲੋਕ ਸਭਾ ਆ ਤਿੰਨਾਂ ਨੂੰ ਮਿਲਾ ਕੇ ਆਪਣੇ ਕੋਲ ਸੰਸਦ ਬਣ ਜਾਂਦੀ ਹੈ ਵਰਸ਼ਾ 10 ਤੋਂ 2 ਚੱਲਣਗੇ ਕਲਾਸਿਸ ਤੇਰੀਆਂ ਰਾਤ ਨੂੰ ਮੇਰੀ ਕਲਾਸ ਨਹੀਂ ਹੈਗੀ ਲੈ ਕੇ ਆਵਾਂਗੇ ਜਲਦੀ ਹਾਂ ਬਿਲਕੁਲ ਕਰੰਟ ਦਾ ਕੁਸ਼ਚਨ ਬਣ ਸਕਦਾ ਜੀ ਇਹ ਵਾਲਾ ਸ਼ੁਭਮ ਜੀ ਵੀ ਹੁਣ ਕਿੰਨੀਆਂ ਅਮੈਂਡਮੈਂਟਸ ਹੋ ਗਈਆਂ ਕਰੰਟ ਅਫੇਅਰ ਦਾ ਕੁਸ਼ਚਨ ਹੀ ਹੈ ਅਤੇ ਪੁੱਛਣਗੇ ਕੀ ਅਮੈਂਡਮੈਂਟ ਹੋਈ ਹੈ ਵੀ ਕਰੰਟ ਅਫੇਅਰ ਦੇ ਵਿੱਚ ਕੁਸ਼ਚਨ ਬਣ ਜਾਏਗਾ ਜੀ ਹਾਂ ਬਿਲਕੁਲ ਸਾਜਨ ਕੰਬੋਜੀਆਂ ਦੇ ਵਿੱਚ ਪੋਲੀਟੀ ਅਤੇ ਪੰਜਾਬ ਜੀ ਕੇ ਦੋਨੋਂ ਹੀ ਹੋਣਗੀਆਂ ਪੂਰਾ ਸਿਲੇਬਸ ਹੀ ਹੋਏਗਾ ਬੈਚ 'ਚ ਸਰ ਜੀ ਵਰਲਡ ਮੈਪ ਵੀ ਕਰਵਾ ਦਿਓ ਪਰਵਿੰਦਰ ਕੌਰ ਤੁਹਾਡੇ ਸਿਲੇਬਸ ਦੇ ਵਿੱਚ ਇੰਡੀਆ ਦਾ ਮੈਪ ਵੀ ਨਹੀਂ ਹੈਗਾ ਪੰਜਾਬ ਦਾ ਮੈਪ ਹੈ ਜੇ ਤੁਸੀਂ ਕਹੋਗੇ ਪੰਜਾਬ ਦਾ ਮੈਪ ਅਤੇ ਇੰਡੀਆ ਦਾ ਮੈਪ ਤੁਹਾਨੂੰ ਹੁਣੇ ਦਿਖਾ ਦਿੰਦਾ ਮੈਂ ਠੀਕ ਹੈ ਹੁਣੇ ਵਰਲਡ ਮੈਪ 'ਤੇ ਤੁਹਾਨੂੰ ਮੈਂ ਕੋਂਟੀਨੈਂਟ ਸਾਰੇ ਦੱਸ ਦਿੰਦਾ ਮਹਾਦੀਪ ਕਿਹੜੇ ਕਿਹੜੇ ਹੈ ਸੁੱਖ ਹੈ ਮੈਪ 'ਚ ਕੁਛ ਜ਼ਿਆਦਾ ਨਹੀਂ ਹੈਗਾ ਖਾਸ ਤੁਹਾਨੂੰ ਦੱਸ ਦਿੰਦਾ ਮੈਪ ਬਾਰੇ ਦੱਸ ਦਿੰਦਾ ਵਾ ਠੀਕ ਹੈ ਹਜੇ ਤਾਂ ਆਪਾਂ ਬੇਸਿਕ ਸਟਾਰਟ ਕੀਤਾ ਪੋਲੀਟੀ ਸਟਾਰਟ ਕੀਤੀ ਜੋਗ੍ਰਾਫੀ ਕੀਤੀ ਨਹੀਂ ਫਿਰ ਵੀ ਤੁਹਾਨੂੰ ਮੈਪ ਦੱਸ ਦਿੰਦਾ ਆ ਹੋ ਗਿਆ ਜੀ ਸਾਰਿਆਂ ਦਾ ਚਲੋ ਸੋ ਇੱਕ ਸਟੂਡੈਂਟ ਦੀ ਡਿਮਾਂਡ ਹੈ ਸਰ ਮੈਪ ਥੋੜ੍ਹਾ ਜਿਹਾ ਦੱਸ ਦਿਓ ਦੇਖੋ ਪੰਜਾਬ ਜਿਹੜਾ ਆਪਣੇ ਕੋਲ ਬਣਿਆ ਹੋਇਆ ਆਪਣੇ ਆਪਣੇ ਆਪ ਪੰਜਾਬ ਦਾ ਮੈਪ ਪੇਪਰ ਵਾਸਤੇ ਇੰਪੋਰਟੈਂਟ ਹੈਗਾ ਸਾਰਿਆਂ ਵਾਸਤੇ ਪੰਜਾਬ ਕੁਛ ਇਸ ਤਰੀਕੇ ਦਾ ਬਣਿਆ ਹੋਇਆ ਪੰਜਾਬ ਬਣਿਆ ਹੋਇਆ ਤਾਂ ਇੱਥੇ ਆਪਣੇ ਕੋਲ ਦਰਿਆ ਜਾਂਦਾ ਕਿਹੜਾ ਰਾਵੀ ਰਾਵੀ ਤੋਂ ਬਾਅਦ ਇੱਧਰ ਆ ਜਾਂਦਾ ਆਪਣੇ ਕੋਲ ਬਿਆਸ ਬਿਆਸ ਤੋਂ ਬਾਅਦ ਕਿਹੜਾ ਆਉਂਦਾ ਆਪਣੇ ਕੋਲ ਸਤਲੁਜ ਸਤਲੁਜ ਅਤੇ ਨਹੀਂ ਆਪਣੇ ਕੋਲ ਪੰਜਾਬ ਵਿੱਚ ਆਈਦਾ ਪੰਜਾਬ ਵਿੱਚ ਇਹਨੂੰ ਆਪਾਂ ਬੋਲਦੇ ਹਾਂ ਮਾਝਾ ਜਿੱਥੇ ਆਪਣੇ ਕੋਲ ਤਰਨ ਤਾਰਨ ਹੈਗਾ ਅੰਮ੍ਰਿਤਸਰ ਹੈਗਾ ਗੁਰਦਾਸਪੁਰ ਹੈ ਅਤੇ ਪਠਾਨਕੋਟ ਹੈ ਇਹ ਪੰਜਾਬ ਦਾ ਮੈਪ ਕਰਵਾ ਰਿਹਾ ਤੁਹਾਨੂੰ ਮੈਂ ਤਿੰਨੋਂ ਦੇ ਤਿੰਨੋਂ ਕਰਵਾ ਦੇਣਾ ਟੈਨਸ਼ਨ ਨਾ ਲੈਣਾ ਇੱਥੇ ਆਪਣੇ ਕੋਲ ਨਵਾਂ ਸ਼ਹਿਰ SBS ਨਗਰ ਇੱਥੇ ਆਪਣੇ ਕੋਲ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਕਪੂਰਥਲਾ ਇੱਧਰ ਆਈਏ ਤਾਂ ਇੱਥੇ ਆਪਣੇ ਕੋਲ ਹੈਗਾ ਫਾਜ਼ਿਲਕਾ ਫਾਜ਼ਿਲਕਾ ਬਣਿਆ ਸੀ ਫਿਰੋਜ਼ਪੁਰ ਤੋਂ ਅੱਡ ਹੋ ਕੇ ਇੱਥੇ ਫਿਰੋਜ਼ਪੁਰ ਹੈਗਾ ਇੱਥੇ ਹੈਗਾ ਜੀ ਮੋਗਾ ਇੱਥੇ ਹੈ ਲੁਧਿਆਣਾ
ਲੁਧਿਆਣੇ ਤੋਂ ਬਾਅਦ ਇੱਥੇ ਫਾਜ਼ਿਲਕਾ ਦੇ ਨਾਲ ਮੁਕਤਸਰ ਆ ਜਾਂਦਾ, ਮੁਕਤਸਰ ਨਾਲ ਬਠਿੰਡਾ ਆ ਗਿਆ, ਬਠਿੰਡੇ ਦੇ ਨਾਲ ਮਾਨਸਾ ਹੈ, ਮਾਨਸੇ ਤੋਂ ਜਾਓਗੇ ਸੰਗਰੂਰ, ਸੰਗਰੂਰ ਤੋਂ ਪਟਿਆਲਾ, ਪਟਿਆਲਾ ਤੋਂ SAS ਮੋਹਾਲੀ। ਇੱਧਰ ਅਗਰ ਦੇਖੀਏ ਤਾਂ ਫਰੀਦਕੋਟ ਆਪਣੇ ਕੋਲ ਆ ਜਾਂਦਾ, ਇੱਥੇ ਆ ਜਾਂਦਾ ਬਰਨਾਲਾ, ਬਰਨਾਲਾ ਇੱਥੇ ਆਪਣੇ ਕੋਲ ਆ, ਲੁਧਿਆਣੇ ਤੋਂ ਬਾਅਦ ਆ ਜਾਂਦਾ ਫਤਿਹਗੜ੍ਹ ਸਾਹਿਬ, ਅਤੇ ਇੱਥੇ ਕੋਰਨਰ 'ਤੇ ਹੈਗਾ ਰੋਪੜ। ਆਪਣਾ ਸਾਰਾ ਪੰਜਾਬ ਹੈ, ਇਹਨੂੰ ਮਾਝਾ ਬੋਲਦੇ ਆ, ਇਹਨੂੰ ਦੁਆਬਾ ਬੋਲਦੇ ਆ, ਇੱਥੇ ਬੋਲਦੇ ਆਪਾਂ ਮਾਲਵਾ। ਸੋ ਮਾਝਾ ਦੁਆਬਾ ਮਾਲਵਾ ਤਿੰਨ ਰੀਜ਼ਨ ਹੈ। ਹੁਣ ਜੇ ਤੁਸੀਂ ਕਿਉਂਕਿ ਸਰ ਇਹੀ ਚੀਜ਼ਾਂ ਆਪਾਂ ਅਗਰ ਇੰਡੀਆ ਦੇ ਵਿੱਚ ਦੇਖਦੇ ਹਾਂ ਤਾਂ ਜਿੰਨੇ ਵੀ ਮੈਪ ਦੀ ਡਿਮਾਂਡ ਕੀਤੀ ਹੈ ਵੀ ਵਰਲਡ ਮੈਪ ਵੀ ਨਾਲ ਦੱਸ ਦਿਓ, ਤਾਂ ਪਹਿਲਾਂ ਮੈਂ ਤੁਸੀਂ ਪਹਿਲਾਂ ਲੋਕਲ ਲੈਵਲ ਦੇ ਮੈਪ ਤਾਂ ਸਮਝ ਲਓ ਵੀ ਆਪਣੇ ਲੋਕਲ ਲੈਵਲ ਕਿੱਥੇ ਕਿੱਥੇ ਹੈਗੇ ਨੇ। ਤਾਂ ਅਗਰ ਆਹ ਇੰਡੀਆ, ਹੁਣ ਆਪਾਂ ਪੰਜਾਬ ਬਣਾਇਆ ਇੱਥੇ, ਆਹ ਪੰਜਾਬ ਰਿਹਾ, ਜਿਹੜੀ ਬਾਊਂਡਰੀ ਚੱਲੀ ਉੱਧਰ ਵਾਲੀ ਬਾਊਂਡਰੀ ਸਾਰੀ ਦੀ ਸਾਰੀ, ਜਿਹੜੀ ਆ ਖੱਬੇ ਪਾਸੇ ਵਾਲੀ ਲਾਈਨ ਆਹ ਚੱਲੀ ਹੈ, ਇੱਥੇ ਤਾਂ ਆਪਣੇ ਕੋਲ ਹੈਗਾ ਆਹ ਪਠਾਨਕੋਟ, ਇੱਥੇ ਆ ਪਠਾਨਕੋਟ ਹੈ, ਫਿਰ ਇੱਧਰ ਆਪਣੇ ਕੋਲ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਇੱਥੇ ਫਿਰੋਜ਼ਪੁਰ, ਇੱਥੇ ਫਾਜ਼ਿਲਕਾ, ਆਹ ਸਾਰਾ ਕੁਛ ਇਸ ਤਰੀਕੇ ਨਾਲ ਆਪਣਾ ਪੰਜਾਬ ਬਣਿਆ ਹੋਇਆ ਇੱਥੇ ਆਪਣਾ, ਆਹ ਪੰਜਾਬ ਹੈ। ਹੁਣ ਤੁਸੀਂ ਇਹਦੇ ਦੇਖੋਗੇ ਪੰਜਾਬ ਹੈ, ਪੰਜਾਬ ਤੋਂ ਅਲੱਗ ਹੋਇਆ ਸੀ ਹਰਿਆਣਾ, ਦੋਨਾਂ ਦੀ ਕੈਪੀਟਲ ਚੰਡੀਗੜ੍ਹ, ਇੱਥੇ ਦਿੱਲੀ ਹੈ, ਇੱਧਰ ਰਾਜਸਥਾਨ, ਇੱਧਰ ਗੁਜਰਾਤ, ਮਹਾਰਾਸ਼ਟਰਾ, ਗੋਆ, ਕਰਨਾਟਕਾ, ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਲੱਗ ਹੋਇਆ, ਉੜੀਸਾ, ਵੈਸਟ ਬੰਗਾਲ, ਇੱਥੇ ਸਿੱਕਿਮ, ਇੱਧਰ ਉੱਪਰ ਚਲਾ ਗਿਆ ਲੱਦਾਖ, ਇੱਥੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਯੂਪੀ, ਅਤੇ ਇੱਥੇ ਬਿਹਾਰ, ਇੱਥੇ ਮੱਧਿਆ ਪ੍ਰਦੇਸ਼, ਛੱਤੀਸਗੜ੍ਹ, ਅਤੇ ਇੱਥੇ ਝਾਰਖੰਡ, ਇੱਧਰ ਆਪਣੇ ਕੋਲ ਹੈਗਾ ਮੇਘਾਲਿਆ, ਇੱਥੇ ਹੈਗਾ ਅਸਾਮ, ਇੱਥੇ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ, ਇੱਥੇ ਆਪਣੇ ਕੋਲ ਹੈ ਤ੍ਰਿਪੁਰਾ। ਅਗਰ ਇੱਧਰ ਗੱਲ ਕਰਦੇ ਹਾਂ ਤਾਂ ਇੱਧਰ ਅਤੇ ਇੱਥੇ ਆਪਣੇ ਕੋਲ ਦਮਨ ਦੀਊ, ਦਾਦਰਾ ਨਗਰ ਹਵੇਲੀ, ਇੱਥੇ ਆਪਣੇ ਕੋਲ ਬਣਿਆ ਹੋਇਆ ਲਕਸ਼ਦੀਪ, ਇੱਥੇ ਬਣਿਆ ਹੋਇਆ ਅੰਡੇਮਾਨ ਐਂਡ ਨਿਕੋਬਾਰ, ਇੱਥੇ ਚਾਰ ਭਾਗਾਂ 'ਚ ਵੰਡਿਆ ਹੋਇਆ ਪੁਡੂਚੇਰੀ। ਇਹ ਸਾਰਾ ਆਪਣਾ ਇੰਡੀਆ ਹੈਗਾ, ਜਿਹਨੇ ਪੁੱਛਿਆ ਸੀ ਦੇਖ ਲਓ ਆਰਾਮ ਨਾਲ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਹੁਣ ਅਗਰ ਮੈਂ ਗੱਲ ਕਰਦਾ ਇੱਥੇ ਆਪਣੇ ਕੋਲ ਬਣਿਆ ਹੋਇਆ ਵਰਲਡ ਮੈਪ, ਇਹ ਧਰਤੀ ਹੈ ਪੂਰੀ ਦੀ ਪੂਰੀ, ਆਹ ਪੂਰੀ ਦੀ ਪੂਰੀ ਧਰਤੀ ਹੈ। ਹੁਣ ਤੁਸੀਂ ਰਹਿ ਰਹੇ ਹੋ, ਆਪਾਂ ਰਹਿ ਰਹੇ ਹਾਂ ਏਸ਼ੀਆ ਦੇ ਵਿੱਚ, ਸੋ ਆਹ ਆਪਣਾ ਏਸ਼ੀਆ ਹੈਗਾ ਜਿੱਥੇ ਆਪਾਂ ਰਹਿੰਦੇ ਹਾਂ, ਅਤੇ ਆਹ ਸੀਗਾ ਆਪਣਾ ਇੰਡੀਆ ਇੱਥੇ, ਇਹ ਹੈਗਾ ਯੂਰੋਪ ਜਿੱਥੇ ਬ੍ਰਿਟੇਨ ਹੈਗਾ, ਜਰਮਨੀ ਹੈਗਾ, ਇੱਥੇ ਨੌਰਥ ਅਮਰੀਕਾ ਜਿਹਦੇ ਵਿੱਚ ਅਮਰੀਕਾ ਦੇ ਵਿੱਚ ਹੀ ਆਪਣੇ ਕੋਲ ਨੌਰਥ ਅਮਰੀਕਾ ਵਿੱਚ ਹੀ ਕੈਨੇਡਾ ਆਉਂਦਾ, ਇਹ ਆਪਣਾ ਆ ਗਿਆ ਸਾਊਥ ਅਮਰੀਕਾ, ਦੱਖਣੀ ਅਮਰੀਕਾ, ਬ੍ਰਾਜ਼ੀਲ ਵਾਲਾ ਹਿੱਸਾ ਸਾਊਥ ਅਮਰੀਕਾ, ਇਹ ਹੈਗਾ ਅਫਰੀਕਾ ਜਿੱਥੇ ਦੱਖਣੀ ਅਫਰੀਕਾ ਵੀ ਆਉਂਦਾ, ਅਫਰੀਕਾ, ਇੱਥੇ ਆ ਜੀ ਆਹ ਆਸਟ੍ਰੇਲੀਆ ਹੈਗਾ, ਆਸਟ੍ਰੇਲੀਆ, ਆਹ ਅੰਟਾਰਟਿਕਾ ਹੈਗਾ, ਠੀਕ ਹੈ ਜੀ। ਔਨਲਾਈਨ ਵੱਲੋਂ ਜਿਹਨੇ ਵੀ ਪੁੱਛਿਆ ਸੀ, ਆਹ ਹੈਗਾ ਵਰਲਡ ਦਾ ਮੈਪ, ਵਰਲਡ ਦੇ ਵਿੱਚ ਆਪਾਂ ਹੈਗੇ ਜੀ ਆਹ ਜਗ੍ਹਾ 'ਤੇ, ਇੱਥੇ ਇੰਡੀਆ ਵਾਲੇ, ਆਹ ਇੰਡੀਆ ਦਾ ਮੈਪ ਹੈ, ਇੰਡੀਆ 'ਚ ਸਾਰੀਆਂ ਸਟੇਟ ਹੈ, ਇੰਡੀਆ ਦੇ ਵਿੱਚ ਆਪਾਂ ਇੱਥੇ ਹੈਗੇ ਹਾਂ, ਇੱਥੇ ਇੰਡੀਆ ਨੂੰ ਤੋੜਾਂਗੇ ਕਿ ਪੰਜਾਬ ਬਣ ਜੂਗਾ, ਪੰਜਾਬ ਵੰਡਿਆ ਹੋਇਆ ਜ਼ਿਲ੍ਹਿਆਂ ਦੇ ਵਿੱਚ, ਅਤੇ ਆਪਾਂ ਇੱਥੇ ਬੈਠੇ ਹਾਂ ਬਠਿੰਡੇ 'ਚ ਆ ਸੀਗੇ, ਠੀਕ ਹੈ। ਹੋਰ ਦੱਸੋ, ਡਨ ਹੈ, ਇਹਦੇ 'ਚ ਕੁਛ ਪੁੱਛਣਾ ਹੋਇਆ ਕਿਸੇ ਨੇ? ਪਿੱਛੇ ਵਾਲਾ ਸਮਝ ਆ ਗਿਆ, ਟੋਟਲ ਅਮੈਂਡਮੈਂਟ ਕਿੰਨੀਆਂ ਹੋ ਚੁੱਕੀਆਂ ਨੇ? 106 ਅਮੈਂਡਮੈਂਟ ਕੌਣ ਕਰਦਾ? ਪਾਰਲੀਮੈਂਟ। ਕਿਹਦੇ ਵਿੱਚ ਅਮੈਂਡਮੈਂਟ ਹੋਏਗੀ? ਸੰਵਿਧਾਨ ਵਿੱਚ। ਸੰਵਿਧਾਨ ਕਦੋਂ ਬਣਿਆ ਸੀ? 1900। ਸੋ ਅਗਰ ਮੈਂ ਪਹਿਲਾਂ ਗੱਲ ਕਰਦਾ ਕੋਨਸਟੀਟਿਊਸ਼ਨ ਦੀ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਾਂਗੇ, ਜੇ ਮੈਂ ਗੱਲ ਕਰਾਂਗਾ ਸੰਵਿਧਾਨ ਦੀ, ਉਹ ਸੰਵਿਧਾਨ ਕਿਹਨੇ ਬਣਾਇਆ ਹੈ ਪਤਾ ਕਿਸੇ ਨੂੰ? ਸੰਵਿਧਾਨਿਕ ਸਭਾ ਨੇ। ਜਿਵੇਂ ਅੱਜ ਦੇ ਟਾਈਮ 'ਤੇ ਮੈਂ ਕਹਾਂ ਇੱਕ ਆਪਣਾ ਬਿੱਲ ਕੌਣ ਪਾਸ ਕਰੇਗਾ? ਲੋਕ ਸਭਾ, ਰਾਜ ਸਭਾ। ਉਵੇਂ ਸੰਵਿਧਾਨ ਕਿਹਨੇ ਬਣਾਇਆ ਸੀ? ਸੰਵਿਧਾਨਿਕ ਸਭਾ ਨਾਮ ਦੀ ਇੱਕ ਸਭਾ ਬਣੀ ਸੀ। ਹੁਣ ਕੀ ਹੋਇਆ ਤੁਹਾਨੂੰ ਮੈਂ ਦੱਸਦਾ, ਆਪਣੇ ਇੰਡੀਆ ਵਾਲੇ ਨਾ ਬੜੀ ਮੰਗ ਰੱਖਦੇ ਸੀ, ਕਦੇ ਕਹਿੰਦੇ ਸੀ ਸਾਨੂੰ ਸਵਰਾਜ ਦੇ ਦਿਓ, ਕਦੇ ਕਹਿੰਦੇ ਸੀ ਸਾਨੂੰ ਪੂਰਨ ਸਵਰਾਜ ਦੇ ਦਿਓ, ਕਦੇ ਕੀ ਮੰਗਦੇ ਸੀ, ਕਦੇ ਕੀ ਮੰਗਦੇ ਸੀ ਬ੍ਰਿਟਿਸ਼ਰਸ ਤੋਂ, ਬ੍ਰਿਟਿਸ਼ਰਸ ਹਰ ਵਾਰੀ ਹੱਥ ਖੜੇ ਕਰ ਦਿੰਦੇ ਸੀ, ਕਹਿੰਦੇ ਨਾ। ਤਾਂ ਕੀ ਹੋਇਆ ਆਪਣੇ ਇੰਡੀਆ ਦੇ ਵਿੱਚ, ਬੜੇ ਧਿਆਨ ਨਾਲ ਸੁਣਨਾ, ਆਪਣੇ ਇੰਡੀਆ ਦੇ ਵਿੱਚ ਪਹਿਲੀ ਵਾਰ 1934 ਦੇ ਵਿੱਚ ਨਾ ਇੱਕ ਬੰਦਾ ਸੀ, 1934 ਵਿੱਚ ਇੱਕ ਬੰਦੇ ਦਾ ਨਾਮ ਸੀ MN ਰੋਏ। ਕੀ ਨਾਮ ਹੈ ਜੀ?
ਐਮਐਨ ਰੋਏ, ਮਨਾਬਿੰਦਰਾ ਨਾਥ ਪੂਰਾ ਨਾਮ ਆਉਂਦਾ ਹੈਗਾ, ਮਨਾਬਿੰਦਰਾ ਨਾਥ ਰੋਏ, ਚਲੋ ਪੂਰਾ ਨਾਮ ਵੈਸੇ ਯਾਦ ਰੱਖਣ ਲੋੜ ਨਹੀਂ ਹੈਗੀ, ਐਮਐਨ ਰੋਏ, ਕੱਲ ਇੱਕ ਸੈਕਿੰਡ ਵੇਟ ਕਰੋ, ਐਮਐਨ ਰੋਏ ਆਪਣੇ ਕੋਲ, ਤੇ ਐਮਐਨ ਰੋਏ ਜਿਹੜਾ ਪਰਸਨ ਆਪਣੇ ਕੋਲ ਸੀ 1934 ਵਿੱਚ, ਉਹਨੇ ਇੱਕ ਗੱਲ ਕਹੀ, ਕਹਿੰਦਾ ਯਾਰ ਜੇ ਆਪਾਂ ਆਪਣਾ ਸੰਵਿਧਾਨ ਬਣਾਉਣਾ ਨਾ, ਆਪਾਂ ਆਪਣਾ ਸੰਵਿਧਾਨ ਬਣਾਉਣਾ ਹੈ ਤਾਂ ਆਪਾਂ ਨੂੰ ਸੰਵਿਧਾਨਿਕ ਸਭਾ ਚਾਹੀਦੀ ਹੈ। ਤਾਂ ਇਹਨੇ ਪਹਿਲੀ ਵਾਰ ਆਪਣੇ ਇੰਡੀਆ ਦੇ ਵਿੱਚ ਪਹਿਲੀ ਵਾਰ ਕਾਹਦਾ ਸੁਝਾਵ ਦਿੱਤਾ? ਸੰਵਿਧਾਨਿਕ ਸਭਾ ਦਾ। ਸੋ ਸੰਵਿਧਾਨਿਕ ਸਭਾ ਦਾ ਸੁਝਾਵ, ਹੀ ਵਾਜ਼ ਅ ਫਸਟ ਪਰਸਨ ਹੂ ਗੇਵ ਦੀ ਆਈਡੀਆ ਫੋਰ ਦੀ ਕੌਂਸਟੀਟਿਊਸ਼ਨਲ ਅਸੈਂਬਲੀ, ਫਸਟ ਆਈਡੀਆ, ਜਿੰਨੇ ਵਾਰੀ ਪਹਿਲੇ ਆਈਡੀਆ ਦਿੱਤਾ ਟੂ ਹੈਵ ਦੀ ਕੌਂਸਟੀਟਿਊਟ ਅਸੈਂਬਲੀ। ਕਹਿੰਦੇ ਆਪਣੇ ਕੋਲ ਅਗਰ ਆਪਣੀ ਸੰਵਿਧਾਨਿਕ ਸਭਾ ਬਣ ਗਈ ਨਾ, ਤਾਂ ਇਹਦਾ ਮਤਲਬ ਆਪਾਂ ਆਪਣੀ ਸੰਵਿਧਾਨਿਕ ਸਭਾ ਜਿਹੜੀ ਹੈ ਉਹਦੇ ਨਾਲ ਉਹਦੇ ਰਸਤੇ ਆਪਾਂ ਆਪਣਾ ਸੰਵਿਧਾਨ ਬਣਾ ਲਾਂਗੇ। ਬਟ ਆਈਡੀਆ ਦੇਣ ਨੂੰ ਕੀ ਹੈ, ਰਾਜ ਤਾਂ ਆਪਣੇ ਉੱਪਰ ਕੌਣ ਕਰਦਾ ਸੀ ਉਦੋਂ? ਕੌਣ ਕਰਦਾ ਸੀ? ਬ੍ਰਿਟਿਸ਼ਰਸ। ਹੁਣ ਰਾਜ ਆਪਣੇ ਉੱਤੇ ਬ੍ਰਿਟਿਸ਼ਰਸ ਕਰਦੇ ਸੀ, ਆਪਾਂ ਉਹਦੇ ਕੋਲ ਹੀ ਅਕਸਰ ਕਹਾਂਗੇ ਵੀਰੇ ਸਾਨੂੰ ਸੰਵਿਧਾਨਿਕ ਸਭਾ ਦਿਓ, ਫਿਰ ਉਹਨਾਂ ਨੂੰ ਉਹਨਾਂ ਤੋਂ ਮੰਗ ਰੱਖਾਂਗੇ। 1934 ਵਿੱਚ ਐਮਐਨ ਰੋਏ ਨੇ ਆਈਡੀਆ ਦਿੱਤਾ, 1935 ਦੇ ਵਿੱਚ, 1935 ਵਿੱਚ ਆਪਣੀ ਆਈਐਨਸੀ, ਆਈਐਨਸੀ ਪਤਾ ਕੀ ਹੈ? ਇੰਡੀਅਨ ਨੈਸ਼ਨਲ ਕਾਂਗਰਸ। ਸੋ ਜਿਹੜੀ ਅੱਜ ਵੀ ਆਪਣੀ ਇੱਕ ਪਾਰਟੀ ਚੱਲ ਰਹੀ ਹੈ, ਸ਼ਾਇਦ ਤੁਸੀਂ ਜਾਣਦੇ ਹੋਵੋ ਪਾਰਟੀ ਨੂੰ ਪੱਪੂ ਦੇ ਨਾਮ ਤੋਂ, ਹੈ ਨਾ। ਸੋ ਭਾਰਤੀ ਰਾਸ਼ਟਰੀ ਕਾਂਗਰਸ ਸੁਣੀ ਹੋਏਗੀ ਸਾਰਿਆਂ ਨੇ। ਸੋ ਜਿਹੜੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਸੀ, ਉਹ ਵਾਲੀ ਕਾਂਗਰਸ ਪਾਰਟੀ ਨੇ ਫਿਰ ਸੰਵਿਧਾਨਿਕ ਸਭਾ ਦੀ ਮੰਗ ਰੱਖਤੀ। ਇਹਨੇ ਕੀ ਕੀਤਾ? ਇਹਨੇ ਸੰਵਿਧਾਨਿਕ ਸਭਾ ਦੀ ਮੰਗ ਰੱਖਤੀ। ਕਿਹੜੇ ਸਾਲ ਵਿੱਚ? 1934 ਵਿੱਚ ਉਹਨੂੰ ਆਈਡੀਆ ਆਇਆ, ਤਾਂ 1935 ਵਿੱਚ ਅਗਲੇ ਹੀ ਸਾਲ ਉਹਨਾਂ ਨੇ ਮੰਗ ਕਰਤੀ, ਉਹਨਾਂ ਨੇ ਡਿਮਾਂਡ ਕਰਤੀ। ਡਿਮਾਂਡ ਕਾਹਦੀ ਕਰਨਗੇ? ਸੰਵਿਧਾਨਿਕ ਸਭਾ ਦੀ। ਤਾਂ ਸ਼ੋਰਟ ਵਿੱਚ ਅਗਰ ਮੈਂ ਇੱਥੇ ਲਿਖਦਾ ਕੌਂਸਟੀਟਿਊਂਟ ਅਸੈਂਬਲੀ। ਸੋ ਸੰਵਿਧਾਨਿਕ ਸਭਾ ਦੀ ਮੰਗ ਰੱਖਤੀ। ਕੀ ਬ੍ਰਿਟਿਸ਼ਰ ਨੇ ਆਪਾਂ ਨੂੰ ਸੰਵਿਧਾਨਿਕ ਸਭਾ ਦਿੱਤੀ ਸੀ ਕਿ ਨਹੀਂ? ਜੇ ਦੇ ਦਿੰਦੇ ਤਾਂ ਆਪਣਾ ਸੰਵਿਧਾਨ ਬਣ ਜਾਣਾ ਸੀ। ਸੋ ਬ੍ਰਿਟਿਸ਼ਰਸ ਨੇ ਇਸ ਮੰਗ ਨੂੰ ਕੀ ਕਰਤਾ ਜੀ? ਰੱਦ ਕਰਤਾ, ਕੈਂਸਲ ਕਰਤਾ, ਨਹੀਂ ਦਿੱਤੀ, ਮਨਾ ਕਰਤਾ, ਕਹਿੰਦੇ ਅਸੀਂ ਨਹੀਂ ਦਿੰਦੇ। 1934 ਵਿੱਚ ਮੰਗ ਆਈਡੀਆ ਆਇਆ, 1935 ਵਿੱਚ ਅਗਲੇ ਹੀ ਸਾਲ ਆਪਾਂ ਮੰਗ ਰੱਖਤੀ, ਤੇ ਜਦੋਂ ਮੰਗ ਰੱਖੀ ਬ੍ਰਿਟਿਸ਼ਰਸ ਨੇ ਸਾਫ ਸਾਫ ਮਨਾ ਕਰਤਾ, ਫਿਰ ਆਪਾਂ ਨਾ ਬ੍ਰਿਟਿਸ਼ਰ ਦੇ ਵਿਰੁੱਧ ਖੜੇ ਹੋ ਗਏ। ਤੁਸੀਂ ਸ਼ਾਇਦ ਸੁਣਿਆ ਹੋਏਗਾ ਆਪਣੇ ਮਹਾਤਮਾ ਗਾਂਧੀ ਜੀ ਨੇ ਸੱਤਿਆਗ੍ਰਹਿ ਕੀਤੇ ਸੀ। ਸੁਣਿਆ ਸੱਤਿਆਗ੍ਰਹਿ? ਚਲੋ ਉਹ ਚੰਪਾਰਨ ਸੱਤਿਆਗ੍ਰਹਿ ਖੇੜਾ, ਉਹ ਤਾਂ 1918 ਚ ਹੋ ਗਏ ਸੀ। ਇੱਕ ਵਿਅਕਤੀਗਤ ਸੱਤਿਆਗ੍ਰਹਿ ਚਲਾਇਆ ਸੀ 1940 ਵਿੱਚ, ਬ੍ਰਿਟਿਸ਼ਰਸ ਨੇ ਕੋਈ ਨਹੀਂ ਆਪਣੀ ਮੰਗ ਸੁਣੀ। ਭਾਰਤ ਛੱਡੋ ਅੰਦੋਲਨ ਸੁਣਿਆ ਹੋਏਗਾ, 1942 ਵਿੱਚ ਭਾਰਤ ਛੱਡੋ ਅੰਦੋਲਨ ਕਿਉਂ ਚਲਾਇਆ ਸੀ ਆਪਾਂ? ਤੁਹਾਨੂੰ ਪਤਾ ਕਿਉਂ ਚਲਾਇਆ ਸੀ? ਕਿਉਂਕਿ ਜਿਹੜੀ ਚੀਜ਼ਾਂ ਦੀ ਆਪਾਂ ਮੰਗ ਰੱਖ ਰਹੇ ਸੀ ਨਾ, ਤਾਂ 1942 ਵਿੱਚ ਬ੍ਰਿਟਿਸ਼ਰਸ ਨੇ ਇੱਕ ਮਿਸ਼ਨ ਭੇਜਿਆ ਸੀ, ਉਹਦਾ ਨਾਮ ਕੀ ਸੀ? ਕਰਿਪਸ ਮਿਸ਼ਨ। ਕੀ ਨਾਮ ਸੀ ਜੀ? 1942 ਦੇ ਕਰਿਪਸ ਮਿਸ਼ਨ ਨੇ ਆਪਣੇ ਸਾਹਮਣੇ ਆਪਾਂ ਨੂੰ ਆਫਰ ਦਿੱਤੀ ਸੀ। ਪਹਿਲਾਂ ਤਾਂ ਆਪਾਂ ਬ੍ਰਿਟਿਸ਼ਰ ਸਾਹਮਣੇ ਹੱਥ ਜੋੜੀ ਜਾਂਦੇ ਸੀ, 1940 ਤੋਂ ਬਾਅਦ ਬ੍ਰਿਟਿਸ਼ਰਸ ਆਪਾਂ ਨੂੰ ਕਹਿਣ ਲੱਗ ਗਏ ਐਲੋਆ ਚੱਕੋ ਆਫਰ, ਲੇਕਿਨ ਆਪਣੇ ਇੰਡੀਅਨਸ ਨਹੀਂ ਮੰਨਦੇ ਸੀ। ਤਾਂ ਬ੍ਰਿਟਿਸ਼ਰਸ ਨੇ ਜਦੋਂ ਆਪਾਂ ਨੂੰ ਕਰਿਪਸ ਮਿਸ਼ਨ ਦਿੱਤਾ ਸੀ, ਇਹ ਕਰਿਪਸ ਮਿਸ਼ਨ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਕਿਹਾ ਸੀ, ਆਪਣੇ ਸਾਹਮਣੇ ਉਹਨਾਂ ਨੇ ਆਫਰ ਰੱਖਿਆ, ਅਸੀਂ ਤੁਹਾਨੂੰ ਸੰਵਿਧਾਨਿਕ ਸਭਾ ਦੇ ਦਿੰਦੇ ਹਾਂ। ਕਾਹਦਾ ਆਫਰ ਰੱਖਿਆ? ਮੰਗ ਕਿਹੜੇ ਸਾਲ ਵਿੱਚ ਕੀਤੀ ਆਪਾਂ? 1935। ਲੇਕਿਨ ਸੰਵਿਧਾਨਿਕ ਸਭਾ ਦਾ ਆਫਰ ਕਦੋਂ ਮਿਲਿਆ ਆਪਾਂ ਨੂੰ? ਬਟ ਉਹਨਾਂ ਨੇ ਪਤਾ ਕੀ ਕਿਹਾ ਸੀ? ਉਹਨਾਂ ਨੇ ਇਹ ਗੱਲ ਕਹੀ, ਤੁਸੀਂ ਸਾਡਾ ਸਾਥ ਦਿਓ, ਵਿਸ਼ਵ ਯੁੱਧ ਚੱਲੀ ਜਾਂਦਾ ਹੈ। 1939 ਵਿੱਚ ਨਾ ਵਿਸ਼ਵ ਯੁੱਧ ਸਟਾਰਟ ਹੋਇਆ ਸੀ, ਵਰਲਡ ਵਾਰ ਸਟਾਰਟ ਹੋਈ ਸੀ। ਕਹਿੰਦੇ ਜਦੋਂ ਵਰਲਡ ਵਾਰ ਖਤਮ ਹੋ ਜਾਏਗੀ, ਉਹਦੇ ਤੋਂ ਬਾਅਦ ਤੁਹਾਨੂੰ ਇਹ ਸੰਵਿਧਾਨਿਕ ਸਭਾ ਦੇ ਦਿੱਤੀ ਜਾਏਗੀ। ਉਹਨਾਂ ਨੇ ਇਹ ਗੱਲ ਕਹੀ ਸੀ, ਜਦੋਂ ਵਰਲਡ ਵਾਰ ਖਤਮ ਹੋ ਜਾਏਗੀ, ਉਹਦੇ ਤੋਂ ਬਾਅਦ ਤੁਹਾਨੂੰ ਇਹ ਸੰਵਿਧਾਨਿਕ ਸਭਾ ਦੇ ਦਿੱਤੀ ਜਾਏਗੀ। ਲੇਕਿਨ ਜਿਹੜੇ ਇੰਡੀਅਨਸ ਸੀ, ਉਹ ਇੰਡੀਅਨਸ ਨੇ ਕੀ ਕਰਤਾ?
ਮਨਾ ਕਰਤਾ। ਇਹ ਬ੍ਰਿਟਿਸ਼ਰਸ ਨੇ ਆਪਾਂ ਨੂੰ ਆਫਰ ਦਿੱਤਾ ਸੀ। ਹੁਣ ਜਿਹੜੀ ਇੱਥੇ ਕਾਂਗਰਸ ਪਾਰਟੀ ਸੀ ਉਹ ਕਾਂਗਰਸ ਨੇ ਕੀ ਕੀਤਾ? ਆਪਾਂ ਨੂੰ ਮਨਾ ਕਰਤਾ, ਕਹਿੰਦੇ ਨਾ ਅਸੀਂ ਹੁਣ ਤੁਹਾਡੀ ਇਹ ਵਾਲੀ ਆਫਰ ਐਵੇਂ ਨਹੀਂ ਮੰਨਦੇ, ਜਾਂ ਤਾਂ ਹੁਣ ਇਹ ਸਾਨੂੰ ਆਜ਼ਾਦੀ ਦਿਓ, ਅਸੀਂ ਸੰਵਿਧਾਨਿਕ ਸਭਾ ਦਾ ਲੈ ਰਹੇ ਹਾਂ, ਸਾਨੂੰ ਆਜ਼ਾਦੀ ਵੀ ਨਾਲ ਦੀ ਨਾਲ ਦਿਓ, ਫਿਰ ਤਾਂ ਅਸੀਂ ਮੰਨਦੇ ਹਾਂ, ਨਹੀਂ ਤਾਂ ਅਸੀਂ ਐਵੇਂ ਨਹੀਂ ਮੰਨਾਂਗੇ ਵੀ ਵਰਲਡ ਵਾਰ ਖਤਮ ਹੋਈ, ਕਿਉਂਕਿ ਵਰਲਡ ਵਾਰ 39 ਦੀ ਸਟਾਰਟ ਹੋਈ ਹੋਈ ਸੀ, 3 ਸਾਲ ਹੋ ਗਏ ਸੀ, ਹਜੇ ਤਾਂ ਪਤਾ ਹੀ ਨਹੀਂ ਸੀ ਕੁਝ ਕਦੋਂ ਤੱਕ ਚੱਲੇਗੀ ਖਤਮ, ਤਾਂ 45 ਵਿੱਚ ਹੋਈ ਆ, 42 ਵਿੱਚ ਥੋੜ੍ਹੀ ਪਤਾ ਸੀ 45 'ਚ ਖਤਮ ਹੋਏਗੀ, ਤਾਂ ਆਪਾਂ ਮਨਾ ਕਰਤਾ। ਹੁਣ ਫਿਰ ਫਾਈਨਲੀ 1946 ਦੇ ਵਿੱਚ ਇੱਕ ਪਲਾਨ ਆਇਆ ਜਿਹਦਾ ਨਾਮ ਸੀ ਕੈਬਿਨੇਟ ਮਿਸ਼ਨ ਪਲਾਨ। ਕਿਹੜਾ ਪਲਾਨ ਹੈ? ਕੈਬਿਨੇਟ ਮਿਸ਼ਨ। ਇਹਨੇ ਆਪਾਂ ਨੂੰ ਸੰਵਿਧਾਨਿਕ ਸਭਾ ਦਾ ਆਫਰ ਦਿੱਤਾ, ਕਿਉਂਕਿ ਹੁਣ ਤਾਂ ਵਰਲਡ ਵਾਰ ਹੈ ਹੀ ਨਹੀਂ, ਖਤਮ ਹੋ ਚੁੱਕੀ ਹੈ, ਸੋ ਸੰਵਿਧਾਨਿਕ ਸਭਾ ਕੋਨਸਟੀਟਿਊਐਂਟ ਅਸੈਂਬਲੀ, ਇਹਨੇ ਆਪਾਂ ਨੂੰ ਆਫਰ ਦਿੱਤਾ। ਅਤੇ ਸਭ ਤੋਂ ਵੱਡੀ ਗੱਲ ਇਹਨੇ ਪਤਾ ਕੀ ਹੈ ਤੀ? ਇਹ ਵਾਲੇ ਆਫਰ ਨੇ, ਇਹਦੇ ਬਾਰੇ ਆਪਾਂ ਡਿਟੇਲ 'ਚ ਪੜ੍ਹਾਂਗੇ। ਕਹਿੰਦੇ ਸੰਵਿਧਾਨਿਕ ਸਭਾ ਦਾ ਆਫਰ ਅਸੀਂ ਤੁਹਾਨੂੰ ਦਿੰਦੇ ਹਾਂ, ਆਫਰ ਦਿੱਤਾ ਗਿਆ ਕਿਹਨਾਂ ਨੂੰ? ਇੰਡੀਅਨ ਲੋਕਾਂ ਨੂੰ ਵੀ ਤੁਹਾਨੂੰ ਸੰਵਿਧਾਨਿਕ ਸਭਾ ਦੇ ਰਹੇ ਹਾਂ। ਇਹੀ ਸੰਵਿਧਾਨਿਕ ਸਭਾ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਮੈਂਬਰਸ ਹੋਣਗੇ ਇਹਦੇ ਸੰਵਿਧਾਨਿਕ ਸਭਾ ਦੇ, ਉਹ ਕਿੱਥੋਂ ਦੇ ਹੋਣਗੇ? ਬ੍ਰਿਟਿਸ਼ਰਸ ਇੱਕ ਵੀ ਨਹੀਂ ਹੋਏਗਾ, ਕਿੱਥੋਂ ਦੇ ਹੋਣਗੇ? ਸਾਰੇ ਇੰਡੀਆ ਦੇ। ਸਾਰੇ ਮੈਂਬਰ ਕੀ ਹੋਣਗੇ? ਭਾਰਤੀ ਹੋਣਗੇ, ਇੰਡੀਅਨ ਹੋਣਗੇ, ਅਤੇ ਇਹ ਸਾਰੇ ਮੈਂਬਰ ਕੀ ਬਣਾਉਣਗੇ? ਆਪਣੇ ਇੰਡੀਆ ਦਾ ਸੰਵਿਧਾਨ ਬਣਾਉਣਗੇ, ਟੂ ਫਰੇਮ ਦੀ ਕੋਨਸਟੀਟਿਊਸ਼ਨ। ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਜਿਹੜਾ ਸੰਵਿਧਾਨ ਹੈ ਉਹ ਕਿਹਨੇ ਬਣਾਇਆ? ਸੰਵਿਧਾਨਿਕ ਸਭਾ ਨੇ। ਆਪਾਂ ਬੀ ਆਰ ਅੰਬੇਦਕਰ ਜੀ ਦਾ ਨਾਮ ਵੀ ਸੁਣਾਂਗੇ ਇੱਕ ਦੋ ਦਿਨ 'ਚ। ਸੋ ਸੰਵਿਧਾਨਿਕ ਸਭਾ ਨੇ ਕੀ ਬਣਾਇਆ ਜੀ? ਪੂਰਾ ਸੰਵਿਧਾਨ ਬਣਾਇਆ। ਲੇਕਿਨ ਆ ਸੰਵਿਧਾਨਿਕ ਸਭਾ ਕਿਹਨੇ ਬਣਾ ਕੇ ਦਿੱਤੀ ਆਪਾਂ ਨੂੰ? ਕੈਬਿਨੇਟ ਮਿਸ਼ਨ ਪਲਾਨ ਨੇ। ਸਮਝ ਗਿਆ ਨੀ ਗਾ? ਤਾਂ ਕੈਬਿਨੇਟ ਮਿਸ਼ਨ ਪਲਾਨ ਕਿਹੜੇ ਸਾਲ ਵਿੱਚ ਆਇਆ? 1946 ਦੇ ਵਿੱਚ। ਇਹਦਾ ਮਤਲਬ ਸੰਵਿਧਾਨ ਕਿਹੜੇ ਸਾਲ ਇਹ ਬਣਨਾ ਸ਼ੁਰੂ ਹੋ ਗਿਆ ਹੋਵੇਗਾ? ਇੰਡੀਆ ਆਜ਼ਾਦ ਹੋਣ ਤੋਂ ਪਹਿਲਾਂ ਹੀ ਬਣਨਾ ਸ਼ੁਰੂ ਹੋ ਗਿਆ 1946 ਵਿੱਚ ਹੀ। ਤਾਂ 1946 ਵਿੱਚ ਸੰਵਿਧਾਨ ਬਣਨਾ ਸ਼ੁਰੂ ਹੋ ਗਿਆ ਸੀ, ਅਤੇ 1949 ਤੱਕ ਬੰਦਾ ਰਿਹਾ, 3 ਸਾਲ ਲਗਾ ਤੇ ਆਪਾਂ ਸੰਵਿਧਾਨ ਬਣਾਉਂਦੇ ਬਣਾਉਂਦੇ, ਅਤੇ 1950 ਵਿੱਚ ਫਾਈਨਲੀ ਲਾਗੂ ਕਰਤਾ। ਅਤੇ 46 ਵਿੱਚ ਜਦੋਂ ਸੰਵਿਧਾਨ ਬਣਨਾ ਸ਼ੁਰੂ ਹੋਇਆ ਸੀ ਉਦੋਂ ਮਹਾਤਮਾ ਗਾਂਧੀ ਨੇ ਬਿਲਕੁਲ ਵੀ ਰੋਲ ਪਲੇ ਨਹੀਂ ਕੀਤਾ ਸੰਵਿਧਾਨ ਬਣਾਉਣ 'ਚ। ਮਤਲਬ ਇਹ ਸੰਵਿਧਾਨਿਕ ਸਭਾ ਦੇ ਵਿੱਚ ਜਵਾਹਰ ਲਾਲ ਨਹਿਰੂ ਸੀ, ਬੀ ਆਰ ਅੰਬੇਦਕਰ ਸੀ, ਵੱਲਭ ਭਾਈ ਪਟੇਲ ਸੀ, ਇੰਪੋਰਟੈਂਟ ਇੰਪੋਰਟੈਂਟ ਸਾਰੇ ਬੰਦੇ ਸੀ, ਲੇਕਿਨ ਕੌਣ ਨਹੀਂ ਸੀ? ਮਹਾਤਮਾ ਗਾਂਧੀ ਨਹੀਂ ਸੀ। ਜਿਵੇਂ ਆਪਣੇ ਇੰਡੀਆ ਦੇ ਵਿੱਚ ਮਹਾਤਮਾ ਗਾਂਧੀ ਨੂੰ ਜਾਣਦੇ ਹਾਂ, ਉਵੇਂ ਪਾਕਿਸਤਾਨ ਜਿਹਨੇ ਬਣਵਾ ਕੇ ਦਿੱਤਾ, ਜਿਹਨੇ ਮੰਗ ਰੱਖੀ ਸੀ, ਉਹਦਾ ਨਾਮ ਸੀ ਮੁਹੰਮਦ ਅਲੀ ਜਿੰਨਾ। ਕੀ ਨਾਮ ਸੀ? ਮੁਹੰਮਦ ਅਲੀ ਜਿੰਨਾ। ਉਵੇਂ ਉੱਧਰ ਉਹਨੂੰ ਜਾਣਦੇ ਨੇ, ਉਹ ਵੀ ਨਹੀਂ ਸੀ ਇਹਦੇ ਵਿੱਚ। ਨਾ ਹੀ ਆਪਣੇ ਇੰਡੀਆ ਦਾ ਲੀਡਰ ਮਹਾਤਮਾ ਗਾਂਧੀ, ਨਾ ਹੀ ਪਾਕਿਸਤਾਨ ਮੁਸਲਮਾਨਾਂ ਦਾ ਲੀਡਰ ਮੁਹੰਮਦ ਅਲੀ ਜਿੰਨਾ, ਉਹ ਦੋਨੋਂ ਨੇ ਆ ਵਾਲੀ ਸਭਾ ਦੇ ਵਿੱਚ ਪੈਰ ਨਹੀਂ ਰੱਖਿਆ, ਬਟ ਫਿਰ ਵੀ ਸੰਵਿਧਾਨ ਬਣਿਆ। ਉਹ ਕਿੱਦਾਂ ਬਣਿਆ ਉਹ ਆਪਾਂ ਕੱਲ੍ਹ ਬਣਾਵਾਂਗੇ, ਇਹਨੂੰ ਲਿਖੋ ਉਹਨੇ ਨੂੰ ਤੁਸੀਂ। ਲਓ ਜੀ, 1934 ਵਿੱਚ MN ਅਰੋਏ ਨੇ ਪਹਿਲਾਂ ਆਈਡੀਆ ਦਿੱਤਾ, 35 ਵਿੱਚ ਮੰਗ ਰੱਖਤੀ, 42 ਵਿੱਚ ਕ੍ਰਿਪਸ ਮਿਸ਼ਨ ਆਇਆ, ਆਪਾਂ ਨੂੰ ਪਸੰਦ ਨਹੀਂ ਆਇਆ, ਆਪਾਂ ਰਿਜੈਕਟ ਕਰਤਾ, 46 ਵਾਲਾ ਮਿਸ਼ਨ ਆਪਾਂ ਅਸੈਪਟ ਕੀਤਾ। ਮਿਡਲ ਐਂਡਰੋਇਡ ਯੂਜਰਸ ਅਰੋਰਾ ਕਲਾਸਿਸ ਐਪਲੀਕੇਸ਼ਨ ਡਾਊਨਲੋਡ ਕਰੋ, 1 ਲੱਖ ਤੋਂ ਉੱਤੇ ਡਾਊਨਲੋਡ ਹੋ ਚੁੱਕੇ ਨੇ ਪਹਿਲਾਂ ਹੀ। ਅਤੇ ਜੇ ਤੁਸੀਂ ਆਈਫੋਨ ਯੂਜ਼ਰ ਹੋ, ਮਾਈ ਇੰਸਟੀਟਿਊਟ ਐਪਲੀਕੇਸ਼ਨ ਡਾਊਨਲੋਡ ਕਰੋ, ਉੱਥੇ ORG ਕੋਡ ਮੰਗੇਗਾ, ARC ਭਰ ਦਿਓ, ਇੱਥੇ ਨੀਚੇ ਕੋਰਸਿਸ ਜਾ ਕੇ ਉੱਤੇ ਸਰਚ ਕਰੋ ਕੋਨਸਟੇਬਲ ਦਾ ਸਪੈਸ਼ਲ ਬੈਚ, ਜੇ ਤੁਸੀਂ ਕੋਈ ਹੋਰ ਲੈਣਾ ਚਾਹੁੰਦੇ ਹੋ ਹੋਰ ਬੈਚ, ਫਿਰ ਉੱਥੇ ਜਾ ਕੇ ਨੀਚੇ ਕਲਿੱਕ ਕਰਕੇ ਨਾ ਐਂਡ ਦੇ ਜਾ ਜੇ ਹੈਵੀ ਕੂਪਨ ਕੋਡ, ਉੱਥੇ ਹੈਗਾ AC 400, ਉੱਥੇ ਐਡੀਸ਼ਨਲ ਡਿਸਕਾਊਂਟ ਮਿਲ ਜਾਏਗਾ, ਹੁਣੇ ਦੀ ਹੁਣੇ ਡਾਊਨਲੋਡ ਕਰੋ। ਸੋ ਮੈਂ ਦੁਬਾਰਾ ਦੱਸ ਰਿਹਾ, 34 ਵਿੱਚ ਇੱਕ ਬੰਦੇ ਨੇ ਪਹਿਲੀ ਵਾਰੀ ਕਿਹਾ ਸੀ, MN ਰੋਏ ਜਿਹੜਾ ਬੰਦਾ ਸੀ ਨਾ, ਇਹ ਨਾ ਮੈਂ ਦੱਸ ਦਿੰਦਾ, ਇੱਕ ਕਮਿਊਨਿਸਟ ਪਾਰਟੀ ਦਾ ਬੰਦਾ ਸੀ, ਫਾਊਂਡਰ ਸੀ, ਇਹਨੇ ਇੱਕ ਪਾਰਟੀ ਬਣਾਈ ਹੋਈ ਸੀ ਆਪਦੀ ਵੱਖਰੀ ਆਪਣੇ ਇੰਡੀਆ ਵਿੱਚ, ਹਜੇ ਵੀ ਚੱਲਦੀ ਹੈ ਕਮਿਊਨਿਸਟ ਪਾਰਟੀ, ਹਿੰਦੀ ਪੰਜਾਬੀ 'ਚ ਨਾਮ ਸੇਮ ਹੀ ਹੈ, ਕਮਿਊਨਿਸਟ ਪਾਰਟੀ। ਅੱਜ ਹੀ ਬਣਾ ਦਿੱਤੇ ਹੈ ਸਰ, ਸ਼ੁਭਮ ਜੀ ਅੱਜ ਕਿਵੇਂ ਬਣਾ ਦਈਏ ਸੰਵਿਧਾਨ?
ਦੋ ਉਹਨਾਂ ਨੇ ਤਿੰਨ ਸਾਲ ਲਾਏ ਨੇ, ਆਪਾਂ ਦੋ ਤਿੰਨ ਦਿਨ ਦਾ ਲਾਵਾਂਗੇ ਬਣਾਉਂਦੇ ਬਣਾਉਂਦੇ ਯਾਰ, ਹੈਨਾ। ਬਿਲਕੁਲ ਮੁਹੰਮਦ ਅਲੀ ਜਿੰਨਾ ਦੀ ਫੋਟੋ ਪਾਕਿਸਤਾਨ ਦੀ ਕਰੰਸੀ ਤੇ ਆਪਣੇ ਮਹਾਤਮਾ ਗਾਂਧੀ ਦੀ। ਹਾਂ ਹਾਂ, ਹਜੇ ਤਾਂ ਆਪਾਂ ਉਹ ਕਰਨਾ ਸਾਰਾ ਕੈਬਿਨਟ ਮਿਸ਼ਨ ਪਲਾਨ ਦਾ, ਹਜੇ ਥੋੜਾ ਜਿਹਾ ਦੱਸਿਆ ਤੁਹਾਨੂੰ, ਪੂਰਾ ਡਿਟੇਲ 'ਚ ਪੜਾਂਗੇ। ਕੈਬਿਨਟ ਮਿਸ਼ਨ ਪਲਾਨ 1946-16 ਮਈ ਨੂੰ ਆਇਆ ਸੀ, ਕਲੀਮੇਨ ਟਟਲੀ ਨੇ ਭੇਜਿਆ ਸੀ, ਆਪਣੇ ਵਿੱਚ ਪੈਥਿਕ ਲੋਰੈਂਸ, ਏ ਵੀ ਅਲੈਗਜ਼ੈਂਡਰ, ਸਰ ਸਟੈਫਰਡ ਗ੍ਰਿਪਸ, ਤਿੰਨ ਬੰਦੇ ਸੀ। ਉਹਨਾਂ ਨੇ ਕੀ ਅਨਾਊਂਸ ਕੀਤਾ, ਹਜੇ ਪੜ੍ਹਨਾ, ਹਜੇ ਤਾਂ ਤੁਹਾਨੂੰ ਬੇਸਿਕ ਦੱਸਿਆ ਮੈਂ। ਸਰ ਜੀ ਮੇਰਾ ਬੈਚ ਗਲਤ ਜੁਆਇਨ ਹੋ ਗਿਆ ਜੀ, ਕਨਵਰਟ ਕਰਵਾ ਦਿਓ। ਸੁਨੀਲ ਕੁਮਾਰ ਜੀ ਤੁਸੀਂ ਅਕੈਡਮੀ ਵਾਲੇ ਨੰਬਰ 'ਤੇ ਫੋਨ ਕਰੋ ਨਾ, ਥੱਲੇ ਨੰਬਰ ਨਹੀਂ ਚੱਲ ਰਿਹਾ, 8822010101। ਨੀਚੇ ਜਿਹੜਾ ਨੰਬਰ ਆ ਰਿਹਾ ਉਹੀ ਕਹਿ ਰਿਹਾ ਮੈਂ। ਅਕੈਡਮੀ ਦੇ ਨੰਬਰ 'ਤੇ ਫੋਨ ਕਰ ਲਓ, ਉਹਨਾਂ ਨੂੰ ਕਹਿ ਦਿਓ ਨਾ, ਆਪਣੇ ਆਪ ਤੁਹਾਨੂੰ ਪ੍ਰੋਸੈਸ ਦੱਸ ਦੇਣਗੇ ਕਿਵੇਂ ਹੋਏਗਾ, ਕਿਵੇਂ ਕਰਨਗੇ। ਸੋ ਸਭ ਤੋਂ ਪਹਿਲਾਂ ਆਈਡੀਆ ਕਿਹਨੇ ਦਿੱਤਾ ਜੀ, ਐਮਰ ਰੋਏ ਨੇ। ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ, ਕਮਿਊਨਿਸਟ ਪਾਰਟੀ। ਕਿਹੜੇ ਸਾਲ 'ਚ ਆਈਡੀਆ ਦਿੱਤਾ, 34। ਕਾਂਗਰਸ ਪਾਰਟੀ ਨੇ ਮੰਗ ਕਿਹੜੇ ਸਾਲ 'ਚ ਰੱਖਤੀ, 1935। ਉਹਨਾਂ ਨੇ ਆਪਾਂ ਨੂੰ ਕ੍ਰਿਪਸ ਮਿਸ਼ਨ ਕਿਹੜੇ ਸਾਲ 'ਚ ਭੇਜਿਆ ਸੀ, 1942। ਅਤੇ ਜਿਹੜਾ ਮਿਸ਼ਨ ਆਪਾਂ ਅਕਸੈਪਟ ਕੀਤਾ ਉਹਦਾ ਨਾਮ ਕੀ ਹੈ, ਕੈਬਿਨਟ ਮਿਸ਼ਨ ਪਲਾਨ। ਉਹ ਕੈਬਿਨਟ ਮਿਸ਼ਨ ਜਿਹੜਾ ਸੀ ਕਿਹੜੇ ਸਾਲ 'ਚ ਆਇਆ, 46। ਆਹ ਲਿਖੋ ਲਿਖੋ ਲਿਖ ਲਓ ਜਿਹਨਾਂ ਨੇ ਲਿਖ ਲਿਆ। ਟੋਟਲ ਮੈਂਬਰ 399, ਸਭ ਪੜਾਂਗੇ ਅੰਕਿਤ ਕੁਮਾਰ ਜੀ, ਮੈਨੂੰ ਪਤਾ ਤੁਹਾਨੂੰ ਬਹੁਤ ਨੌਲੇਜ ਹੈ। 399 ਮੈਂਬਰ ਸੀ ਜੀ, ਵਿੱਚ 292 ਵੋਟਾਂ ਨਾਲ ਆਏ ਸੀ, 4 ਚੀਫ ਕਮਿਸ਼ਨਰ ਦੇ ਸੀ, 93 ਪ੍ਰਿੰਸੀਪਲ ਸਟੇਟ ਦੇ ਸੀ। ਕਰਾਂਗੇ, ਕੌਣ ਕੌਣ ਲਿਖ ਰਿਹਾ ਜੀ ਉੱਥੋਂ, ਹਜੇ ਹੋ ਗਿਆ ਜੀ। ਲਓ ਜੀ ਅੱਗੇ ਲਿਖੋ ਜੀ, ਕ੍ਰਿਪਸ ਮਿਸ਼ਨ ਆਇਆ 1942 ਵਿੱਚ, ਉਹਨੇ ਸੰਵਿਧਾਨਿਕ ਸਭਾ ਔਫਰ ਕੀਤੀ, ਲੇਕਿਨ ਵਿਸ਼ਵ ਯੁੱਧ ਤੋਂ ਬਾਅਦ ਆਪਾਂ ਮਨਾ ਕਰਤੀ, ਕਹਿੰਦੇ ਨਾ, ਜਾਂ ਤਾਂ ਹੁਣੇ ਦਿਓ ਨਹੀਂ ਤਾਂ ਰਹਿਣ ਦਿਓ। ਕ੍ਰਿਪਸ ਮਿਸ਼ਨ 1900, ਇੱਕ ਹੈਲਪ ਚਾਹੀਏ ਥੀ। ਹਾਂਜੀ ਪ੍ਰਵੀਨ ਕੁਮਾਰ ਜੀ ਬੋਲੋ, ਜਦੋਂ ਲਵ ਫਰੋਮ ਹਰਿਆਣਾ, ਹਾਂਜੀ ਬੋਲੀਗਾ, ਹਾਂਜੀ ਹਰਿਆਣਵੇ ਜੀ। ਮਹਾਤਮਾ ਗਾਂਧੀ ਨੇ ਹਿੱਸਾ ਨਹੀਂ ਲਿਆ ਕੋਈ ਕਾਰਨ, ਨਿਰਮਲ ਸਿੰਘ ਦੇਖੋ ਕੀ ਹੈ ਜੀ, ਮਹਾਤਮਾ ਗਾਂਧੀ ਆਜ਼ਾਦੀ ਚਾਹੁੰਦੇ ਸੀ, ਹੈ ਨਾ, ਅਤੇ ਉਦੋਂ ਕੋਈ ਆਜ਼ਾਦੀ ਵੀ ਨਹੀਂ ਮਿਲੀ ਆਪਾਂ ਨੂੰ 1946 ਵਿੱਚ, ਜਦੋਂ ਆਪਾਂ ਨੂੰ ਸੰਵਿਧਾਨਿਕ ਸਭਾ ਮਿਲੀ ਸੀ, ਨਾ ਹੀ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਸੀ। ਤਾਂ ਐਸੇ ਦਾ ਵਿਰੋਧ ਕਰ ਰਹੇ ਸੀ ਦੋਨੋਂ ਜਣੇ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ, ਬਾਕੀ ਜਣੇ ਐਸੀ ਤੇ ਨਾ ਡੁੱਲੋ, ਵੀ ਇਕੱਲੀ ਸੰਵਿਧਾਨਿਕ ਸਭਾ ਹੋਣ ਤਾਂ ਬ੍ਰਿਟਿਸ਼ਰ ਮੰਨੀ ਜਾਂਦੇ ਹੈ, ਸੰਵਿਧਾਨਿਕ ਸਭਾ ਤੇ ਮੰਨੀ ਜਾਂਦੇ ਹੈ ਤਾਂ ਸੰਵਿਧਾਨ ਤੇ ਵੀ ਮੰਨ ਜਾਣਗੇ ਤੇ ਆਜ਼ਾਦੀ ਤੇ ਵੀ ਮੰਨ ਜਾਣਗੇ। ਤਾਂ ਐਸੇ ਕਰਕੇ ਬੋਲੋ ਬੋਲੋ ਪ੍ਰਵੀਨ ਕੁਮਾਰ ਜੀ, ਵਟ ਡੂ ਯੂ ਵਾਂਟ, ਕੀ ਹੈ ਕੱਲ੍ਹ ਦੀ ਇਹ ਦੱਸੋ। ਸ਼ੁਭਮ ਖੋਖਰ, ਸਰ ਹਿੰਦੀ ਮੇਂ ਲਿਖ ਲਓ ਜੀ। ਸ਼ੁਭਮ ਦਾ ਨਾਮ ਨਾ ਪੰਜਾਬੀ ਦੇ ਵਿੱਚ ਲਿਖਿਆ, ਤੁਹਾਡਾ ਨਾਮ ਆਪ ਤਾਂ ਪੰਜਾਬੀ 'ਚ ਲਿਖਿਆ ਹੋਇਆ ਸ਼ੁਭਮ, ਅਤੇ ਤੁਸੀਂ ਉਂਝ ਮੈਨੂੰ ਕਹਿੰਦੇ ਹਿੰਦੀ 'ਚ ਲਿਖ ਲਓ, ਕੀ ਹੋਇਆ ਤੁਹਾਨੂੰ? ਲਓ ਜੀ ਕ੍ਰਿਪਸ ਮਿਸ਼ਨ, ਲੋ ਹਮਨੇ ਹਿੰਦੀ ਵੀ ਆਤੀ ਆ ਵੀ, ਹੈ ਨਾ। ਸੰਵਿਧਾਨਿਕ ਸਭਾ, ਸਰ ਐਂਗਲੋ ਇੰਡੀਅਨ ਕਿਹੜੀ ਸ਼ੋਧ ਨਾਲ ਖਤਮ ਕੀਤੇ ਗਏ ਹੈ? ਐਂਗਲੋ ਇੰਡੀਅਨ 104 ਨੰਬਰ ਸ਼ੋਧ ਦੇ ਵਿੱਚ ਖਤਮ ਕੀਤੇ ਗਏ ਹੈ ਜੀ, 104 ਨੰਬਰ ਸ਼ੋਧ ਵਿੱਚ ਹੋਈ ਸੀ। ਕਰਾਂਗੇ ਆਪ ਦੱਸਾਂਗੇ ਵੀ ਕੀ ਹੁੰਦਾ।
ਪਰਵੀਨ ਕੁਮਾਰ ਜੀ ਤੁਸੀਂ ਇੰਗਲਿਸ਼ ਨੋਟ ਕਰ ਲਓ, ਜਦੋਂ ਤੁਸੀਂ ਹਰਿਆਣੇ ਤੋਂ ਪੰਜਾਬੀ ਨਹੀਂ ਸਮਝ ਆਉਂਦੀ, ਪਰ ਪੰਜਾਬੀ ਸਮਝ ਨਹੀਂ ਪਏਗੀ ਨਾ, ਜੇ ਤੁਸੀਂ ਪੰਜਾਬ ਦਾ ਪੇਪਰ ਦੇਣਾ ਕਰੋ 8-10ਵੀਂ ਤੱਕ ਤਾਂ ਪੰਜਾਬੀ ਕੀਤੀ ਹੋਣੀ ਜ਼ਰੂਰੀ ਹੈ। ਮੈਂ ਤੁਹਾਨੂੰ ਇੱਥੇ ਇੰਗਲਿਸ਼ 'ਚ ਵੀ ਲਿਖ ਦੂੰਗਾ, ਪੰਜਾਬੀ 'ਚ ਵੀ ਲਿਖ ਦੂੰਗਾ, ਕੋਈ ਵਰਡ ਇਹੋ ਜਿਹਾ ਟਿਪੀਕਲ ਲੱਗੇ ਮੈਂ ਹਿੰਦੀ 'ਚ ਵੀ ਲਿਖ ਦੂੰਗਾ। ਜਸਪਿੰਦਰ ਜਦਾਣਾ ਜੀ, ਤੁਹਾਨੂੰ 88 ਵਾਲੇ ਨੰਬਰ ਤੋਂ ਪਤਾ ਲੱਗੇਗਾ ਫੋਨ ਕਰਕੇ, ਹੈ ਨਾ। ਹਾਂਜੀ ਹੋ ਗਿਆ, ਲਿਖੋ ਲਿਖੋ ਆਰਾਮ ਨਾਲ ਲਿਖੋ, 5-7 ਸਾਲ ਲਗਾਓ ਲਿਖਦੇ ਲਿਖਦੇ, ਸੋਹਣੇ ਸੋਹਣੇ ਰਾਈਟਿੰਗ 'ਚ ਕੋਈ ਦਿੱਕਤ ਨਹੀਂ। ਸੋ ਫਾਈਨਲੀ ਆਪਣਾ ਸੰਵਿਧਾਨ ਕਿਹਨੇ ਬਣਾਇਆ ਆਪਾਂ ਕਹਾਂਗੇ, ਇੱਕ ਬੰਦੇ ਦਾ ਨਾਮ ਨਹੀਂ ਲਵਾਂਗੇ, ਵੀ ਇਕੱਲੇ ਬੀ ਆਰ ਅੰਬੇਦਕਰ ਜੀ ਨੇ ਬਣਾਇਆ ਤਾਂ ਉਹਨਾਂ ਨੇ ਵੀ ਬੜਾ ਵੱਡਾ ਯੋਗਦਾਨ ਦਿੱਤਾ, ਆਪਾਂ ਨਾਮ ਕਿਹਨਾਂ ਦਾ ਲਵਾਂਗੇ, ਸੰਵਿਧਾਨਿਕ ਸਭਾ ਦਾ। ਅਤੇ ਸੰਵਿਧਾਨਿਕ ਸਭਾ ਕਿਹਨੇ ਬਣਾ ਕੇ ਦਿੱਤੀ ਆਪਾਂ ਨੂੰ? ਕੈਬਨਿਟ ਮਿਸ਼ਨ ਪਲਾਨ। ਹਜੇ ਆਪਾਂ ਕੈਬਨਿਟ ਮਿਸ਼ਨ ਪਲਾਨ ਬਾਰੇ ਜਾਣਕਾਰੀ ਲੈਣੀ ਹੈ ਅੱਗੇ ਡਿਟੇਲ 'ਚ, ਉਹ ਕੱਲ੍ਹ ਲਵਾਂਗੇ ਆਪਾਂ। ਅਤੇ ਕ੍ਰਿਪਸ ਮਿਸ਼ਨ ਕਿਹੜੇ ਸਾਲ 'ਚ ਆਇਆ ਸੀ? 42 ਵਿੱਚ। ਇਹਨਾਂ ਨੇ ਕਾਹਦਾ ਔਫਰ ਦਿੱਤਾ ਸੀ ਆਪਾਂ ਨੂੰ? ਸੰਵਿਧਾਨਿਕ ਸਭਾ ਦਾ। ਲੇਕਿਨ ਕਦੋਂ? ਵਿਸ਼ਵ ਯੁੱਧ ਤੋਂ ਬਾਅਦ। ਅਤੇ ਐਸੇ ਕਰਕੇ ਆਪਾਂ ਕੀ ਕਰਤਾ ਫਿਰ? ਮਨਾ ਕਰਤਾ ਸੀ। ਅਤੇ ਪਿੱਛੇ ਅਗਰ ਪਹਿਲਾਂ ਆਈਡੀਆ ਕਿਹਨੇ ਦਿੱਤਾ ਸੰਵਿਧਾਨਿਕ ਸਭਾ ਦਾ? ਐਮਐਨ ਰੋਏ ਨੇ। ਕਿਹੜੇ ਸਾਲ 'ਚ? ਟੋਟਲ ਸ਼ੋਧਾਂ ਕਿੰਨੀਆਂ ਹੋ ਚੁੱਕੀਆਂ, ਅਮੈਂਡਮੈਂਟ ਕਿੰਨੀਆਂ ਹੋ ਗਈਆਂ? ਅਮੈਂਡਮੈਂਟ ਕੌਣ ਕਰਦਾ? ਪਾਰਲੀਮੈਂਟ। ਕ੍ਰਿਪਸ ਮਿਸ਼ਨ ਕਿਹੜੇ ਸਾਲ 'ਚ ਆਇਆ? 42। ਕੈਬਨਿਟ ਮਿਸ਼ਨ ਕਦੋਂ ਆਇਆ? 1946 ਦੇ ਵਿੱਚ ਆਇਆ। ਸੰਵਿਧਾਨਿਕ ਸਭਾ ਸਭ ਤੋਂ ਪਹਿਲੇ ਕਿੰਨੇ ਆਪਾਂ ਨੂੰ ਔਫਰ ਦਿੱਤਾ ਸੀ? ਸਭ ਤੋਂ ਪਹਿਲਾਂ ਔਫਰ ਕ੍ਰਿਪਸ ਮਿਸ਼ਨ ਨੇ। ਆਈਡੀਆ ਕਿਹਨੇ ਦਿੱਤਾ ਸੀ? ਐਮਐਨ ਰੋਏ। ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ? ਯਾਦ ਹੋ ਗਿਆ ਇਹਨਾਂ ਕੋ? ਪੱਕੀ ਗੱਲ ਆ, ਇਹਨੂੰ ਕੁਛ ਨਹੀਂ, 5-7-10 ਮਿੰਟ ਲਾ ਕੇ ਘਰੇ ਕਾਪੀ ਪੜ ਲੈਣਾ, 2 ਪੇਜ ਹੀ ਬਣੇ ਹੋਣੇ ਹਜੇ ਤੱਕ, ਤਾਂ 2-3 ਜਿਹੜੇ ਪੇਜ ਬਣੇ ਆ ਪੜੋਗੇ, ਕੱਲ੍ਹ ਆਉਂਦੇ ਮੈਂ ਸੁਣੂੰਗਾ, ਫਿਰ ਆਪਾਂ ਅੱਗੇ ਕਰਾਂਗੇ। ਠੀਕ ਹੈ ਜੀ? ਕੋਈ ਡਾਊਟ ਇਹਦੇ ਵਿੱਚ ਕਿਸੇ ਨੂੰ ਵੀ ਹੋਵੇ? ਨਹੀਂ ਹੈ, ਚਲੋ ਥੈਂਕ ਯੂ ਸੋ ਮਚ, ਮਿਲਦੇ ਆਪਾਂ ਕੱਲ੍ਹ। ਸੋ ਹੋਪਫੁਲੀ ਸੈਸ਼ਨ ਪਤਾ ਲੱਗਿਆ ਹੋਣਾ, ਪਤਾ ਲੱਗਿਆ ਹੋਣਾ ਵੀ ਕਿੱਦਾਂ ਕਿੱਦਾਂ ਪੜ੍ਹਨਾ, ਕਿੱਦਾਂ ਕਿੱਦਾਂ ਆਪਾਂ ਪੇਪਰ ਕਰੈਕ ਕਰਨਾ, ਸਾਰੀ ਸੀਕੁਐਂਸ ਪਤਾ ਲੱਗੀ ਹੋਣੀ ਹੈ। ਅਤੇ ਮੈਂ ਫਿਰ ਕਹਿ ਰਿਹਾ, ਜਿਹੜਾ ਆਪਣਾ ਕੋਂਸਟੇਬਲ ਦਾ ਬੈਚ ਹੈ 11 ਮਾਰਚ ਤੋਂ ਸਟਾਰਟ ਹੋ ਚੁੱਕਿਆ, ਸਪੈਸ਼ਲ ਕੋਂਸਟੇਬਲ ਬਹੁਤ ਵੱਡਾ ਮੌਕਾ ਹੈ। ਜੇ ਤੁਸੀਂ ਕਿਸੇ ਹੋਰ ਪੇਪਰ ਦੀ ਤਿਆਰੀ ਕਰ ਰਹੇ ਹੋ, ਪਟਵਾਰੀ ਦੀ, ਐਕਸਾਈਜ਼ ਦੀ, ਸਬ ਇੰਸਪੈਕਟਰ ਦੀ, ਉਹ 4 ਮਾਰਚ ਨੂੰ ਪਿਛਲੇ ਹਫ਼ਤੇ ਉਹਦਾ ਬੈਚ ਸਟਾਰਟ ਹੋਇਆ ਸੀ, ਤਾਂ ਮੈਂ ਫਿਰ ਕਹਿ ਰਿਹਾ ਇਹ ਬੜਾ ਵਧੀਆ ਮੌਕਾ ਹੈਗਾ, ਆਪਾਂ ਹੁਣੇ ਇਹਦੀ ਹੁਣੇ ਬੈਠ ਜਾਈਏ ਤਿਆਰੀ ਸਟਾਰਟ ਕਰਨ, ਅਤੇ ਆਪਾਂ ਜਿਹੜੇ ਸਟੂਡੈਂਟ ਕੱਲ੍ਹ ਨੂੰ ਹਲੇ ਕਰਨਗੇ ਉਹਨਾਂ ਨਾਲ ਤਾਂ ਕਿਤੇ ਅੱਗੇ ਹੋਵਾਂਗੇ ਆਪਾਂ, ਹੈ ਨਾ। ਵੀ +2 ਪਾਸ ਆਊਟਾਂ ਅਤੇ ਲੈ ਜੀ ਪਾਲੀ ਵਰਦੀ, ਅਤੇ ਫੜ ਲਿਆ ਹੱਥੇ ਡੰਡਾ, ਟੋਰ ਪੂਰੀ ਬਣ ਜਾਣੀ ਪੰਜਾਬ ਪੁਲਿਸ 'ਚ, ਹੈ ਨਾ। ਅਤੇ ਦੇਖੋ ਹੁਣ ਇੰਨਾ ਪਿਆਰ ਮਿਲਿਆ ਯਾਰ ਸਟੂਡੈਂਟਸ ਵੱਲੋਂ, 1 ਲੱਖ ਤੋਂ ਉੱਤੇ ਡਾਊਨਲੋਡ ਹੋ ਚੁੱਕੇ ਨੇ ਕਿਹਨਾਂ ਦੇ? ਅਰੋੜਾ ਕਲਾਸਿਸ ਐਪਲੀਕੇਸ਼ਨ ਦੇ। ਤਾਂ ਆਪਣੇ ਅਰੋੜਾ ਕਲਾਸਿਸ ਐਂਡਰੋਇਡ ਯੂਜ਼ਰਸ ਜਿਹੜੇ ਹੋ, ਤੁਸੀਂ ਪਲੇ ਸਟੋਰ ਤੋਂ ਹੁਣੇ ਦੀ ਹੁਣੇ ਐਪਲੀਕੇਸ਼ਨ ਡਾਊਨਲੋਡ ਕਰੋ, ਓਪਨ ਜਿਵੇਂ ਹੀ ਐਪਲੀਕੇਸ਼ਨ ਕਰਦੇ ਹੋ। ਜੇ ਤੁਸੀਂ ਆਪਣਾ ਐਂਡਰੋਇਡ ਯੂਜ਼ਰ ਨਹੀਂ ਹੋ, ਤੁਹਾਡੇ ਕੋਲ ਫੋਨ ਹੈ, ਆਈਫੋਨ ਯੂਜ਼ਰ ਹੋ, ਤੁਸੀਂ ਮਾਈ ਇੰਸਟੀਟਿਊਟ ਨਾਮ ਦੀ ਐਪਲੀਕੇਸ਼ਨ ਡਾਊਨਲੋਡ ਕਰੋ, ਉੱਥੇ ORG ਕੋਡ ਮੰਗੇਗਾ, ਉਹ ARC ਭਰ ਦਿਆ ਜੇ, ਫਿਰ ਤੁਹਾਡੇ ਕੋਲ ਐਪਲੀਕੇਸ਼ਨ ਓਪਨ ਹੋਏਗੀ। ਨੀਚੇ ਕੋਰਸ ਬਟਨ ਬਣਿਆ ਹੋਏਗਾ, ਕੋਰਸਿਸ 'ਤੇ ਜਿੱਦਾਂ ਹੀ ਤੁਸੀਂ ਕਲਿੱਕ ਕਰ ਦਿੰਦੇ ਹੋ, ਉੱਥੇ ਸਰਚ ਆਏਗਾ, ਸਰਚ 'ਤੇ ਇੱਥੇ ਆਪਦਾ ਕੋਂਸਟੇਬਲ ਦਾ ਬੈਚ ਲੈਣਾ, ਕੋਂਸਟੇਬਲ ਦਾ ਬੈਚ, ਸਬ ਇੰਸਪੈਕਟਰ ਦਾ ਲੈਣਾ, ਪਟਵਾਰੀ ਦਾ ਲੈਣਾ, ਜਿਹੜਾ ਵੀ ਬੈਚ ਲੈਣਾ, ਫਾਊਂਡੇਸ਼ਨ ਬੈਚ ਜਿਹੜਾ 4 ਨੂੰ ਸਟਾਰਟ ਹੋਇਆ ਸੀ, ਉਹ ਵੀ ਉੱਥੇ ਜਦੋਂ ਭਰੋਗੇ ਆ ਜਾਏਗਾ ਬੈਚ 'ਤੇ ਕਲਿੱਕ ਕਰਦੇ। ਜਿਵੇਂ ਹੀ ਕਲਿੱਕ ਕਰੋਗੇ ਬੈਚ 'ਤੇ, ਬਿਲਕੁਲ ਐਂਡ 'ਤੇ ਸਕਰੋਲ ਕਰਿਆ ਜੇ, ਥੱਲੇ ਹੋਏਗਾ ਹੈਵੀ ਕੂਪਨ ਕੋਡ। ਹੁਣ ਜੇ ਮੇਰੀ ਗਾਈਡੈਂਸ ਸੈਂਟਰ ਆਉਣਾ, ਪਲੱਸ ਨਾਲ ਐਡੀਸ਼ਨਲ ਡਿਸਕਾਊਂਟ ਚਾਹੀਦਾ ਜੋ ਐਸ ਐਮ ਚੱਲ ਰਿਹਾ ਮੌਕੇ 'ਤੇ, ਹੈ ਨਾ। ਤਾਂ 500 ਰੁਪਏ ਦਾ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਏਗਾ, ਜਿੰਨੀ ਤੁਹਾਨੂੰ ਫੀਸ ਸ਼ੋਅ ਹੋਏਗੀ। ਅਤੇ ਬੈਚ ਤੁਹਾਡੇ ਕੋਲ ਹੋਏਗਾ 6 ਮਹੀਨੇ ਵਿੱਚ, 6 ਮਹੀਨੇ ਲਈ। 6 ਮਹੀਨੇ ਦੇ ਵਿੱਚ ਤੁਸੀਂ ਆਪਣੀ ਪ੍ਰੈਪਰੇਸ਼ਨ ਕਰੋ, ਬੜੇ ਤਰੀਕੇ ਨਾਲ ਪੜ੍ਹੋ, ਅਤੇ ਤੁਸੀਂ ਫਾਈਨਲੀ ਪੇਪਰ ਕਰੈਕ ਕਰ ਸਕਦੇ ਹੋ। ਅਤੇ ਜੇ ਅਗਰ ਫਿਰ ਵੀ ਦਿਮਾਗ 'ਚ ਕੋਈ ਸ਼ੰਕਾ ਪਰੇਸ਼ਾਨੀ ਆਉਂਦੀ ਹੈ, ਆਹ ਮੋਬਾਈਲ ਨੰਬਰ ਹੈ ਜੀ 88220101001, ਅਤੇ ਕੋਲ ਕਰਕੇ ਪੁੱਛ ਦਿਓ। ਮੈਂ ਕਹਿੰਦਾ ਹੁਣੇ ਦੀ ਹੁਣੇ ਬੈਚ 'ਚ ਐਨਰੋਲ ਕਰੋ, ਅਤੇ ਆਪਣਾ ਜਿਹੜਾ ਭਵਿੱਖ ਹੈ ਉਹਨੂੰ ਸਹੀ ਰਸਤੇ ਦੇ ਉੱਪਰ ਪਾਓ। ਠੀਕ ਹੈ, ਧੰਨਵਾਦ ਜੀ।